ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡਾ ਹੁਣ ਦਾ ਜਿਹੜਾ ਲੈਕਚਰ ਹੈ ਇਹ ਅਸੀਂ ਪਹਿਲੇ 20 ਸੈਸ਼ਨ ਹੋ ਚੁੱਕੇ ਨੇ, ਅਸੀਂ ਉਸ ਵਿੱਚ ਸਾਡਾ ਲੈਕਚਰ ਨਹੀਂ ਸੀ, ਅਸੀਂ ਪਹਿਲੀ ਵਾਰ ਇਹ ਲੈਕਚਰ ਇੰਟਰੋਡਿਊਸ ਕਰ ਰਹੇ ਹਾਂ। ਇਹ ਨਾਮ ਅਸੀਂ ਇਸ ਦਾ ਜਿਹੜਾ ਹੈਡਿੰਗ ਰੱਖਿਆ ਸ਼ਬਦ ਵਿਸਮਾਦ, ਕਿਉਂਕਿ ਵਾਰ ਵਾਰ ਸਾਨੂੰ ਦੱਸਿਆ ਜਾਂਦਾ ਕਿ ਸ਼ਬਦ ਗੁਰੂ ਗੁਰੂ ਗ੍ਰੰਥ ਸਾਹਿਬ, ਔਰ ਗੁਰੂ ਨਾਨਕ ਸਾਹਿਬ ਨੇ ਵੀ ਕਿਸੇ ਨੇ ਪੁੱਛਿਆ ਸੀ ਤੇਰਾ ਗੌਰ ਕੌਣ ਗੁਰੂ ਤੂੰ ਕਿਸ ਕਾ ਚੇਲਾ, ਗੁਰੂ ਨਾਨਕ ਸਾਹਿਬ ਨੇ ਇਹ ਗੱਲ ਕਹੀ ਸੀ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਤਾਂ ਸ਼ਬਦ ਬਾਰੇ ਅਸੀਂ ਅੱਜ ਕਿ ਸ਼ਬਦ ਕੀ ਹੈ, ਸ਼ਬਦ ਗੁਰੂ ਕਿਵੇਂ ਹੋਇਆ, ਔਰ ਇਹਦੀ ਫਿਲੋਸਫੀ ਕੀ ਹੈ, ਇਸ ਬਾਰੇ ਗੱਲ ਕਰਨੀ ਹੈ। ਸ਼ਬਦ ਕਿਸੇ ਵੀ ਜ਼ਬਾਨ ਦਾ ਹੋਵੇ, ਅੱਖਰ ਜਾਂ ਅਲਫਾਬੈਟ ਨਾਲ ਮਿਲ ਕੇ ਬੰਦੇ ਨੇ ਔਰ ਇਹ ਅੱਖਰਾਂ ਨੂੰ ਤਨਹਾਈ ਦੀ ਕੈਦ ਵਿੱਚੋਂ ਕੱਢਦਾ ਅਤੇ ਜੋੜਦਾ ਮਿਲਾਉਂਦਾ ਹੈ। ਉਹੀ ਅੱਖਰ ਤੋਂ ਬੇਮਾਨੀ ਜਿਹੇ ਅੱਖਰ ਨੇ ਉਹ ਆਪਸੀ ਸੰਯੋਗ ਦੇ ਨਾਲ ਹਜ਼ਾਰੋਂ ਮਾਇਨੇ ਪੈਦਾ ਕਰਨ ਲੱਗਦੇ ਨੇ। ਚੁੱਪ ਚਾਪ ਰਹਿਣ ਵਾਲੀਆਂ ਸੁਰਤਾਂ ਦੀ ਸੁੱਤੀ ਆਤਮਾਵਾਂ ਜਿਹੜੀਆਂ ਨੇ ਇਹ ਵੀ ਸ਼ਬਦ ਦੀ ਹੀ ਪੁਕਾਰ ਨਾਲ ਜਾਗਦੀਆਂ ਨੇ। ਮਨੁੱਖ ਸ਼ਬਦਾਂ ਦਾ ਮਜ਼ਦੂਰ ਵੀ ਹੈ, ਇੰਜੀਨੀਅਰ ਵੀ ਹੈ ਔਰ ਆਰਕੀਟੈਕਟ ਵੀ ਹੈ। ਜੋ ਜਿਤਨਾ ਸ਼ਬਦਾਂ ਦਾ ਮਾਹਿਰ ਹੈ ਅਤੇ ਕਦਰ ਕਰਨ ਵਾਲਾ ਹੁੰਦਾ ਉਤਨਾ ਹੀ ਆਲਮ ਫਾਜ਼ਲ ਮੰਨਿਆ ਜਾਂਦਾ। ਪਰਮਾਤਮਾ ਨੇ ਮਨੁੱਖਤਾ ਨੂੰ ਸਿੱਧੇ ਰਸਤੇ ਲਗਾਉਣਾ ਚਾਹਿਆ ਤਾਂ ਸ਼ਬਦਾਂ ਦੇ ਰਾਹੀਂ। ਤੋ ਜਿਸ ਤਰ੍ਹਾਂ ਅਸੀਂ ਗੇਂਦ ਨਾਲ ਕਈ ਪ੍ਰਕਾਰ ਦੀਆਂ ਖੇਡਾਂ ਖੇਡ ਲੈਂਦੇ ਹਾਂ ਜਾਂ ਹੋਰ ਖਿਲੌਣਿਆਂ ਨਾਲ ਖੇਡਾਂ ਖੇਡ ਲੈਂਦੇ ਹਾਂ, ਇਸੇ ਤਰ੍ਹਾਂ ਸ਼ਬਦਾਂ ਨਾਲ ਵੀ ਕਈ ਤਰ੍ਹਾਂ ਦੀਆਂ ਭਾਸ਼ਾਵਾਂ ਜਿਹੜੀਆਂ ਨੇ ਜਾਂ ਭਾਸ਼ਾ ਖੇਡਾਂ ਖੇਡ ਸਕਦੇ ਹਾਂ ਅਸੀਂ। ਇੰਡੀਅਨ ਫਿਲੋਸਫੀ ਦੇ ਲਗਭਗ ਸਾਰਿਆਂ ਸਕੂਲਸ ਦੇ ਵਿੱਚ, ਫਿਲੋਸਫੀ ਔਫ ਸਕੂਲਸ ਦੇ ਵਿੱਚ ਸ਼ਬਦ ਨੂੰ ਗਿਆਨ ਦਾ ਇੱਕ ਸਰੋਤ ਮੰਨਿਆ ਗਿਆ, ਔਰ ਭਗਤੀ ਲਹਿਰ ਦੇ ਸਾਰੇ ਵਿਚਾਰਕ ਸ਼ਬਦ ਨੂੰ ਗਿਆਨ ਸਰੋਤ ਹੀ ਨਾ ਮੰਨ ਕੇ ਉਸਨੂੰ ਮੋਕਸ਼ ਦਾ ਜਾਂ ਮੁਕਤੀ ਦਾ ਜਿਹੜਾ ਮਾਰਗ ਵੀ ਕਹਿ ਦਿੰਦੇ ਨੇ। ਔਰ ਇਸ ਵਿੱਚ ਕੋਈ ਸ਼ੱਕ ਨਹੀਂ ਜਾਂ ਕੋਈ ਭ੍ਰਾਂਤੀ ਨਹੀਂ ਹੈ ਕਿ ਆਰੰਭ ਵਿੱਚ ਜਿਹੜਾ ਮਨੁੱਖ ਹੈ ਦੁਨੀਆ ਆਵਾਜ਼ਾਂ ਸੰਕੇਤਾਂ ਅਤੇ ਬਾਵਾਂ ਦਾ ਮੇਲ ਜੋਲ ਦੇ ਨਾਲ ਕਮਿਊਨੀਕੇਸ਼ਨ ਕਰਦਾ ਸੀ, ਇੱਕ ਦੂਜੇ ਨਾਲ ਜਿਹੜਾ ਸਮਾਂ ਕਰਦਾ ਸੀ। ਔਰ ਸੱਭਿਅਤਾ ਦੇ ਵਿਕਾਸ ਨਾਲ ਜਿਵੇਂ ਜਿਵੇਂ ਮਨੁੱਖਤਾ ਦਾ ਵਿਕਾਸ ਹੁੰਦਾ ਹੈ ਉਸ ਤਰ੍ਹਾਂ ਦੁਨੀਆ ਅਤੇ ਸੰਕੇਤਾਂ ਦਾ ਜਿਹੜਾ ਚਿੰਨ੍ਹਾਂ ਦਾ ਜਿਹੜੇ ਵਿਸ਼ੇਸ਼ ਅੱਖਰ ਜਿਹੜੇ ਨੇ ਉਹ ਨਿਰਧਾਰਿਤ ਹੁੰਦੇ ਗਏ। ਔਰ ਭੂਗੋਲਿਕ ਪ੍ਰਸਥਿਤੀਆਂ ਦੇ ਹਿਸਾਬ ਨਾਲ ਅਲੱਗ ਅਲੱਗ ਥਾਵਾਂ 'ਤੇ, ਮੈਂ ਵਰਡ ਦੀ ਕਿਆਨਾਤ ਦੀ ਗੱਲ ਕਰ ਰਿਹਾ, ਉੱਥੇ ਇਹ ਭਾਸ਼ਾਵਾਂ ਅਲੱਗ ਅਲੱਗ ਹੋਂਦ ਵਿੱਚ ਆਈਆਂ। ਹਿੰਦੂਇਜ਼ਮ ਦੇ ਵਿੱਚ ਵੇਦਾਂ ਵਿੱਚ ਸਭ ਤੋਂ ਪੁਰਾਤਨ ਗ੍ਰੰਥ ਰਿਗਵੇਦ ਹੈ, ਉਸ ਤੋਂ ਮੰਨਿਆ ਜਾਂਦਾ ਹੈ ਅਤੇ ਕਿਹਾ ਜਾਂਦਾ ਕਿ ਰਿਗਵੇਦ ਨੂੰ ਹੀ ਬ੍ਰਹਮਾ ਨੇ ਉਚਾਰਨ ਕੀਤਾ, ਇਸ ਲਈ ਵੇਦ ਭਾਸ਼ਾ ਸੰਸਕ੍ਰਿਤ ਨੂੰ ਦੇਵੀ ਭਾਸ਼ਾ ਮੰਨ ਲਿਆ ਗਿਆ। ਇਸੇ ਤਰ੍ਹਾਂ ਬਾਈਬਲ ਦੀ ਹਿਬਰੂ, ਬਾਈਬਲ ਜਿਹੜਾ ਹੈ ਹਿਬਰੂ ਲੈਂਗੁਏਜ ਦੇ ਵਿੱਚ ਹੈ ਅਤੇ ਉਸਨੂੰ ਜਿਹੜੀ ਹਿਬਰੂ ਨੂੰ ਜਿਹੜੀ ਹੈ ਉਹ ਪਰਮਾਤਮਾ ਦੀ ਭਾਸ਼ਾ ਮੰਨਿਆ ਗਿਆ। ਕੁਰਾਨ ਮਜੀਦ ਦੀ ਅਰਬੀ ਭਾਸ਼ਾ ਨੂੰ ਉਹਨਾਂ ਦੇ ਪੈਰਾਮਕਰਾਂ ਦੇ ਅਨੁਸਾਰ ਰੱਬੀ ਭਾਸ਼ਾਵਾਂ ਕਿਹਾ ਗਿਆ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਸਾਰੇ ਧਰਮ ਗ੍ਰੰਥ ਅੱਖਰਾਂ ਦੇ ਜੋੜ ਨਾਲ ਬਣੇ ਸ਼ਬਦਾਂ ਦੇ ਹੀ ਸੰਗ੍ਰਹਿ ਨੇ। ਰੱਬ ਇੱਕ ਹੈ ਪਰ ਵੱਖਰੇ ਵੱਖਰੇ ਧਰਮਾਂ ਨੇ, ਵੱਖਰੇ ਵੱਖਰੇ ਮਜ਼ਹਬਾਂ ਨੇ ਆਪਣੀ ਭਾਸ਼ਾ ਸੱਭਿਆਚਾਰ ਭੂਗੋਲਕ ਵੱਖਰੇਵੇਂ ਅਨੁਸਾਰ ਵੱਖ ਵੱਖ ਨਾਮ ਦੇ ਦਿੱਤੇ। ਜਿਵੇਂ ਜਿਵੇਂ ਕਿਸੇ ਨੂੰ ਅਨੁਭਵ ਹੋਇਆ ਉਵੇਂ ਉਵੇਂ ਉਸਨੇ ਆਪਣੀ ਭਾਸ਼ਾ ਦੇ ਸ਼ਬਦਾਂ ਵਿੱਚ ਪਰਮਾਤਮਾ ਬਾਰੇ ਜਿਹੜਾ ਉਹ ਵਰਣਨ ਕਰ ਦਿੱਤਾ। ਔਰ ਗੁਰਮਤ ਵਿੱਚ ਜਿਹੜੀ ਗੱਲ ਹੈ ਉਹ ਸ਼ਬਦ ਕੇਵਲ ਅੱਖਰਾਂ ਦੇ ਜੋੜ ਨਹੀਂ ਬਣਿਆ ਬਲਕਿ ਪਦ ਨਹੀਂ ਹੈ, ਇਹ ਅਕਾਲ ਪੁਰਖ ਦੀ ਆਵਾਜ਼ ਜਿਹੜੀ ਹੈ ਉਹ ਮੰਨੀ ਗਈ, ਜੋ ਓਂਕਾਰ ਦੇ ਰੂਪ ਦੇ ਵਿੱਚ ਸਾਡੇ ਸਰਵ ਵਿਆਪਕ ਹੈ, ਜੋ ਨਾਮ ਦੇ ਰੂਪ ਵਿੱਚ ਖੰਡਾਂ ਬ੍ਰਹਮੰਡਾਂ ਦੇ ਵਿੱਚ, ਜਿਵੇਂ ਡਾਕਟਰ ਸਾਹਿਬ ਨੇ ਵੀ ਨਾਮ ਦੀ ਗੱਲ ਕੀਤੀ। ਤਾਂ ਸ਼ਬਦ ਦਾ ਅਰਥ ਜਿਹੜਾ ਉਹ ਇੱਕ ਨਿਰਮਲ ਧੁਨੀ ਹੈ। ਇੱਕ ਇਤਿਹਾਸਕ ਤੌਰ 'ਤੇ ਵੀ ਗੱਲ ਆਉਂਦੀ ਹੈ ਕਿ ਭਾਈ ਮਨੀ ਸਿੰਘ ਨੂੰ ਨੇ ਇੱਕ ਦੁਆਰਾ ਲਿਖੀ ਗੁਰੂ ਗੋਬਿੰਦ ਸਿੰਘ ਸਾਹਿਬ ਵੱਲੋਂ ਲਿਖਵਾਈ ਇੱਕ ਸਿੱਖਾਂ ਦੀ ਭਗਤ ਮਾਲਾ, ਉਹਦੇ ਵਿੱਚ ਆਉਂਦਾ ਹੈ ਕਿ ਸਿੱਖ ਗੁਰੂ ਨਾਨਕ ਸਾਹਿਬ ਨੂੰ ਪੁੱਛਦੇ ਨੇ ਕਿ ਜੇ ਸਰੀਰਕ ਤੌਰ 'ਤੇ ਜਦੋਂ ਤੁਸੀਂ ਸਾਡੇ ਵਿੱਚ ਨਹੀਂ ਰਹੋਗੇ ਤਾਂ ਫਿਰ ਅਸੀਂ ਕੀ ਕਰਾਂਗੇ, ਕੀ ਐਸਾ ਨਹੀਂ ਹੋ ਸਕਦਾ ਕਿ ਤੁਸੀਂ ਸਾਡੇ ਨਾਲ ਹੀ ਰਹੋ। ਅਤੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਜੇ ਸਰੀਰ ਨਾਲ ਜੁੜੇ ਰਹੋਗੇ ਤਾਂ ਵਿਛੜ ਜਾਓਗੇ, ਜੇ ਸ਼ਬਦ ਨਾਲ ਜੁੜੇ ਰਹੋਗੇ ਤਾਂ ਹਮੇਸ਼ਾ ਨਾਲ ਜੁੜੇ ਰਹੋਗੇ। ਇਸ ਲਈ ਸ਼ਬਦ ਦੀ ਜਿਹੜੀ ਗੱਲ ਹੈ, ਤਾਂ ਇਹਦੀ ਇੱਕ ਮਿਸਾਲ ਦੇ ਕੇ ਮੈਂ ਗੱਲ ਖਤਮ ਕਰਾਂਗਾ। ਗੁਰਬਾਣੀ ਦੀ ਬੜੀ ਹੀ ਖੂਬਸੂਰਤ ਲਾਈਨ ਹੈ,
ਮੇਰੀ ਸੇਜੜੀ ਏ ਅਡੰਬਰ ਬਣਿਆ ਮਨ ਆਨੰਦ ਪਿਆ ਪ੍ਰਭ ਆਵਤ ਸੁਣਿਆ। ਅਤੇ ਉਹ ਲਿਖਾਰੀ ਲਿਖਦਾ ਕਿ ਜਦੋਂ ਮੈਂ ਇਹ ਲਾਈਨ ਪੜ੍ਹੀ ਗੁਰਬਾਣੀ ਦੀ ਤਾਂ ਮੈਂ ਕਹਿੰਦਾ ਹੈਰਾਨ ਹੋ ਗਿਆ ਕਿ ਕਿਵੇਂ ਲਕੀਰਾਂ ਨਾਲ ਇੱਕ ਅੱਖਰ ਬਣ ਜਾਂਦਾ, ਕਿਵੇਂ ਅਚਾਨਕ ਅੱਖਰ ਵਿੱਚੋਂ ਆਵਾਜ਼ ਨਿਕਲਣੀ ਸ਼ੁਰੂ ਹੋ ਜਾਂਦੀ ਹੈ ਔਰ ਫਿਰ ਅੱਖਰ ਨਾਲ ਅੱਖਰ ਜੁੜ ਕੇ ਸ਼ਬਦ ਬਣ ਕੇ ਅੱਖਰ ਅਰਥ ਦਿੰਦੇ ਨੇ ਅਤੇ ਖੂਬਸੂਰਤ ਬਾਣੀ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਹ ਕਰਾਮਾਤ ਹੈ। ਇਹ ਜਿਹੜੀ ਸ਼ਬਦ ਗੁਰੂ ਦੀ ਗੱਲ ਜਾਂ ਸ਼ਬਦ ਦੀ ਕਰਾਮਾਤ ਹੈ ਉਸ ਬਾਰੇ ਡਾਕਟਰ ਹਰਭਜਨ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਅਗਲੇ ਲੈਕਚਰ 'ਚ ਆਪਣੀ ਗੱਲ ਕਰਨਗੇ ਕਿ ਸ਼ਬਦ ਵਿਸਮਾਦ ਕੀ ਹੈ ਜਾਂ ਸ਼ਬਦ ਗੁਰੂ ਸ਼ਬਦ ਦਾ ਰੈਲੀਵੈਂਸ ਕੀ ਹੈ ਉਸ ਬਾਰੇ। ਆਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਇੱਕ ਵਾਰ ਫਿਰ ਆਪਣਾ ਮਨ ਆਪਣੀ ਸੁਰਤ ਇਕਾਗਰ ਕਰੀਏ। ਦਿੱਤੇ ਹੋਏ ਵਿਸ਼ੇ ਨੂੰ ਸਮਝਣ ਵਾਸਤੇ ਪ੍ਰਯਤਨ ਕਰੀਏ। ਇੱਕ ਕਿਸੇ ਸਹਿਜਧਾਰੀ ਬੀਬੀ ਨੇ ਸਵਾਲ ਪਾਇਆ ਸੀ, ਕਹਿੰਦੇ ਸਮਝ ਨਹੀਂ ਆਉਂਦੀ ਕਿ ਤੁਸੀਂ ਜਿਹੜਾ ਪਹਿਲਾਂ ਬੋਲਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਇਹਦੇ ਅਰਥ ਕੀ ਨੇ। ਉਹ ਇਸ ਕੇ ਅਰਥ ਹੈ ਕਿ ਖਾਲਸਾ ਇਹ ਗੁਰੂ ਕਾ ਜੋ ਬਣਾਇਆ ਹੋਇਆ ਸਿੱਖ ਹੈ, ਜੋ ਸਿੱਧਾ ਗੁਰੂ ਸੇ ਜੁੜਾ ਹੋਇਆ, ਉਹ ਪਰਮੇਸ਼ਵਰ ਕਾ ਬੰਦਾ ਹੈ। ਕਿਸੇ ਮਨੁਸ਼ ਕੀ ਪੂਜਾ ਕਰਨੇ ਵਾਲਾ ਨਹੀਂ ਹੈ, ਇੱਕ ਅਕਾਲ ਕੀ ਪੂਜਾ ਕਰਨੇ ਵਾਲਾ ਹੈ ਔਰ ਉਸੀ ਕਾ ਬੰਦਾ ਹੈ, ਉਸੀ ਕੋ ਸਮਰਪਿਤ ਹੈ ਪਰਮੇਸ਼ਵਰ ਕੋ। ਔਰ ਜੀਤ ਜੋ ਹੈ ਉਸਕਾ ਯਕੀਨ ਹੈ ਕਿ ਜੀਤ ਹਮੇਸ਼ਾ ਪਰਮੇਸ਼ਵਰ ਕੀ ਹੋਤੀ ਹੈ, ਕਿਸੀ ਕਮਿਊਨਿਟੀ ਕੀ ਜੀਤ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਬ ਯੁੱਧ ਜਿੱਤਾ ਬੰਗਾਣੀ ਕਾ, ਤੋ ਉਹਨਾਂ ਨੇ ਉਚਾਰਨ ਕੀਆ, ਭਾਈ ਜੀਤ ਮੇਰੀ ਕਿਰਪਾ ਖਾਲ ਕੇ ਰਹੀ ਹੈ, ਇਹ ਤੇਰੀ ਜਿੱਤ ਹੈ, ਮੇਰੀ ਜਿੱਤ ਨਹੀਂ ਹੈ। ਤੋ ਇਹ ਹਮੇ ਯੇ ਸ਼ਿਕਸ਼ਾ ਦਿੱਤਾ ਯੇ ਸਲੋਗਨ ਕਿ ਹਮ ਦੂਸਰੋ ਕੋ ਸਪਰੈਸ ਕਰਕੇ ਆਪਣੀ ਸੁਪਰੀਮੇਸੀ ਸਮੇਂ ਨਹੀਂ ਸਥਾਪਿਤ ਕਰਨਾ, ਬਲਕਿ ਉਸ ਪਰਮੇਸ਼ਵਰ ਕੇ ਸੁਪਰੀਮੇਸੀ ਜਗਤ ਮੇ ਹੋ, ਇਸਕੇ ਲਈ ਖਾਲਸਾ ਨੇ ਪ੍ਰਯਤਨ ਕਰਨਾ ਹੈ। ਤੋ ਆਓ ਆਪਣੇ ਵਿਸ਼ੇ 'ਤੇ ਆਈਏ। ਮੈਨੂੰ ਵਿਸ਼ਾ ਜਿਹੜਾ ਦਿੱਤਾ ਹੈ ਸ਼ਬਦ ਵਿਸਮਾਦ, ਭਾਵ ਇਹ ਹੈ ਪਹਿਲਾਂ ਤਾਂ ਸ਼ਬਦ ਕੀ ਹੈ, ਵਿਸਮਾਦ ਕੀ ਹੈ, ਇਸ ਨੂੰ ਅਸੀਂ ਜਿਹੜਾ ਇਹਦਾ ਸ਼ਾਬਦਿਕ ਅਰਥ ਬਣਦੇ ਨੇ ਉਹਨੂੰ ਸਮਝੀਏ। ਸ਼ਬਦ ਸੰਸਕ੍ਰਿਤ ਦੇ ਜਿਹੜਾ ਮੂਲ ਸ਼ਬਦ ਹੈ ਉਹ ਹੈ ਵੱਧ। ਵੱਧ ਅਰਥ ਹੁੰਦਾ ਬੋਲਣਾ, ਆਵਾਜ਼ ਕਰਨਾ, ਸਾਊਂਡ ਕਰਨਾ। ਸਵੱਧ, ਸਾ ਦਾ ਅਰਥ ਹੁੰਦਾ ਇੱਕ ਤਾਂ ਹੁੰਦਾ ਸੰਗ, ਜੋ ਚੀਜ਼ ਨਾਲ ਰਹਿਣ ਵਾਲੀ ਹੋਵੇ। ਦੂਜਾ ਸਾ ਦੇ ਨਾਲ ਪੋਜੀਟਿਵ ਅਰਥ ਬਣ ਜਾਂਦੇ ਨੇ ਕਿ ਚੰਗਾ ਬੋਲ ਹੈ, ਪਵਿੱਤਰ ਬੋਲ ਹੈ, ਪਵਿੱਤਰ ਵਾਣੀ ਹੈ, ਉਹ ਸ਼ਬਦ ਹੈ ਸਾ ਦਾ। ਫਿਰ ਅੱਗੇ ਵਾਹ ਵਿਗੜ ਕੇ ਬਾ ਹੋ ਗਿਆ ਹੈ ਔਰ ਸਾ ਵਿਗੜ ਕੇ ਸ਼ਾ ਹੋ ਗਿਆ ਹੈ। ਇਸ ਕਰਕੇ ਅਗਰ ਇਹਨੂੰ ਕੋਈ ਸ਼ਬਦ ਬੋਲਦਾ ਹੈ ਉਹ ਵੀ ਠੀਕ ਹੈ, ਅਗਰ ਇਹਨੂੰ ਕੋਈ ਸ਼ਬਦ ਕਹਿੰਦਾ ਤਾਂ ਉਹ ਵੀ ਠੀਕ ਹੈ। ਇਹਦੇ ਲਈ ਵਿਵਾਦ ਨਹੀਂ ਕਰਨਾ ਚਾਹੀਦਾ ਛੋਟੀਆਂ ਛੋਟੀਆਂ ਗੱਲਾਂ ਲਈ ਕਿ ਨਹੀਂ ਇਹਨੂੰ ਸ਼ਾ ਹੀ ਬੋਲਣਾ ਹੈ ਜਾਂ ਇਸ ਨੂੰ ਸਾ ਹੀ ਬੋਲਣਾ ਹੈ। ਇਸ ਦੇ ਸੰਬੰਧ ਵਿੱਚ ਮੈਂ ਬਿਲਕੁਲ ਕਲੀਅਰ ਹਾਂ ਕਿ ਮੂਲ ਜਿਹੜਾ ਹੈ ਇਹ ਸ਼ਬਦ ਹੈ, ਕਿਉਂਕਿ ਸਾ ਲੱਗਿਆ ਹੈ ਨਾਲ ਵੱਧਦੇ, ਪਰੰਤੂ ਇਸ ਦਾ ਅੱਗੇ ਸੰਸਕ੍ਰਿਤ ਵਿੱਚ ਉਚਾਰਨ ਜਿਹੜਾ ਹੈ ਉਹ ਸ਼ਬਦ ਹੋ ਗਿਆ ਹੈ। ਸ਼ਬਦ ਕੀ ਹੈ? ਪਹਿਲੀ ਗੱਲ ਇਹ ਸਮਝਣੀ, ਜਿਹੜੇ ਸੰਸਾਰ ਦੇ ਧਰਮ ਈਸ਼ਵਰਵਾਦੀ ਨੇ, ਜਿਹੜੇ ਕਹਿੰਦੇ ਪਰਮਾਤਮਾ ਹੈ, ਉਹਨਾਂ ਦਾ ਪੱਕਾ ਯਕੀਨ ਹੈ ਕਿ ਉਹ ਆਪਣੇ ਭਗਤਾਂ ਨਾਲ ਇੰਟਰੈਕਸ਼ਨ ਵੀ ਕਰਦਾ ਹੈ, ਉਹ ਉਹਨਾਂ ਨਾਲ ਬੋਲਦਾ ਵੀ ਹੈ, ਉਹਨਾਂ ਨਾਲ ਗੱਲ ਵੀ ਕਰਦਾ ਹੈ। ਗੱਲ ਇਸ ਤਰ੍ਹਾਂ ਨਹੀਂ ਜਿਵੇਂ ਅਸੀਂ ਆਪਸ ਵਿੱਚ ਕਰਦੇ ਹਾਂ, ਉਹ ਜਿਸ ਵੀ ਤਰੀਕੇ ਨਾਲ ਕਰੇ ਉਹਦੇ ਵੱਖ ਵੱਖ ਮੈਥਡ ਹਨ। ਖਾਸ ਕਰਕੇ ਕੁਰਾਨ ਜਿਹੜੀ ਹੈ ਉਹ 7 ਤਰੀਕਿਆਂ ਨਾਲ ਉਹਦਾ ਅਵਤਰਣ ਹੁੰਦਾ ਹੈ, ਕਦੇ ਲਿਖਤ ਵਿੱਚ ਆ ਜਾਂਦਾ ਹੈ,
ਕਦੇ ਕੋਈ ਘੰਟੀਆਂ ਵਰਗੀ ਆਵਾਜ਼ ਤੋਂ ਪੈਗੰਬਰ ਸਾਹਿਬ ਸਮਝ ਲੈਂਦੇ ਨੇ ਕੁਰਾਨ ਦੀਆਂ ਆਇਤਾਂ, ਕਦੇ ਪਰਮਾਤਮਾ ਪਰਦੇ ਪਿੱਛੇ ਬੋਲਦਾ ਹੈ, ਕਦੇ ਕਿਸੇ ਹੋਰ ਸਾਧਨ ਰਾਹੀਂ ਕਮਿਊਨੀਕੇਟ ਕਰਦਾ। ਉਹ ਸੱਤ ਤਰੀਕੇ ਹਨ। ਤਾਂ ਪਰਮਾਤਮਾ ਆਪਣੇ ਭਗਤਾਂ ਨਾਲ ਗੱਲਬਾਤ ਕਰਦਾ ਹੈ, ਆਪਣਾ ਜਿਹੜਾ ਉਸ ਦੀ ਪ੍ਰਾਰਥਨਾ ਸ਼੍ਰਵਣ ਕਰਦਾ, ਅਤੇ ਫਿਰ ਉਹ ਆਪ ਮਾਰਗਦਰਸ਼ਕ ਬਣ ਕੇ ਪੈਗੰਬਰ ਰਾਹੀਂ ਜੋ ਸੰਸਾਰ ਨੂੰ ਕਹਿਣਾ ਹੈ ਉਹ ਕਮਿਊਨੀਕੇਟ ਕਰਦਾ ਹੈ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇਦਾ ਲਓ। ਤੋ ਸਾਰੇ ਹੀ ਧਰਮ ਜਿਹੜੇ ਈਸ਼ਵਰ ਨੂੰ ਮੰਨਦੇ ਨੇ ਉਹ ਸ਼ਬਦ ਪ੍ਰਸਤ ਕਿਸੇ ਨਾ ਕਿਸੇ ਰੂਪ ਵਿੱਚ ਜ਼ਰੂਰ ਨੇ। ਇਸ ਕਰਕੇ ਇਹ ਅਭਿਮਾਨ ਕਦੇ ਨਹੀਂ ਸਿੱਖ ਨੇ ਕਰਨਾ ਕਿ ਬਾਣੀ ਨੂੰ ਮੰਨਣ ਵਾਲਾ ਕੇਵਲ ਉਹੀ ਹੈ। ਇਹ ਵਿਚਾਰ ਤਿਆਗ ਦੇਣਾ ਹੈ। ਸਾਰੇ ਹੀ ਉਹ ਧਰਮ ਜਿਨ੍ਹਾਂ ਦਾ ਪਰਮੇਸ਼ਰ ਦੀ ਐਗਜਿਸਟੈਂਸ ਵਿੱਚ, ਉਸਦੀ ਹੋਂਦ ਵਿੱਚ ਯਕੀਨ ਹੈ, ਵਿਸ਼ਵਾਸ ਹੈ, ਉਹ ਸਾਰੇ ਦੇ ਸਾਰੇ ਪਰਮੇਸ਼ਰ ਦੇ ਸ਼ਬਦ ਵਿੱਚ ਵੀ ਯਕੀਨ ਰੱਖਦੇ ਨੇ। ਦੂਜਾ ਸ਼ਬਦ ਜਿਹੜਾ ਹੈ ਉਹ ਹੈ ਵਿਸਮਾਦ। ਵਿਸਮੈ ਹੁੰਦਾ ਹੈਰਾਨੀ। ਵਿਸਮਾਦ ਉਹ ਆਨੰਦ ਹੈ ਜਦੋਂ ਬੰਦਾ ਪਰਮੇਸ਼ਰ ਦੇ ਅਨੰਤਤਾ ਦਾ ਦੀਦਾਰ ਕਰਦਾ ਹੈ, ਅਤੇ ਉਹ ਹੈਰਾਨ ਵੀ ਹੁੰਦਾ ਹੈ ਅਤੇ ਉਹਨੂੰ ਸਵਾਦ ਵੀ ਆਉਂਦਾ, ਆਨੰਦ ਵੀ ਆਉਂਦਾ। ਉਸ ਨੂੰ ਅਸੀਂ ਵਿਸਮਾਦ ਕਹਾਂਗੇ। ਇੱਕ ਤਾਂ ਨਾ ਇੱਕ ਤਾਂ ਹੁੰਦਾ ਨਾ ਵੀ ਕੋਈ ਮਿਠਾਈ ਖਾ ਲਈ, ਕੋਈ ਚੀਜ਼ ਖਾ ਲਈ, ਸਵਾਦ ਆਇਆ, ਬੜਾ ਆਨੰਦ ਆਇਆ, ਪਰੰਤੂ ਉਸਨੇ ਕੋਈ ਹੈਰਾਨ ਥੋੜ੍ਹਾ ਕੀਤਾ, ਪਹਿਲਾਂ ਵੀ ਸਵਾਦਲੀਆਂ ਚੀਜ਼ਾਂ ਖਾਂਦੇ ਰਹੇ। ਕਦੇ ਕਦੇ ਕੋਈ ਚੀਜ਼ ਐਸੀ ਵੇਖਦੇ ਹਾਂ ਜਿਹੜੀ ਕਦੇ ਨਹੀਂ ਡਿੱਠੀ, ਉਸਨੂੰ ਵੇਖ ਕੇ ਹੈਰਾਨੀ ਵੀ ਹੁੰਦੀ ਹੈ, ਅਤੇ ਫਿਰ ਜੇ ਪਰਮੇਸ਼ੁਰ ਵੱਲ ਧਿਆਨ ਹੋਵੇ ਵੀ ਕਿਆ ਕੁਦਰਤ ਉਸਨੇ ਕਿਤਨੇ ਪ੍ਰਕਾਰ ਦੀਆਂ ਚੀਜ਼ਾਂ ਬਣਾਈਆਂ ਨੇ, ਉਹਦੇ ਵਿੱਚੋਂ ਆਨੰਦ ਵੀ ਆਉਂਦਾ ਹੈ। ਉਹ ਜਿਹੜਾ ਆਨੰਦ ਜਿਸ ਵਿੱਚ ਬੰਦਾ ਬ੍ਰਹਮ ਦੀ, ਪ੍ਰਭੂ ਦੀ, ਵਾਹਿਗੁਰੂ ਦੀ, ਅਕਾਲ ਪੁਰਖ ਦੀ ਅਨੰਤਤਾ ਵੇਖ ਕੇ ਜਦੋਂ ਉਹ ਆਨੰਦ ਵਿੱਚ ਜਾਂਦਾ ਹੈ, ਉਸ ਨੂੰ ਅਸੀਂ ਵਿਸਮਾਦ ਕਹਿ ਲੈਂਦੇ ਹਾਂ। ਇਹ ਵਿਸਮਾਦ ਜਿਹੜਾ ਹੈ ਇਹ ਵਾਹਿਗੁਰੂ ਪਦ ਦੇ ਵਿੱਚ ਹੈ। ਵਾਹ ਵਾਹ ਕਦੋਂ ਨਿਕਲੇਗੀ? ਜਦੋਂ ਵਿਸਮਾਦ ਆਏਗਾ। ਵਾਹ ਉਦੋਂ ਨਿਕਲੇਗੀ ਜਦੋਂ ਬੰਦਾ ਹੈਰਾਨ ਹੋ ਜਾਏਗਾ ਪਰਮੇਸ਼ਰ ਦੀ ਕੁਦਰਤ ਨੂੰ ਵੇਖ ਕੇ, ਉਦੋਂ ਮੂੰਹ ਚੋਂ ਵਾਹ ਨਿਕਲੇਗਾ। ਤੋ ਵਾਹਿਗੁਰੂ ਇੱਕ ਵਿਸਮਾਦੀ ਪਦ ਹੈ। ਵਾਹ ਕੋਈ ਨਾਮ ਥੋੜ੍ਹਾ, ਵਾਹ ਤੇ ਨਾਮ ਦਾ ਆਨੰਦ ਹੈ, ਇਹ ਧਿਆਨ ਰੱਖਣਾ ਹੈ। ਜਿਹੜਾ ਵਾਹਿਗੁਰੂ ਹੈ ਇਹ ਤੇ ਉਸਦੀ ਅਨੰਤਤਾ ਦਾ ਸਵਾਦ ਹੈ, ਰਸ ਹੈ। ਅਸੀਂ ਤਾਂ ਬੜੇ ਬੇਰਸੇ ਤਰੀਕੇ ਨਾਲ ਹੀ ਕਦੇ ਕਦੇ ਵਾਹਿਗੁਰੂ ਵਾਹਿਗੁਰੂ ਕਰਨ ਲੱਗ ਜਾਂਦੇ ਹਾਂ। ਨਾਲ ਵਾਲਾ ਉਂਝ ਵੀ ਕਈ ਵਾਰੀ ਡਰ ਜਾਏ ਵੀ ਇਸ ਤਰੀਕੇ ਨਾਲ। ਉਸ ਨਾਲ ਇਹ ਇੱਕ ਪਰਮ ਆਨੰਦ ਦਾ ਲਖਾਇਕ ਇਹ ਸ਼ਬਦ ਹੈ ਵਾਹਿਗੁਰੂ, ਜਿਸ ਵਿੱਚੋਂ ਉਹ ਰਸ ਆਵੇ ਜਿਹੜਾ ਕਦੇ ਕਿਸੇ ਹੋਰ ਵਸਤੂ ਵਿੱਚੋਂ ਆਇਆ ਨਹੀਂ। ਔਰ ਆਵੇ ਕਦੋਂ? ਜਦੋਂ ਕੁਦਰਤ ਦੀ ਅਨੰਤਤਾ ਵਿੱਚੋਂ ਆਨੰਦ ਆਏ। ਇਹ ਧਿਆਨ ਰੱਖਣਾ, ਜੋ ਯੋਗੀ ਹੈ, ਏਕਲ ਸਾਧਕ ਹੈ, ਇਕਾਂਤਵਾਸੀ ਹੈ, ਸੰਨਿਆਸੀ ਹੈ, ਜਗਤ ਤੋਂ ਨਿਰਲੇਪ ਰਹਿੰਦਾ ਹੈ, ਉਸ ਨੂੰ ਕੁਦਰਤ ਅੱਛੀ ਨਹੀਂ ਲੱਗਦੀ। ਇਸ ਕਰਕੇ ਉਸ ਦੇ ਗਿਆਨ ਵਿੱਚ ਵਿਸਮਾਦ ਨਹੀਂ ਆ ਸਕਦਾ, ਕਿਉਂਕਿ ਕੁਦਰਤ ਚੌਗਿਰਦਾ ਉਸਨੂੰ ਖਰਾਬ ਲੱਗਿਆ, ਤਾਂ ਉਹ ਜਾ ਕੇ ਕਿਸੇ ਗੁਫਾ ਵਿੱਚ ਛਿਪ ਗਿਆ ਹੈ, ਕਿਸੇ ਪਹਾੜੀ 'ਤੇ ਚੜ੍ਹ ਗਿਆ ਹੈ, ਕਿਸੇ ਜੰਗਲ ਵਿੱਚ ਜਾ ਛਿਪਿਆ ਹੈ, ਕੋਈ ਜੰਗਲ 'ਚ ਕੁਟੀਆ ਬਣਾ ਕੇ ਕਿ ਕਿਸੇ ਦੇ ਮੱਥੇ ਨਹੀਂ ਲੱਗਣਾ, ਐਸੀ ਜਗ੍ਹਾ 'ਤੇ ਬੈਠ ਗਿਆ ਹੈ। ਜਿਹੜਾ ਸੰਗਤੀ ਧਰਮ ਹੈ ਉਹ ਕੁਦਰਤ ਨੂੰ ਵਿਸਮਾਦ ਰੂਪ ਵਿੱਚ ਪ੍ਰਸਤੁਤ ਕਰਦਾ ਹੈ ਕਿ ਇਹ ਤਾਂ ਸਾਰਾ ਆਨੰਦ ਹੀ ਆਨੰਦ ਹੈ, ਸਭ ਫੁੱਲਾਂ ਕੀ ਬਾਗ, ਇਹ ਤੇ ਖਿੜਿਆ ਹੱਬ ਸੰਸਾਰ ਜਿਉਂ
ਸਾਰਾ ਸੰਸਾਰ ਖਿੜਿਆ ਪਿਆ, ਹਰਿਆ ਭਰਿਆ, ਸਾਰੇ ਪਾਸੇ ਆਨੰਦ ਹੀ ਆਨੰਦ ਬਿਖਰਿਆ ਹੋਇਆ ਹੈ। ਇਹ ਦ੍ਰਿਸ਼ਟੀ ਗੁਰੂ ਮਹਾਰਾਜ ਜੀ ਨੇ ਦਿੱਤੀ ਹੈ ਸਾਨੂੰ। ਇਹ ਆਨੰਦ ਆਏਗਾ ਕਦੋਂ? ਜਦੋਂ ਅਸੀਂ ਪਹਿਲੇ ਲੈਕਚਰ ਵਿੱਚ ਕਿਹਾ ਸੀ ਕਿ ਜਦੋਂ ਸਾਰੇ ਲੋਕਾਂ ਵਿੱਚ ਧਰਮ ਦੀ ਸਥਾਪਨਾ ਵੇਖਾਂਗੇ, ਜਦੋਂ ਸਾਰੇ ਲੋਕਾਂ ਵਿੱਚ ਜਦੋਂ ਈਸ਼ਵਰ ਦਾ ਨੂਰ ਜਦੋਂ ਨਜ਼ਰ ਆਏਗਾ, ਤਦੋਂ ਬੰਦੇ ਨੂੰ ਵਿਸਮਾਦ ਆ ਸਕਦਾ ਹੈ। ਜਿਸ ਨੂੰ ਨਿਆਰਾਪਣ ਚੰਗਾ ਹੀ ਨਹੀਂ ਲੱਗਦਾ, ਜਿਸ ਨੂੰ ਮੁਸਲਮਾਨ ਦੀ ਟੋਪੀ ਦੇ ਕੇ ਨਫ਼ਰਤ ਹੋ ਜਾਵੇ, ਜਿਸ ਨੂੰ ਮਸੀਤ ਦੇਖ ਕੇ ਨਫ਼ਰਤ ਹੋ ਜਾਏ, ਜਾਂ ਕਿ ਕੋਈ ਸ਼ਿਵਾਲਾ ਦੇਖ ਕੇ ਨਫ਼ਰਤ ਹੋ ਜਾਏ, ਕਿਸੇ ਦੀ ਵੇਸ਼ਭੂਸ਼ਾ, ਕਿਸੇ ਦੀ ਧਾਰਮਿਕ ਰੋ ਰੀਤੀ ਦੇਖ ਕੇ ਅਗਰ ਮਨ ਦੇ ਵਿੱਚ ਕੋਈ ਖਟਾਸ ਆ ਜਾਵੇ, ਉਸ ਵਿਅਕਤੀ ਨੂੰ ਕਦੇ ਵੀ ਆਨੰਦ ਨਹੀਂ ਆ ਸਕਦਾ। ਵਿਸਮਾਦ ਕੀ ਹੈ? ਮੇਰੀ ਬੜੀ ਵਿਆਖਿਆ ਹੈ ਆਸਾ ਦੀ ਵਾਰ ਵਿੱਚ। ਜੋ ਕੁਝ ਹੈ ਸਭ ਚੰਗਾ ਹੈ, ਜਦੋਂ ਤੱਕ ਬੰਦਾ ਇਹ ਨਹੀਂ ਮੰਨਦਾ ਤਦੋਂ ਤੱਕ ਵਿਸਮਾਦ ਨਹੀਂ ਪ੍ਰਾਪਤ ਹੋ ਸਕਦਾ, ਔਰ ਵਾਹਿਗੁਰੂ ਨਹੀਂ ਜਪ ਸਕਦਾ ਬੰਦਾ। ਵਾਹਿਗੁਰੂ ਜਪਿਆ ਤਦੋਂ ਸਾਰਥਕ ਹੈ ਜਦੋਂ ਬੰਦੇ ਨੂੰ ਸਾਰੀ ਕੁਦਰਤ ਵਿੱਚ ਰੱਬ ਦਾ ਨੂਰ, ਇੱਕ ਰੱਬ ਦਾ ਨੂਰ ਨਜ਼ਰ ਆਵੇ। ਉਦੋਂ ਜੇ ਵਾਹਿਗੁਰੂ ਮੂੰਹ ਵਿੱਚੋਂ ਨਿਕਲੇ ਉਹ ਸਾਰਥਕ ਹੈ। ਇਹ ਜੇ ਨਾ ਅੰਦਰ ਕਿਤੇ ਰੱਬ ਵੱਸਦਾ ਨਜ਼ਰ ਆਏ, ਨਾ ਬਾਹਰ ਵੱਸਦਾ ਨਜ਼ਰ ਆਏ, ਤਾਂ ਐਵੇਂ ਵਾਹਿਗੁਰੂ ਵਾਹਿਗੁਰੂ ਕਰੀ ਜਾਵੇ, ਉਹ ਤਾਂ ਐਵੇਂ ਸਮਝੋ ਵੀ ਉਹ ਬੇਰਸਾ ਜਾਪ ਹੈ ਜਿਹੜਾ ਸ਼ਾਇਦ ਲੋਕਾਂ ਹੋਰਾਂ ਨੂੰ ਪਰੇਸ਼ਾਨੀ ਪੈਦਾ ਕਰਦਾ, ਉਹਨਾਂ ਨੂੰ ਕੋਈ ਸਵਾਦ ਨਹੀਂ ਦਿੰਦਾ, ਕੋਈ ਆਨੰਦ ਨਹੀਂ ਦਿੰਦਾ। ਇਸ ਚੀਜ਼ ਦਾ ਅਸੀਂ ਧਿਆਨ ਰੱਖਣਾ ਹੈ ਕਿ ਜਿਹੜਾ ਵਿਸਮਾਦ ਹੈ, ਆਸਾ ਦੀ ਵਾਰ ਵਿੱਚ ਕਿਹਾ ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਉਹ ਵੇਦ ਜਿਸ ਦੇ ਬਾਰੇ ਇਹ ਵੀ ਲਿਖਿਆ ਵੇਦ ਕਤੇਵ ਇਫਤਰਾ ਭਾਈ ਦਿਲ ਕਾ ਫਿਕਰ ਨਾ ਜਾਏ, ਉਸਨੂੰ ਵੀ ਵਿਸਮਾਦ ਕਿਹਾ ਜਿਹਦੇ ਵਿੱਚ ਯਕੀਨ ਨਹੀਂ ਹੈ, ਫੇਥ ਨਹੀਂ ਹੈ, ਪਰੰਤੂ ਉਸਨੂੰ ਵੀ ਕਿਹਾ ਵਿਸਮਾਦ ਹੈ। ਮੇਰਾ ਇਸਲਾਮ ਦੀ ਰੋ ਰੀਤੀ ਵਿੱਚ, ਉਹਨਾਂ ਦੇ ਨਿਕਾਹ ਦੇ ਢੰਗ ਦੇ ਵਿੱਚ ਮੇਰਾ ਕੋਈ ਵਿਸ਼ਵਾਸ ਹੋਵੇ ਜਾਂ ਨਾ ਹੋਵੇ, ਪਰੰਤੂ ਉਸਨੂੰ ਵੇਖ ਕੇ ਮੈਨੂੰ ਆਨੰਦ ਆਇਆ ਕਿ ਵਾਹ ਬਈ ਇੱਕ ਰੀਤੀ ਆ, ਇੱਕ ਆ ਵੀ, ਇੱਕ ਆ ਵੀ, ਇੱਕ ਆ ਵੀ ਹੈ, ਇੱਕ ਹਿੰਦੂ ਹੋਰ ਤਰ੍ਹਾਂ ਕਰ ਰਿਹਾ, ਕਰਨਾ ਵਿਆਹ ਹੈ ਸਾਰਿਆਂ, ਬੰਦਾ ਸੋਚੇ ਤਾਂ ਸਹੀ, ਕਰਨਾ ਤਾਂ ਵਿਆਹ ਹੀ ਹੈ ਨਾ, ਕੋਈ ਕਿਸੇ ਤਰੀਕੇ ਨਾਲ ਕਰ ਰਿਹਾ, ਕੋਈ ਕਿਸੇ ਨਾ ਕੋਈ ਚਰਚ ਵਿੱਚ ਕਰ ਰਿਹਾ, ਅਤੇ ਕੋਈ ਕਿਤੇ ਕਰ ਰਿਹਾ ਹੈ, ਅਤੇ ਕਰਨਾ ਵਿਆਹ ਹੀ ਹੈ। ਹੋਣਾ ਗ੍ਰਿਸ਼ਤੀ ਜੀਵਨ ਤਾਂ ਇੱਕੋ ਜਿਹਾ ਹੀ ਹੈ, ਗ੍ਰਿਸ਼ਤਾ ਇੱਕੋ ਜਿਹਾ ਹੀ ਹੈ, ਉਹੀ ਪਤੀ ਪਤਨੀ ਦੇ ਸੰਬੰਧ ਹੋਣੇ ਨੇ, ਉਹੀ ਘਰ ਪਰਿਵਾਰ ਵਸਣਾ, ਉਹੀ ਬੱਚੇ ਹੋਣੇ ਨੇ, ਸੰਤਾਨ ਹੋਣੀ ਹੈ, ਹੋਣਾ ਤਾਂ ਉਹੀ ਹੈ। ਪਰ ਕਿੰਨੇ ਤਰੀਕਿਆਂ ਨਾਲ, ਇੱਕ ਵਿਆਹ ਕਿਉਂ ਨਹੀਂ ਹੁੰਦਾ, ਇੱਕ ਤਰੀਕੇ ਨਾਲ ਕਿਉਂ ਨਹੀਂ ਹੁੰਦਾ, ਕਈ ਤਰੀਕਿਆਂ ਨਾਲ ਹੁੰਦਾ। ਉਹ ਕਈ ਤਰੀਕਿਆਂ ਨੂੰ ਵੇਖ ਕੇ ਜਿਹੜਾ ਵਿਸਮਾਦ ਕਿ ਵਾਹਿਗੁਰੂ ਇਹ ਤਰੀ ਕੁਦਰਤ ਉਹਦਾ ਕਮਾਲ ਹੈ। ਕਿਸੇ ਐਸੀ ਜਗ੍ਹਾ 'ਤੇ ਜਾਈਏ ਜਿੱਥੇ ਹੋਰ ਹੀ ਕੋਈ ਢੰਗ ਹੋਵੇ, ਅਤੇ ਉਸਨੂੰ ਵੇਖ ਕੇ ਬੰਦਾ ਵਾਹ ਵਾਹ ਕਮਾਲ ਹੈ। ਅਸੀਂ ਬਾਹਰ ਘੁੰਮਣ ਕਿਉਂ ਜਾਂਦੇ ਹਾਂ? ਸੈਰ ਕਰਨੀ ਦੂਰ ਦੇਸ਼ਾਂ ਦੀ ਕਿਉਂ ਚੰਗੀ ਲੱਗਦੀ ਹੈ? ਵੇਖੀਏ ਉੱਥੋਂ ਦੀਆਂ ਰੋ ਰੀਤੀਆਂ, ਉੱਥੇ ਇਨਸਾਨ ਕਿਵੇਂ ਰਹਿੰਦਾ, ਅਤੇ ਉਸਨੂੰ ਵੇਖ ਕੇ ਫਿਰ ਕਹਿੰਦੇ ਵਾਹ ਕਮਾਲ ਹੈ, ਤਾਂ ਉੱਥੇ ਦੇ ਪਹਾੜ ਕਿਵੇਂ ਦੇ ਨੇ, ਉੱਥੇ ਨਦੀਆਂ ਨਾਲੇ ਕਿਵੇਂ ਦੇ ਨੇ। ਇਹ ਅਨੰਤਤਾ ਵੇਖ ਕੇ ਵਿਸਮਾਦ ਬੰਦੇ ਦੇ ਮਨ ਵਿੱਚ ਪੈਦਾ ਹੁੰਦਾ ਹੈ ਸਾਡਾ, ਕਿਉਂਕਿ ਬਾਹਰਲੀਆਂ ਬਾਹਰਲੀਆਂ ਚੀਜ਼ਾਂ ਛੋਟੀਆਂ ਮੋਟੀਆਂ ਦੇਖੀਆਂ, ਆਨੰਦ ਆਇਆ ਅਤੇ ਉਹ ਦੌੜ ਗਿਆ। ਪਰੰਤੂ ਜਦੋਂ ਬੰਦਾ ਸੁਹਿਰਤਾ ਨਾਲ ਹਰ ਚੀਜ਼ ਦੀ ਵਿਭਿੰਨਤਾ ਨੂੰ ਵੇਖ ਕੇ ਜਦੋਂ ਬੰਦੇ ਨੂੰ ਆਨੰਦ ਆਉਂਦਾ, ਤਾਂ ਵਿਸਮਾਦ ਪੈਦਾ ਹੁੰਦਾ ਹੈ। ਉਹ ਰੀਤੀ ਮੈਂ ਧਾਰਨ ਕਰਦਾ ਹਾਂ ਜਾਂ ਨਹੀਂ, ਇਹ ਕੋਈ ਪ੍ਰੋਬਲਮ ਨਹੀਂ। ਉਹ ਜੇ ਮੇਰੀ ਹੀ ਰੀਤੀ ਹੁੰਦੀ, ਫਿਰ ਤਾਂ ਡਿਫਰੈਂਟ ਹੁੰਦੀ ਹੋਈ, ਇਹਨਾਂ ਨੂੰ ਵੇਖ ਕੇ ਵਿਸਮਾਦ ਕਿੱਥੋਂ ਆਉਣਾ ਸੀ, ਉਸਨੂੰ ਵੇਖ ਕੇ ਵਿਸਮਾਦ ਕਿੱਥੋਂ ਆਉਣਾ ਸੀ। ਔਰੰਗਜ਼ੇਬ ਅਤੇ ਗੁਰੂ ਤੇਗ ਬਹਾਦਰ ਵਿੱਚ ਇਹ ਹੀ ਅੰਤਰ ਹੈ। ਉਸਨੂੰ ਹਿੰਦੂ ਨੂੰ ਵੇਖ ਕੇ ਖੁਸ਼ੀ ਨਹੀਂ ਹੋ ਰਹੀ, ਉਹ ਕਹਿੰਦੇ ਸਭ ਇੱਕ ਜਿਹੇ ਹੋਣੇ ਚਾਹੀਦੇ। ਗੁਰੂ ਤੇਗ ਬਹਾਦਰ ਕੀ ਕਹਿੰਦੇ ਨੇ? ਉਹ ਕਹਿੰਦੇ ਤੇ ਵਰਾਇਟੀ ਹੈ, ਇਹ ਤੇ ਵਰਾਇਟੀ ਹੈ, ਇਹ ਤਾਂ ਪਰਮੇਸ਼ਰ ਨੇ ਭਾਂਤ ਭਾਂਤ ਦੇ ਫੁੱਲ ਪੈਦਾ ਕੀਤੇ ਨੇ। ਤੂੰ ਅਗਰ ਦੋ ਤੋਂ ਪਰੇਸ਼ਾਨ ਹੈ ਤਾਂ ਮੈਂ ਇੱਕ ਤੀਜਾ ਹੋਰ, ਅਸੀਂ ਤੇ ਤੀਜਾ ਹੋਰ ਬਣਾ ਰਹੇ ਹਾਂ। ਹਾਂ, ਉਹ ਕਹਿੰਦੇ ਤੂੰ ਦੋ ਤੋਂ ਇੱਕ ਕਰਨਾ ਚਾਹੁੰਦੇ, ਅਸੀਂ ਦੋ ਤੋਂ ਤਿੰਨ ਕਰਨਾ ਚਾਹੁੰਦੇ। ਕਿਉਂ? ਕਿਉਂਕਿ ਇਹ ਤੇ ਕਾਦਰ ਹੈ, ਉਸਨੇ ਇੱਕ ਜੈਸੀਆਂ ਚੀਜ਼ਾਂ ਨਹੀਂ ਬਣਾਈਆਂ, ਉਸਨੇ ਉਂਗਲੀਆਂ ਵੀ ਇੱਕ ਸਮਾਨ ਨਹੀਂ ਬਣਾਈਆਂ,
ਵੱਡੀ ਛੋਟੀ ਕਿਸ ਤਰੀਕੇ ਉਸਨੇ ਇੱਕ ਜੈਸੇ ਨੈਣ ਨਕਸ਼ ਨਹੀਂ ਬਣਾਏ, ਉਸਨੇ ਇੱਕ ਜੈਸਾ ਕਿਸੇ ਦਾ ਬੋਲ ਬਾਣੀ ਨਹੀਂ ਬਣਾਈ। ਕਿਉਂ? ਇਸ ਕਾਰਨ ਕਿ ਬੋਰ ਨਾ ਹੋ ਜਾਈਏ। ਇੱਕੋ ਜਿਹੀਆਂ ਸੂਰਤਾਂ ਹੋਣ, ਕੋਈ ਪਹਿਚਾਨਣਾ ਹੀ ਔਖਾ ਹੋ ਜਾਏ, ਕੋਈ ਪਹਿਚਾਣ ਹੀ ਨਹੀਂ ਸਕਾਂਗੇ। ਸਵਾਦ ਕਿੱਥੋਂ ਆਏਗਾ ਜੀਵਨ ਦਾ? ਜੀਵਨ ਵਿੱਚ ਸਵਾਦ ਇਸ ਕਾਰਨ ਹੈ ਕਿ ਇੱਥੇ ਵਿਭਿੰਨਤਾ ਹੈ, ਤੇ ਉਸ ਵਿਭਿੰਨਤਾ ਨੂੰ ਵੇਖ ਕੇ ਜਿਸ ਨੂੰ ਆਨੰਦ ਆਉਂਦਾ ਉਹ ਵਿਸਮਾਦ ਵਿੱਚ ਹੈ। ਜਿਸ ਨੂੰ ਉਹ ਵਿਭਿੰਨਤਾ ਵੇਖ ਕੇ ਪਰੇਸ਼ਾਨੀ ਹੁੰਦੀ ਹੈ, ਉਸਨੂੰ ਵਿਸਮਾਦ ਨਹੀਂ ਕਦੇ ਪ੍ਰਾਪਤ ਹੋ ਸਕਦਾ, ਨਾ ਸ਼ਬਦ ਦਾ, ਨਾ ਧਰਮ ਦਾ, ਕਿਸੇ ਚੀਜ਼ ਦਾ, ਨਾ ਕੀਰਤਨ ਦਾ, ਨਾ ਕਥਾ ਦਾ, ਉਹਨੂੰ ਵਿਸਮਾਦ ਨਹੀਂ ਆ ਸਕਦਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ, ਉਹਨਾਂ ਦੇ ਪ੍ਰਕਾਰ ਜੀਵਾਂ ਦੇ, ਉਹ ਵੇਖ ਕੇ ਆਨੰਦ ਹੁੰਦਾ ਕਿ ਵਾਹ ਬਈ ਵਾਹ, ਇਹ ਪਰਮੇਸ਼ਰ ਕਿਆ ਕਿਆ ਤੂੰ ਕੁਦਰਤ ਸਾਜੀ ਹੈ। ਵਿਸਮਾਦ ਜੀਵ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ। ਸਾਨੂੰ ਕਿਤੇ ਕਾਲਾ ਬੰਦਾ ਵੇਖ ਲਈਏ, ਐਵੇਂ ਨੱਕ ਜਾਂ ਸਕੋਰਦਿਆਂ ਦਾ ਰੰਗ ਕਾਲਾ ਹੈ, ਇਹ ਨਹੀਂ ਵੇਖਦੇ ਕਿ ਰੂਪ ਹੈ। ਗੋਰੀ ਗੋਰੇ ਚਿਹਰੇ ਵਿੱਚੋਂ ਜਿਹੜੀ ਸੁੰਦਰਤਾ ਦਿਸ ਰਹੀ, ਉਹ ਤਾਂ ਇਹਦੇ ਕਾਰਨ ਹੈ। ਅਸਲ ਬਿਊਟੀ ਤਾਂ ਇਹਦੀ ਉੱਥੇ ਪ੍ਰਤੱਖ ਹੋਈ ਹੈ, ਬਿਊਟੀ ਤਾਂ ਇਸਨੇ ਦਿੱਤੀ ਹੈ, ਅਤੇ ਉਹ ਸਾਨੂੰ ਉਹ ਬਿਊਟੀ ਲੱਗ ਨਹੀਂ ਰਹੀ ਉਹਦੇ 'ਚ। ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੇ ਜੰਤ, ਵਿਸਮਾਦ ਪਾਉਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡਾਂ ਵਿਡਾਣੀ। ਅਗਨੀ ਵਿਨਾਸ਼ ਕਰ ਰਹੀ ਹੈ, ਪਰੰਤੂ ਉਹ ਵਿਨਾਸ਼ ਲੀਲਾ ਕਰਦਿਆਂ ਹੋਇਆਂ ਵੀ ਉਹਦੀ ਸ਼ਕਤੀ ਹੈਰਾਨੀਜਨਕ ਹੈ, ਉਹਦੇ ਵਿੱਚ ਉਹ ਕੁਦਰਤ, ਉਹ ਕਾਦਰ ਕਰਵਾ ਰਿਹਾ ਉਸ ਤੋਂ। ਸੋ ਇਹ ਵਿਸਮਾਦ ਹੈ ਜਿਹੜਾ ਸ਼ਬਦ ਪ੍ਰਦਾਨ ਕਰਦਾ ਹੈ। ਸ਼ਬਦ ਮਨੁੱਖ ਨੂੰ ਬ੍ਰਹਮ ਦਾ ਗਿਆਨ ਹੀ ਨਹੀਂ ਦਿੰਦਾ, ਬਲਕਿ ਬ੍ਰਹਮ ਦੇ ਜਿਹੜੀ ਕੁਦਰਤ ਵਿੱਚ ਉਸਨੇ ਆਪਣੇ ਰੂਪ ਬਣਾਏ ਨੇ ਉਹਨਾਂ ਦਾ ਬੋਧ ਵੀ ਕਰਵਾਉਂਦਾ ਹੈ। ਬ੍ਰਹਮ ਦੇ ਦਰਸ਼ਨ ਕੁਦਰਤ ਵਿੱਚੋਂ ਕਰਵਾਉਣ ਵਾਲਾ ਸ਼ਬਦ ਹੈ, ਖਾਸ ਕਰਕੇ ਗੁਰਬਾਣੀ ਦਾ ਸ਼ਬਦ। ਵੈਸੇ ਸਾਰੇ ਹੀ ਮੈਂ ਦੇਖਿਆ, ਜੇ ਅਸੀਂ ਵੇਦ ਚੁੱਕਾਂਗੇ ਤਾਂ ਕੁਦਰਤ ਦਾ ਵਿਸਮਾਦ ਹੀ ਹੈ ਰਿਗਵੇਦ ਵਿੱਚ, ਜੇ ਅਸੀਂ ਕੁਰਾਨ ਸ਼ਰੀਫ ਚੁੱਕਾਂਗੇ ਉਹਦੇ ਵਿੱਚ ਵੀ ਜਿਹੜੀ ਬਿਊਟੀ ਅੱਲਾਹ ਦੀ ਹੈ, ਅੱਲਾਹ ਦਾ ਨੂਰ ਉਹ ਚਾਰੇ ਪਾਸੇ ਪਸਰਿਆ ਹੋਇਆ, ਕੁਦਰਤ ਵਿੱਚ ਪਸਰਿਆ ਹੋਇਆ, ਇੱਥੋਂ ਦਰਸ਼ਨ ਕਰਨੇ ਨੇ। ਜੇ ਅਸੀਂ ਬਾਈਬਲ ਵੇਖਦੇ ਹਾਂ ਤਾਂ ਕੋਈ ਸਵਰਗ ਲੋਕ ਦੀਆਂ ਬਾਤਾਂ ਥੋੜ੍ਹੀਆਂ ਨੇ, ਉਹ ਤਾਂ ਥੋੜ੍ਹੀ ਜਿਹੀ ਗੱਲ ਹੈ ਕਿ ਸਵਰਗ ਵਿੱਚ ਬੰਦਾ ਰੱਖਿਆ, ਐਡਮ ਅਤੇ ਈਵ ਨੂੰ ਰੱਖਿਆ, ਪਰ ਫਿਰ ਇਸ ਧਰਤੀ 'ਤੇ ਭੇਜ ਦਿੱਤਾ। ਬਾਈਬਲ ਦੇ ਸ਼ੁਰੂ ਵਿੱਚ ਜਿਹੜੀ ਪਹਿਲੀ ਪੋਥੀ ਹੈ, ਓਲਡ ਟੈਸਟਾਮੈਂਟ ਦੀ, ਦੋ ਭਾਗ ਹਨ, ਜਿਹੜੇ ਧਰਮ ਪੜ੍ਹਿਆ ਉਹਨਾਂ ਨੂੰ ਪਤਾ ਹੈ ਦੋ ਭਾਗ ਨੇ। ਪਹਿਲਾ ਭਾਗ ਜਿਸਨੂੰ ਓਲਡ ਟੈਸਟਾਮੈਂਟ ਕਹਿੰਦੇ ਹਾਂ, ਜੋ ਯਹੂਦੀਆਂ ਦੀਆਂ ਪੋਥੀਆਂ ਨੇ, ਦੂਜਾ ਭਾਗ ਜਿਹੜੀਆਂ ਈਸਾਈਆਂ ਦੀਆਂ ਪੋਥੀਆਂ ਨੇ। ਉਹਦੇ 'ਤੇ ਯਹੂਦੀ ਯਕੀਨ ਨਹੀਂ ਕਰਦੇ, ਪਰੰਤੂ ਜਿਹੜੇ ਈਸਾਈ ਨੇ ਉਹ ਯਹੂਦੀਆਂ ਦੀਆਂ ਪੋਥੀਆਂ 'ਤੇ ਯਕੀਨ ਕਰਦੇ ਨੇ, ਉਹਨੂੰ ਬਾਈਬਲ ਦਾ ਪਾਰਟ ਮੰਨਦੇ ਨੇ। ਤੋ ਪਹਿਲੀ ਪੋਥੀ ਜੀਨਸਿਸ ਹੈ, ਸੰਸਾਰ ਬਣਿਆ ਕਿਵੇਂ, ਉਤਪੱਤੀ ਕਿਵੇਂ ਹੋਈ। ਤੋ ਲਿਖਿਆ ਕਿ ਪਰਮੇਸ਼ਰ ਨੇ ਇੱਕ ਦਿਨ ਧਰਤੀ ਬਣਾਈ, ਇੱਕ ਦਿਨ ਚੰਦਰਮਾ ਬਣਾਇਆ, ਇੱਕ ਦਿਨ ਸੂਰਜ ਬਣਾਇਆ, ਤਾਰੇ ਬਣਾਏ, ਆਕਾਸ਼ ਬਣਾਇਆ, ਫਿਰ ਵੇਖਿਆ ਭਾਈ ਚੰਗਾ ਹੈ। ਲਿਖਿਆ ਇਹ ਵੇ ਬੜਾ ਸੋਹਣਾ ਬਣਿਆ, ਬੜਾ ਚੰਗਾ ਬਣਿਆ। ਜਿਹੜਾ ਅਸੀਂ ਬਾਣੀ ਪੜ੍ਹਦੇ ਹਾਂ ਵੇਖੋ, ਉਹ ਕਹਿੰਦੇ ਰਾਤੀ ਰੁੱਤੀ ਥਿੱਤੀ ਵਾਰ ਪਵਨ ਪਾਣੀ, ਇਸ ਵਿੱਚ ਧਰਤੀ ਥਾਪ ਰੱਖੀ ਧਰਮਸਾਲ। ਕਿਆ ਕੁਦਰਤ ਬਣਾਈ ਹੈ ਦੁਆਲੇ ਦੁਆਲੇ, ਰਾਤਾਂ ਰੁੱਤਾਂ ਬਣਾਈਆਂ ਨੇ। ਇੱਕੋ ਜਿਹੀ ਰੁੱਤ ਹੋਵੇ ਤੇ ਜੀਵਨ ਦੇ ਵਿੱਚ ਸਵਾਦ ਜਿਹਾ ਨਹੀਂ ਆਉਂਦਾ, ਕਦੇ ਸਰਦੀ ਆਈ ਰਜਾਈ ਦਾ ਆਨੰਦ, ਕਦੇ ਗਰਮੀ ਆਈ ਏਸੀ ਦਾ ਆਨੰਦ। ਰੁੱਤਾਂ ਬਣਾਈਆਂ ਨੇ ਉਸਨੇ, ਰਾਤਾਂ ਦੇ ਦਿਨ ਬਣਾਏ ਨੇ। ਜੇ ਇਕੱਲਾ ਹੀ ਦਿਨ ਹੋਵੇ ਤਾਂ ਸਾਰਾ ਦਿਨ ਅਸੀਂ ਬੋਰ ਹੋ ਜਾਈਏ, ਸੌਣਾ ਔਖਾ ਹੋ ਜਾਵੇ। ਤੋ ਪਰਮੇਸ਼ਰ ਨੇ ਕੁਦਰਤ ਨੂੰ ਕਿਵੇਂ ਬਣਾਇਆ? ਸੱਤ ਸੁਹਾਣ ਸਦਾ ਮਨ ਚਾਓ, ਤਿੰਨ ਚੀਜ਼ਾਂ
ਸਤ ਸਵਰੂਪ ਹੈ, ਇਹਦੇ ਵਿੱਚ ਖੂਬਸੂਰਤੀ ਹੈ, ਸੁੰਦਰਤਾ ਹੈ, ਡਿਵਾਈਨ ਖੂਬਸੂਰਤੀ ਹੈ, ਦੈਵੀ ਸੁੰਦਰਤਾ ਇਹਦੇ ਵਿੱਚ, ਔਰ ਇਹਦੇ ਵਿੱਚ ਵਿਗਾਸ ਹੈ, ਸਦਾ ਮਨ ਚਾਓ, ਉਤਸ਼ਾਹ ਹੈ, ਲਾਈਫ ਦੇ ਲਈ ਉਤਸ਼ਾਹ ਹੈ, ਔਰ ਹਰ ਪ੍ਰਕਾਰ ਦੀ ਲਾਈਫ ਵਿੱਚ ਉਤਸ਼ਾਹ ਹੈ। ਇਹ ਇੱਕ ਕਮਾਲ ਦੀ ਗੱਲ ਹੈ। ਆਪਾਂ ਦੇਖੀਏ ਨਾ, ਅਸੀਂ ਕਹਿੰਦੇ ਹਾਂ ਮਨੁੱਖ ਚੰਗਾ ਹੈ, ਕੁੱਤਾ ਥੋੜ੍ਹਾ ਸੋਚਦਾ ਮਨੁੱਖ ਚੰਗਾ, ਉਹ ਕਹਿੰਦੇ ਮੈਂ ਚੰਗਾ। ਹਾਂ, ਇਸ ਕਰਕੇ ਨਹੀਂ ਕਿ ਉਹ ਭੌਂਕਦਾ ਹੈ, ਇਸ ਕਾਰਨ ਕਿ ਜੇ ਉਹ ਉਹਦੇ ਵਿੱਚ ਕਿਤੇ ਇਹ ਆ ਜਾਵੇ ਕਿ ਮੇਰੀ ਜੋਨੀ ਅੱਛੀ ਨਹੀਂ, ਤਾਂ ਉਹ ਸਰਵਾਈਵ ਹੀ ਨਹੀਂ ਕਰ ਸਕਦਾ। ਉਹ ਜਿਉਣਾ ਚਾਹੁੰਦਾ ਹੈ, ਉਸਨੂੰ ਮਰਨ ਦਾ ਉਤਨਾ ਹੀ ਪੇਨ ਹੈ ਜਿਤਨਾ ਮਨੁੱਖ ਨੂੰ ਹੈ। ਮਨੁੱਖ ਨੂੰ ਕਿਉਂ ਪੇਨ ਹੈ? ਕਿਉਂਕਿ ਉਸਨੂੰ ਆਪਣੀ ਸਪੀਸੀ ਅੱਛੀ ਲੱਗਦੀ ਹੈ। ਔਰ ਕੁੱਤੇ ਨੂੰ ਮਰਨ ਤੋਂ ਕਿਉਂ ਪੇਨ ਹੈ? ਕਿਉਂਕਿ ਉਸਨੂੰ ਆਪਣੀ ਜੋਨੀ ਅੱਛੀ ਲੱਗਦੀ ਹੈ। ਸਾਨੂੰ ਲੱਗਦਾ ਹੈ ਵੀ ਸਾਡੇ ਕੋਲ ਤਾਂ ਸੁੱਖ ਸਾਧਨ ਨੇ ਨਾ, ਕੁਝ ਹੈ ਹੀ ਨਹੀਂ, ਪਰੰਤੂ ਉਹਦੇ ਕੋਲ ਕੁਝ ਨਹੀਂ, ਉਹਦੇ ਕੋਲ ਮੋਟਰ ਕੋਈ ਨਹੀਂ, ਗੱਡੀ ਕੋਈ ਨਹੀਂ, ਉਹ ਵਿਚਾਰਾ ਭੌਂਕਦਾ ਜ਼ਰੂਰ ਹੈ ਵੀ ਸਾਡੇ ਇੰਨੇ ਬੰਦੇ ਮਾਰਦੇ ਤੁਸੀਂ, ਸਾਡੀਆਂ ਮੋਟਰ ਗੱਡੀਆਂ ਨੇ, ਇਸ ਕਰਕੇ ਜਦੋਂ ਲੰਘਦੀਆਂ ਨਾ ਭੌਂਕਦਾ ਫਿਰ ਵੀ ਨਿਕਲ ਬਾਹਰ ਦੇਖਾਂ ਤੈਨੂੰ, ਹੈ ਨਾ। ਮੈਂ ਐਂ ਲੱਗਦਾ ਹੁੰਦਾ, ਇੱਕ ਦਿਨ ਬੜੀ ਤੇਜ਼ ਗੱਡੀ 'ਤੇ ਆ ਰਿਹਾ ਸਾਂ, ਤੂੰ ਕੁੱਤਾ ਇੱਕ ਟਕਰਾ ਗਿਆ, ਟੱਕਰ ਲੱਗੀ, ਉੱਥੇ ਡਿੱਗਿਆ। ਮੈਂ ਸੋਚਿਆ ਮਰ ਗਿਆ ਹੁਣ ਵਿਚਾਰਾ, ਪਰ ਨਹੀਂ, ਉੱਥੇ ਉੱਠ ਕੇ ਖੜ੍ਹਾ ਹੋ ਗਿਆ। ਤੂੰ ਪੰਜ ਸੱਤ ਕੁੱਤੇ ਕੋਲ ਆ ਗਏ, ਫਟਾਫਟ ਦੌੜ ਕੇ ਆ ਗਏ। ਮੈਂ ਥੋੜ੍ਹਾ ਦੇਖਣ ਲੱਗਾ ਬੰਪਰ ਡੈਮੇਜ ਤਾਂ ਨਹੀਂ ਹੋਇਆ। ਉਹ ਪੰਜ ਸੱਤ ਕੁੱਤੇ ਉਹਦੇ ਕੋਲ ਆ ਕੇ ਹਾਲ ਚਾਲ ਪੁੱਛਣ ਲੱਗੇ, ਭਰਾ ਸੱਟ ਤਾਂ ਨਹੀਂ ਲੱਗੀ? ਮੈਂ ਕਿਹਾ ਕੋਈ ਵਿੱਚੋਂ ਇਹ ਵੀ ਕਹਿੰਦਾ ਹੋਣਾ ਗੱਡੀ ਦਾ ਨੰਬਰ ਨੋਟ ਕਰ ਲਓ, ਥਾਣੇ ਰਿਪੋਰਟ ਕਰਨੇ ਆ। ਹਰ ਚੀਜ਼ ਆਪਣੇ ਆਪ ਨੂੰ ਉਤਨਾ ਕੀਮਤੀ ਜਾਣਦੀ ਹੈ ਜਿਤਨਾ ਇੱਕ ਮਨੁੱਖ ਅਤੇ ਇੱਕ ਅਮੀਰ ਮਨੁੱਖ ਆਪਣੇ ਆਪ ਨੂੰ ਭਾਗਸ਼ਾਲੀ ਜਾਣਦਾ ਹੈ। ਗਰੀਬ ਵਿੱਚ ਜੀਣ ਦੀ ਉਤਨੀ ਹੀ ਖਾਹਿਸ਼ ਹੈ ਜਿਤਨੀ ਅਮੀਰ ਵਿੱਚ ਹੈ, ਬਲਕਿ ਅਮੀਰ ਸੁਸਾਈਡ ਛੇਤੀ ਕਰ ਲੈਂਦਾ। ਕਿਉਂ? ਕਿਉਂਕਿ ਪਰਮੇਸ਼ਰ ਨੇ ਉਹਦੇ ਵਿੱਚ ਉਤਸ਼ਾਹ ਭਰਿਆ ਹੋਇਆ ਹੈ। ਉਹ ਉਤਸ਼ਾਹ ਟੁੱਟਦਾ ਨਹੀਂ ਹੈ, ਉਹ ਝੁੱਗੀ ਵਿੱਚ ਨਹੀਂ ਟੁੱਟਦਾ, ਝੁੱਗੀ ਵੀ ਸਿਰ 'ਤੇ ਨਾ ਹੋਵੇ ਤਾਂ ਵੀ ਨਹੀਂ ਟੁੱਟਦਾ ਉਤਸ਼ਾਹ। ਇਹ ਸਦਾ ਮਨ ਚਾਓ, ਹਰ ਚੀਜ਼ ਦੀ ਪ੍ਰਵਿਰਤੀ ਹੋਣੀ ਕਿ ਮੈਂ ਜੀਣਾ ਹੈ, ਮੈਂ ਰਹਿਣਾ ਹੈ, ਇਹ ਕੁਦਰਤ ਵਿੱਚ ਪਰਮੇਸ਼ਰ ਨੇ ਪਾਇਆ ਹੋਇਆ ਹੈ। ਇਹਨਾਂ ਨੂੰ ਜਦੋਂ ਬੰਦਾ ਧਿਆਨ ਨਾਲ ਦੇਖੇਗਾ, ਅਜੇ ਅਸੀਂ ਕੀ ਸੋਚਦੇ ਹਾਂ ਅਸੀਂ ਚੰਗੇ ਹਾਂ, ਬਾਣੀ ਵੀ ਸਾਨੂੰ ਕਹਿੰਦੀ ਹੈ ਤੂੰ ਚੰਗਾ। ਬਾਣੀ ਭੇਦਭਾਵ ਨਹੀਂ ਕਰਦੀ ਲਾਈਫ 'ਚ, ਬਾਣੀ ਤਾਂ ਕਹਿ ਰਹੀ ਹੈ ਕਿ ਤੈਨੂੰ ਜੇ ਸੁੱਖ ਦੇ ਸਾਧਨ ਮਿਲੇ ਹੋਏ ਨੇ ਇਤਨੇ, ਤੂੰ ਆਪਣੇ ਆਪ ਨੂੰ ਚੰਗਾ ਜਾਣਦਾ ਹੈ, ਅਤੇ ਫਿਰ ਤੈਨੂੰ ਦੂਜਿਆਂ ਨਾਲੋਂ ਚੰਗੇ ਵੀ ਬਣਨਾ ਚਾਹੀਦਾ ਨਾ। ਤੇਰੇ 'ਚ ਪਸ਼ੂਆਂ ਵਾਲੀਆਂ ਪ੍ਰਵਿਰਤੀਆਂ ਨਹੀਂ ਹੋਣੀਆਂ ਚਾਹੀਦੀਆਂ, ਕਿਉਂਕਿ ਤੂੰ ਪਸ਼ੂ ਨਹੀਂ ਹੈ, ਪਸ਼ੂ ਖਰਾਬ ਨਹੀਂ ਹੈ। ਉਹ ਤਾਂ ਕਹਿਤਾ ਜੋ ਚਾਤ੍ਰਿਕ ਮੀਨ ਪੰਖੇਰੂ ਚਾਹਤ ਬਿਨ ਹਰੀ ਬੋਲਤ ਹੈ ਨਹੀਂ ਹੋਰ, ਸਾਰੇ ਰੱਬ ਦਾ ਨਾਮ ਜਪ ਰਹੇ ਨੇ। ਉਂਝ ਬੰਦੇ ਨੂੰ ਕਿਹਾ ਕਿ ਇਹ ਵੀ ਕਿਹਾ ਬੰਦੇ ਨੂੰ, ਇਹ ਰੱਬ ਦਾ ਨਾਮ ਨਹੀਂ ਜਪ ਸਕਦੇ, ਤੂੰ ਜਪ ਸਕਦਾ, ਤੈਨੂੰ ਸੰਗਤ ਕਰ ਸਕਦਾ। ਪਰ ਜਿਹੜੀ ਹੋਰ ਗੰਭੀਰ ਦ੍ਰਿਸ਼ਟੀ ਹੈ ਉਹਦੇ ਵਿੱਚ ਇਹ ਕਿਹਾ ਹੈ ਕਿ ਨਹੀਂ, ਇਹ ਸਾਰੇ ਰੱਬ ਦਾ ਨਾਮ ਜਪ ਰਹੇ ਨੇ, ਔਰ ਇਹ ਜੀਵ ਰੱਬ ਦਾ ਨਾਮ ਨਹੀਂ ਜਪ ਰਿਹਾ, ਅਜੀਬ ਵੀ ਜਪ ਰਿਹਾ ਹੈ। ਜਿਸ ਵਿੱਚ ਜਿਸ ਨੂੰ ਤੂੰ ਕਹਿੰਦਾ ਲਾਈਫ ਇਹਦੇ ਵਿੱਚ ਨਹੀਂ ਹੈ, ਉਹ ਵੀ ਜਪ ਰਿਹਾ ਹੈ। ਹਰ ਹੱਟ ਵੀ ਤੂੰ ਤੂੰ ਕਰੇ ਬੋਲੇ ਭਲੀ ਬਾਣੀ। ਵਿਸਮਾਦ ਦੇਖੋ, ਸ਼ਬਦ ਦਾ ਵਿਸਮਾਦ ਕਿੱਥੇ ਹੈ? ਕਹਿੰਦੇ ਵੇਖ ਟੱਕ 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 ਕਰਦਾ ਇਹ ਹਲਟ ਦਾ, ਜਿਹੜਾ ਇੱਕ ਪਹਿਲਾਂ ਖੂਹ ਚੱਲਦਾ ਹੁੰਦਾ ਸੀ, ਪਹਿਲਾਂ ਖੂਹ ਹੁੰਦੇ ਸਨ, ਪਸ਼ੂ ਜੋੜੀਦੇ ਸਨ ਅੱਗੇ, ਉਹ ਚੱਕਰ ਲਗਾ ਲਗਾ ਕੇ, ਅਤੇ ਉਹ ਫਿਰ ਨਾ ਬੈਕ ਨਹੀਂ ਆਏ, ਕਿਉਂਕਿ ਹੁਣ ਇੱਕ ਪਾਸੇ ਪਾਣੀ ਜਿੱਥੋਂ ਟਿੰਡਾਂ ਲਿਆ ਰਹੀਆਂ ਨੇ ਉੱਧਰ ਵਜ਼ਨ ਜ਼ਿਆਦਾ ਹੈ, ਦੂਜੇ ਪਾਸੇ ਖਾਲੀ ਹੋ ਕੇ ਜਾ ਰਹੀਆਂ ਨੇ ਉੱਧਰ ਵਜ਼ਨ ਨਹੀਂ ਹੈ। ਅਤੇ ਜੇ ਉਹਨੂੰ ਪਿੱਛੇ ਰੋਕਣ ਦੇ ਲਈ ਕੋਈ ਚੀਜ਼ ਨਾ ਹੋਵੇ ਤਾਂ ਉਹ ਪਿੱਛੇ ਨੂੰ ਵਾਪਸ ਚਲੀ ਜਾਏਗੀ ਗਾਦੀ, ਜਿਹੜੀ ਉਹ ਗੇੜਨ ਵਾਲੀ ਚੀਜ਼। ਉਹ ਫਿਰ ਪਿੱਛੋਂ ਰੋਕਣ ਵਾਸਤੇ ਇੱਕ ਲੀਵਰ ਲਾਇਆ ਹੁੰਦਾ ਸੀ, ਜਦੋਂ ਫਿਰ ਉਹ ਅੱਗੇ ਜਦੋਂ ਚੱਲਣਾ ਹੈ ਤਾਂ ਉਸਨੇ ਇੱਕ ਤੋਂ ਦੂਜੇ ਇਸ ਤਰ੍ਹਾਂ ਟੱਕ 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 ਦੀ ਆਵਾਜ਼ ਆਉਣੀ। ਗੁਰੂ ਜੀ ਕਹਿੰਦੇ ਕਿ ਦੇਖੋ ਇਹ ਰੱਬ ਦਾ ਨਾਮ ਜਪ ਰਿਹਾ। ਉਹਨਾਂ ਨੂੰ ਉਸਦੇ ਵਿੱਚ ਉਹੋ ਜਿਹਾ ਹੀ ਮਿੱਠਾ ਸੰਗੀਤ ਸੁਣਾਈ ਦਿੱਤਾ ਜਿਹੜਾ ਕਦੀ ਅਸੀਂ ਜਾ ਕੇ ਵੱਡੇ ਵੱਡੇ ਉਸਤਾਦਾਂ ਦੇ
ਗਾਇਨ ਅਤੇ ਵਾਦਨ ਸ਼ਰਵਣ ਕਰਦੇ ਹਾਂ, ਜਿਹੋ ਜਿਹਾ ਉਹ ਸੰਗੀਤ ਹੈ ਉਸ ਤੋਂ ਵੀ ਉੱਤਮ ਕਿਸਮ ਦਾ ਸ੍ਰੇਸ਼ਟ ਸੰਗੀਤ ਗੁਰੂ ਜੀ ਨੇ ਕਿਹਾ ਕਿ ਇਹ ਗਾਇਨ ਕਰ ਰਿਹਾ ਹੈ ਔਰ ਇਹ ਰੱਬ ਦਾ ਨਾਮ ਜਪ ਰਿਹਾ ਹੈ ਔਰ ਬੜੀ ਮਿੱਠੀ ਇਹਦੀ ਆਵਾਜ਼ ਹੈ, ਸਾਨੂੰ ਲੱਗੇਗਾ ਇਹਦੀ ਆਵਾਜ਼ ਟਕ ਟਕ ਦੀ ਆਵਾਜ਼, ਕਿਆ ਪਰੇਸ਼ਾਨੀ ਵਾਲੀ ਗੱਲ ਹੈ। ਗੁਰੂ ਜੀ ਕਹਿੰਦੇ ਕਿ ਨਹੀਂ, ਇਸ ਦੇ ਵਿੱਚ ਵੀ ਇੱਕ ਨਾਦ ਹੈ, ਇਸ ਵਿੱਚ ਵੀ ਰੱਬ ਦਾ ਨਾਮ ਹੈ ਔਰ ਇਹ ਵੀ ਨਾਮ ਵਿੱਚ ਲੀਨ ਹੋਇਆ ਹੈ। ਜਿਹੜੀ ਚੀਜ਼ ਬੋਲ ਨਹੀਂ ਸਕਦੀ, ਜਿਹੜੀ ਚੀਜ਼ ਨੂੰ ਅਸੀਂ ਲਾਈਫਲੈਸ ਕਹਿੰਦੇ ਹਾਂ, ਗੁਰੂ ਜੀ ਕਹਿੰਦੇ ਨਾ ਇਹ ਵੀ ਇੱਕ ਲਾਈਫ ਹੈ, ਇਹਦੇ ਵਿੱਚ ਵੀ ਲਾਈਫ ਹੈ, ਇਹ ਅਜੀਬ ਨਹੀਂ ਹੈ, ਅਜੀਬ ਹੈ। ਇਹ ਤਾਂ ਸਾਨੂੰ ਦੱਸਦੇ ਨਾ ਵੀ ਇਹਦੇ 'ਚ ਜੀਵਨ ਨਹੀਂ ਹੈ, ਇਹਦੇ ਜੀਵਨ ਨਹੀਂ ਹੈ, ਇਹ ਅਸੀਂ ਕਹਿੰਦੇ ਹਾਂ ਇਹਦੇ ਜੀਵਨ ਨਹੀਂ ਹੈ, ਨਾ ਇਹਦੇ ਜੀਵਨ ਹੈ। ਕਿਉਂ ਕਹਿੰਦੇ ਹਾਂ ਕਿ ਇਹਦੀ ਲਾਈਫ 5 ਸਾਲ ਹੋਏਗੀ, 2 ਸਾਲ ਹੋਏਗੀ, 3 ਸਾਲ ਹੋਏਗੀ? ਕਿਉਂਕਿ ਇਸ ਵਿੱਚ ਲਾਈਫ ਹੈ, ਜਿਹੜੀ ਮੇਰੀਆਂ ਅੱਖਾਂ ਨਹੀਂ ਦੇਖ ਸਕਦੀਆਂ ਉਹ ਲਾਈਫ। ਇਸ ਕਰਕੇ ਇਹ ਜਿਹੜੀ ਧਰਤੀ ਹੈ, ਇਹ ਜਿਹੜੇ ਗ੍ਰਹਿ ਜਿਨ੍ਹਾਂ ਦੇ ਉੱਤੇ ਅਸੀਂ ਸੋਚਦੇ ਜਿੱਥੇ ਲਾਈਫ ਹੀ ਕੋਈ ਨਹੀਂ, ਪਹਿਲੀ ਗੱਲ ਤਾਂ ਲਾਈਫ ਕਿਉਂ ਨਹੀਂ, ਉਸ ਗ੍ਰਹਿ ਦੀ ਲਾਈਫ ਹੈ, ਆਪਣੀ ਲਾਈਫ ਹੈ ਔਰ ਵਿਵਸਥਿਤ ਢੰਗ ਨਾਲ ਬਿਤਾ ਰਿਹਾ ਲਾਈਫ। ਚੰਦਰਮਾ ਜਿਹੜਾ ਹੈ ਉਹ ਆਪਣੀ ਜਗ੍ਹਾ 'ਤੇ ਸਥਿਤ ਹੋ ਕੇ ਉਹਦੇ ਵਿੱਚ ਚੇਤਨਾ ਨਾ, ਮੈਂ ਇੱਥੇ ਰਹਿਣਾ, ਇਸ ਰੂਟ 'ਤੇ ਹੀ ਚੱਲਣਾ, ਇੰਨੇ ਦਿਨਾਂ ਬਾਅਦ ਫਿਰ ਵਾਪਸ ਪ੍ਰਗਟ ਹੋਣਾ, ਕਦੇ ਪੂਰਨਮਾਸ਼ੀ ਆਉਣੀ, ਕਦੇ ਉਹ ਨਿਯਮ ਤੋਂ ਇੱਧਰ ਉੱਧਰ ਹੁੰਦਾ। ਜੇ ਨਿਯਮ ਤੋਂ ਇੱਧਰ ਉੱਧਰ ਨਹੀਂ ਹੁੰਦਾ ਤਾਂ ਨਿਯਮ ਪਾਲਣ ਦੀ ਉਸ ਵਿੱਚ ਚੇਤਨਾ ਹੈ ਜਿਹੜੀ ਮੈਨੂੰ ਨਹੀਂ ਦਿਸਦੀ, ਮੈਂ ਐਵੇਂ ਕਹੀ ਜਾਂਦਾ ਇੱਥੇ ਲਾਈਫ ਹੀ ਕੋਈ ਨਹੀਂ, ਉਹ ਗ੍ਰਹਿ ਆਪਣੇ ਆਪ ਵਿੱਚ ਹੀ ਲਾਈਫ ਹੈ। ਸੋ ਪਰਮੇਸ਼ਰ ਦੀ ਕੁਦਰਤ ਨੂੰ ਜਦੋਂ ਸ਼ਬਦ ਦੁਆਰਾ ਬੰਦਾ ਇਸ ਤਰੀਕੇ ਨਾਲ ਦੇਖਦਾ ਤਾਂ ਉਸ ਵਿੱਚੋਂ ਵਿਸਮਾਦ ਪੈਦਾ ਹੁੰਦਾ। ਇਹ ਵਿਸਮਾਦ ਦਿੰਦਾ ਕੌਣ ਹੈ? ਇਹ ਵਿਸਮਾਦ ਦੇਵੇਗਾ ਸ਼ਬਦ। ਕਿਹੜਾ ਸ਼ਬਦ? ਜਿਹੜਾ ਪਰਮੇਸ਼ਰ ਦਾ ਸ਼ਬਦ ਹੈ, ਜਿਹੜਾ ਤੁਹਾਡੇ ਅਤੇ ਮੇਰੇ ਸੰਪਰਕ ਵਿੱਚ ਸਿਰਫ ਧਰਮ ਗ੍ਰੰਥਾਂ ਰਹੇ ਹੁੰਦਾ ਹੈ, ਜਿਹੜੀ ਬਾਈਬਲ ਦੀ ਜਿਹੜੀ ਤੌਰੇਤ ਭਾਗ ਹੈ ਨਾ, ਟੌਰਾ ਨੂੰ ਅਸੀਂ ਤੌਰੇਤ ਕਹਿੰਦੇ ਹਾਂ। ਅਸੀਂ ਕਹਿੰਦੇ ਹਾਂ ਵੇਦ ਅਤੇ ਕਿਤੇਬ, ਦੋ ਟ੍ਰੈਡੀਸ਼ਨ ਹਨ, ਵੈਦਿਕ ਟ੍ਰੈਡੀਸ਼ਨ ਅਤੇ ਕਿਤੇਬਾਂ ਦੀ ਟ੍ਰੈਡੀਸ਼ਨ। ਕਿਤੇਬਾਂ ਵਿੱਚ ਕਿਹੜੀ ਚੀਜ਼ ਹੈ? ਤੌਰੇਤ ਹੈ, ਉਹਦੇ ਵਿੱਚ ਜ਼ਬੂਰਾਂ ਦੀਆਂ ਪੋਥੀਆਂ ਨੇ, ਉਹਦੇ ਵਿੱਚ ਅੰਜੀਲ ਹੈ, ਇੰਜੀਲ ਗੋਸਪਲਸ, 4 ਗੋਸਪਲਸ ਹਨ ਨਿਊ ਟੈਸਟਾਮੈਂਟ ਵਿੱਚ, ਔਰ ਉਸ ਵਿੱਚ ਕੁਰਾਨ ਹੈ। ਇਹ 4 ਗ੍ਰੰਥ ਜਿਹੜੇ ਨੇ ਇਹਨਾਂ ਨੂੰ ਅਸੀਂ ਕਿਤੇਬ ਕਹਿੰਦੇ ਹਾਂ। 2 ਗ੍ਰੰਥ ਯਹੂਦੀਆਂ ਦੇ ਨੇ, 1 ਗ੍ਰੰਥ ਈਸਾਈਆਂ ਦਾ ਹੈ, 1 ਮੁਸਲਮਾਨਾਂ ਦਾ ਹੈ। ਇਹ ਚਾਰਾਂ ਨੂੰ ਅਸੀਂ ਕੀ ਕਹਿੰਦੇ ਹਾਂ? ਕਿਤੇਬ ਕਹਿੰਦੇ ਹਾਂ। ਜਿਹੜਾ ਕਿਤੇਬ ਵਿੱਚ ਪਹਿਲੀ ਚੀਜ਼ ਜਿਹੜੀ ਆਉਂਦੀ ਹੈ ਉਹ ਤੌਰੇਤ ਹੁੰਦੀ ਹੈ, 5 ਪੋਥੀਆਂ ਹਨ ਟੌਰਾ ਦੀਆਂ, ਜੀਨਸਿਸ। ਉਸ ਤੋਂ ਬਾਅਦ ਪੋਥੀ ਆਉਂਦੀ ਹੈ ਨੰਬਰਸ, ਫਿਰ ਆਉਂਦੀ ਹੈ ਲੇਵਿਟੀਕਸ, ਲੇਵੀਆਂ ਦੀ ਪੋਥੀ, ਨਾ ਦੂਜੀ ਪੋਥੀ ਐਕਸੋਡਸ, ਮਿਸਰ ਨੂੰ ਛੱਡਣਾ ਯਹੂਦੀਆਂ ਦਾ, ਫਲਸਤੀਨ ਵੱਲ ਜਾਣਾ, ਐਕਸੋਡਸ, ਔਰ ਲਾਸਟ ਵਿੱਚ ਹੈ ਵਿਵਸਥਾ ਸਾਰ। ਇਹ 5 ਪੋਥੀਆਂ ਜਿਹੜੀਆਂ ਨੇ ਇਹ ਤੌਰੇਤ ਦੀਆਂ ਪੋਥੀਆਂ ਨੇ, ਜਿਹੜੀਆਂ ਕਿ ਹਜ਼ਰਤ ਮੂਸਾ ਨੂੰ, ਮੌਜ਼ੇਜ਼ ਨੂੰ ਪ੍ਰਾਪਤ ਹੋਈਆਂ ਸਨ ਰੱਬ ਵੱਲੋਂ। ਔਰ ਇਹਨਾਂ ਦਾ ਸਮਰੀ ਕੀ ਹੈ, ਇਹਨਾਂ ਦਾ ਸਾਰਾਂਸ਼ ਕੀ ਹੈ, ਇਹਨਾਂ ਦਾ ਤੱਤ ਕੀ ਹੈ? ਉਹ ਹੈ 10 ਕਮਾਂਡਮੈਂਟਸ, ਰੱਬ ਦੇ 10 ਹੁਕਮ ਜਿਹੜੇ ਮੌਜ਼ੇਜ਼ ਨੂੰ ਦਿੱਤੇ ਸਨ। ਇਹ 10 ਹੁਕਮਾਂ ਦੀ ਵਿਆਖਿਆ ਹੈ ਇਹਨਾਂ 5 ਪੋਥੀਆਂ 'ਚ, ਜਾਂ ਕਮਿਊਨਿਟੀ ਦਾ ਵਿਵਹਾਰ ਹੈ, ਯਹੂਦੀਆਂ ਦਾ ਉੱਜੜਨਾ ਵਸਣਾ, ਇਹ ਕਥਾ ਕਹਾਣੀਆਂ ਹਨ, ਪਰੰਤੂ ਘੁੰਮਦੀਆਂ ਕਿਹਦੇ ਦੁਆਲੇ ਨੇ? 10 ਕਮਾਂਡਮੈਂਟਸ ਦੇ ਦੁਆਲੇ ਨੇ। ਹੁਣ 10 ਕਮਾਂਡਮੈਂਟਸ ਦੇ ਬਾਰੇ 'ਚ ਯਹੂਦੀਆਂ ਦਾ ਇਹ ਨਿਸ਼ਚਾ ਹੈ, ਇਹ ਰੱਬ ਨੇ, ਯਹੋਵਾ ਨੇ ਲਿਖ ਕੇ ਦਿੱਤੀਆਂ ਸਨ ਮੌਜ਼ੇ 'ਚ, ਮੌਜ਼ੇ 'ਚ ਨੇ ਨਹੀਂ ਲਿਖੀਆਂ, ਪੱਥਰ ਦੇ 2 ਟੁਕੜੇ ਸਨ, 5 ਕਮਾਂਡਮੈਂਟਸ ਇੱਕ ਉੱਤੇ ਅਤੇ 5 ਕਮਾਂਡਮੈਂਟਸ। ਜਿਹੜੀਆਂ 5 ਕਮਾਂਡਮੈਂਟਸ ਨੇ ਉਹ ਹਨ ਬੰਦੇ ਅਤੇ ਰੱਬ ਦੇ ਸੰਬੰਧ, ਅਤੇ ਦੂਜੀਆਂ 5 ਜਿਹੜੀਆਂ ਨੇ ਬੰਦੇ ਅਤੇ ਬੰਦੇ ਦੇ ਸੰਬੰਧ। ਇਹ 10 ਕਮਾਂਡਮੈਂਟਸ ਦੀਆਂ ਜਿਹੜੇ 2 ਪੱਥਰ ਸਨ, ਇਹਨਾਂ ਨੂੰ ਰੱਬ ਦੀ ਬਾਣੀ ਮੰਨ ਕੇ
ਇਹਨਾਂ ਨੂੰ ਪਵਿੱਤਰ ਸੰਦੂਕ ਵਿੱਚ ਰੁਮਾਲਾਂ 'ਚ ਲਪੇਟ ਕੇ ਪਵਿੱਤਰ ਸੰਦੂਕ 'ਚ ਰੱਖਿਆ ਜਾਂਦਾ ਸੀ, ਜਿਹਨੂੰ ਹੋਲੀ ਆਰਕ ਕਿਹਾ ਜਾਂਦਾ ਸੀ। ਜਿੱਧਰ ਵੀ ਯਹੂਦੀਆਂ ਦਾ ਕਾਫਲਾ ਜਾਣਾ ਹੈ, ਹੋਲੀ ਆਰਕ ਅੱਗੇ ਹੁੰਦਾ ਸੀ। ਇਹ ਸ਼ਬਦ ਦਾ ਦੇਖਣਾ ਕਿ ਬੰਦੇ ਦੀ ਕਿਤਨੀ ਪੁਰਾਣੀ ਧਾਰਨਾ ਜਿਹੜੀ ਹੈ ਉਹ ਸ਼ਬਦ ਦੇ ਪ੍ਰਤੀ ਹੈ। ਸਾਨੂੰ ਸਿਰਫ ਗੁਰਦੁਆਰਿਆਂ 'ਚ ਇਹ ਪੜ੍ਹਾਇਆ, ਸ਼ਬਦ ਸਿਰਫ ਸਿੱਖ ਮੰਨਦੇ ਨੇ। ਦੇਖੋ ਨਾ, ਸੰਕੀਰਨਤਾ ਲਿਆਤੀ ਸਾਡੇ ਵਿੱਚ। ਸਾਡੇ ਪ੍ਰੀਸਟ ਨੇ ਜਿਹੜਾ ਜਾਣਕਾਰ ਨਹੀਂ ਸੀ, ਉਸਨੇ ਸੰਕੀਰਨਤਾ ਲਿਆਤੀ ਸਾਡੇ ਵੀ ਸ਼ਬਦ ਤਾਂ ਸਿਰਫ ਸਿੱਖਾਂ ਕੋਲ ਹੈ। ਨਹੀਂ, ਸ਼ਬਦ ਹਰ ਜਿਹੜਾ ਆਸਤਿਕ ਮਤ ਜਿਹੜਾ ਰੱਬ ਵਿੱਚ ਆਸਥਾ ਰੱਖਦਾ ਹੈ, ਸ਼ਬਦ ਉਹਦੇ ਕੋਲ ਹੈ ਔਰ ਸ਼ਬਦ ਵਿੱਚ ਉਸਦਾ ਅਟੁੱਟ ਵਿਸ਼ਵਾਸ ਹੈ। ਉਹ ਇਹ 10 ਕਮਾਂਡਮੈਂਟਸ ਯਹੂਦੀ ਸੰਭਾਲ ਕੇ ਰੱਖਦੇ ਸਨ। ਇੱਕ ਵਾਰ ਹੋਲੀ ਆਰਕ ਲੁੱਟਿਆ ਵੀ ਗਿਆ ਸੀ, ਯੁੱਧ ਵਿੱਚ ਵੀ ਹੋਲੀ ਆਰਕ ਨਾਲ ਰੱਖਿਆ ਜਾਂਦਾ ਸੀ ਕਿ ਜੇ ਸ਼ਬਦ ਨਾਲ ਹੈ, ਹੋਲੀ ਆਰਕ ਨਾਲ ਹੈ ਤਾਂ ਦੁਸ਼ਮਣ ਹਰਾ ਨਹੀਂ ਸਕਦਾ ਸਾਨੂੰ। ਇੱਕ ਵਾਰ ਲੁੱਟਿਆ ਗਿਆ, ਫਿਰ ਉਸ ਤੋਂ ਬਾਅਦ ਇਹ ਸੋਚਿਆ ਗਿਆ ਕਿ ਇਸ ਤਰੀਕੇ ਨਾਲ ਸ਼ਬਦ ਨੂੰ ਯੁੱਧ ਭੂਮੀ ਵਿੱਚ ਨਹੀਂ ਲਿਜਾਣਾ ਚਾਹੀਦਾ ਕਿਉਂਕਿ ਬੇਅਦਬੀ ਹੁੰਦੀ ਹੈ। ਇੱਕ ਵਾਰ ਲੁੱਟਿਆ ਗਿਆ ਸੀ, ਫਲਸਤੀਨੀਆਂ ਨੇ ਮਾਰ ਕੁੱਟ ਕੇ ਯਹੂਦੀਆਂ ਤੋਂ ਖੋਹ ਲਿਆ ਸੀ। ਦੂਜੀ ਚੀਜ਼ ਕਿ ਸ਼ਬਦ ਵਿੱਚ ਹੀ ਪੈਗੰਬਰੀਆਤ ਹੈ, ਇਹ ਧਿਆਨ ਦੇਣਾ। ਅਸੀਂ ਕਹਿੰਦੇ ਹਾਂ ਨਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਹੁਣ ਤੁਹਾਡਾ ਸ਼ਬਦ ਹੀ ਗੁਰੂ ਹੋਵੇਗਾ। ਅਸਾਂ ਕਿਉਂਕਿ ਵੇਖਿਆ ਨਹੀਂ ਚੰਗੀ ਤਰ੍ਹਾਂ, ਡਿੱਠਾ ਨਹੀਂ ਨਾ। ਜੇ ਅਸੀਂ ਦੇਖਾਂਗੇ ਨਾ ਕਿ ਜਿਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਦੇ ਨੇ, ਠੀਕ ਇਹੋ ਵਿਵਹਾਰ ਹਜ਼ਰਤ ਕ੍ਰਾਈਸਟ ਕਰਦੇ ਨੇ ਆਪਣੇ 12 ਚੇਲਿਆਂ ਦੇ ਨਾਲ। ਲਾਸਟ ਸਪਰ ਜਿਹੜਾ ਆਖਰੀ ਭੋਜਨ ਉਹਨਾਂ ਕੀਤਾ ਹੈ ਆਪਣੇ ਚੇਲਿਆਂ ਨਾਲ, ਜਦੋਂ ਪਕੜੇ ਜਾਣ, ਜਿਸ ਦਿਨ ਪਕੜੇ ਗਏ ਨੇ, ਉਸ ਦਿਨ ਉਹਨਾਂ ਨੇ ਕਿਹਾ, ਅੱਜ ਤੁਹਾਡੇ ਹੱਥ ਮੈਂ ਧੋਵਾਂਗਾ, ਤੁਹਾਡਾ ਹੱਥ ਨੂੰ ਅੱਜ ਮੈਂ ਸਾਫ਼ ਕਰਾਂਗਾ। ਔਰ ਤੌਲੀਆ ਲੈ ਕੇ ਪਹਿਲਾਂ ਉਹਨਾਂ ਦੇ ਪਾਣੀ ਨਾਲ ਹੱਥ ਨੂੰ ਧੋਇਆ ਅਤੇ ਫਿਰ ਉਹਨਾਂ ਦੇ ਤੌਲੀਏ ਨਾਲ ਹੱਥ ਸਾਫ਼ ਕੀਤਾ। ਪੀਟਰ ਕਹਿਣ ਲੱਗਾ, ਮਹਾਰਾਜ ਤੁਸੀਂ ਤਾਂ ਪ੍ਰਭੂ ਹੋ, ਅਸੀਂ ਤੁਹਾਡੇ ਸੇਵਕ ਹਾਂ, ਸੇਵਾ ਤਾਂ ਸਾਨੂੰ ਕਰਨੀ ਚਾਹੀਦੀ ਹੈ, ਤੁਸੀਂ ਸੇਵਾ ਕਿਉਂ ਕਰ ਰਹੇ ਹੋ? ਉਹਨਾਂ ਕਿਹਾ, ਅੱਜ ਰੱਬ ਦਾ ਇਹ ਹੁਕਮ ਹੈ। ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਫਿਰ ਉਸੇ ਪੈਗੰਬਰ ਨੇ ਦੂਜੇ ਰੂਪ ਵਿੱਚ ਦੱਸਿਆ, ਅੱਜ ਆਗਿਆ ਇਹ ਹੀ ਹੈ, ਪੰਜ ਪਿਆਰਿਆਂ ਤੋਂ ਅੰਮ੍ਰਿਤ ਛਕਣਾ ਹੈ। ਅਕਾਲ ਦੀ ਆਗਿਆ ਅੱਜ ਇਹ ਹੈ ਕਿ ਅੱਜ ਪੰਥ ਤੋਂ ਅੰਮ੍ਰਿਤ ਲੈਣਾ ਹੈ। ਠੀਕ ਇਸੇ ਤਰ੍ਹਾਂ ਜਦੋਂ ਪ੍ਰੋਫਿਟਹੁੱਡ, ਪੈਗੰਬਰੀਆਤ, ਨਬੂਬਤ ਅੱਗੇ ਦੇਣੀ ਹੈ ਤਾਂ ਉਸ ਵੇਲੇ ਮੌਜ਼ਿਸ ਜੋਸ਼ੂਆ ਨੂੰ ਹੋਲੀ ਆਰਕ ਕੋਲ ਲੈ ਗਿਆ, ਮੇਰੇ ਤੋਂ ਬਾਅਦ ਤੂੰ ਪ੍ਰੋਫਿਟ ਹੋਏਗਾ। ਹੋਲੀ ਆਰਕ ਵਿੱਚੋਂ ਸ਼ਕਤੀ ਨਿਕਲੀ ਜਿਹੜੀ ਜੋਸ਼ੂਆ ਦੇ ਵਿੱਚ ਆ ਕੇ ਸਮਾ ਗਈ। ਤੋ ਬਾਣੀ ਦੀ ਸ਼ਕਤੀ ਇੱਕ ਤਰੀਕੇ ਨਾਲ ਪੈਗੰਬਰੀ ਆਤ ਜਿਹੜੀ ਹੈ ਉਹ ਤਾਂ ਬਾਣੀ ਦੇ ਪਾਸ ਹੈ। ਪੈਗੰਬਰ ਤਾਂ ਬਾਣੀ ਹੈ, ਸ਼ਬਦ ਹੈ ਪੈਗੰਬਰ। ਇਸ ਕਰਕੇ ਸ਼ਬਦ ਨੂੰ ਇਤਨੇ ਸਤਿਕਾਰ ਨਾਲ ਰੱਖਿਆ ਜਾਂਦਾ ਸੀ। ਈਸਾਈਆਂ ਦੇ ਕੋਲ ਉਸ ਤਰੀਕੇ ਦਾ ਸ਼ਬਦ ਨਹੀਂ ਹੈ ਜਿਸ ਤਰੀਕੇ ਦਾ ਸ਼ਬਦ ਓਲਡ ਟੈਸਟਾਮੈਂਟ ਵਿੱਚ ਹੈ, ਜਿਸ ਕਰਕੇ ਓਲਡ ਟੈਸਟਾਮੈਂਟ ਨਾਲ ਰੱਖਣਾ ਮਜਬੂਰੀ ਹੈ। ਨਹੀਂ ਤਾਂ ਜਦੋਂ ਕੋਈ ਨਵਾਂ ਪੰਥ ਬਣ ਗਿਆ, ਪੁਰਾਣੀ ਬਾਣੀ ਉਸਨੇ ਛੱਡ ਦਿੱਤੀ, ਉਹਦੇ ਆਪਣੀ ਬਾਣੀ 'ਚ ਯਕੀਨ ਕਰ ਲਿਆ, ਦੂਜੀ ਛੱਡ ਦਿੱਤੀ। ਪਰ ਕ੍ਰਿਸਚੈਨਿਟੀ ਨੇ ਰੱਖੀ ਕਿਉਂਕਿ ਕ੍ਰਿਸਚੈਨਿਟੀ ਵਿੱਚ, ਬਾਈਬਲ ਦੇ ਵਿੱਚ ਹਜ਼ਰਤ ਈਸਾ ਦੇ ਸ਼ਬਦ ਨਹੀਂ ਹਨ। ਓਲਡ ਟੈਸਟਾਮੈਂਟ ਵਿੱਚ ਮੌਜ਼ਿਸ ਦੀ ਬਾਣੀ ਹੈ, ਹੋਰ ਸੰਤਾਂ ਭਗਤਾਂ ਦੀ ਬਾਣੀ ਹੈ। ਜਿਹੜੀਆਂ ਕਥਾ ਕਹਾਣੀਆਂ ਨਿਊ ਟੈਸਟਾਮੈਂਟ ਵਿੱਚ ਨੇ ਉਹ ਮੈਥਿਊ ਦੀਆਂ ਲਿਖੀਆਂ ਨੇ, ਜਾਂ ਮੱਤੀ ਦੀਆਂ ਲਿਖੀਆਂ ਨੇ, ਜਾਂ ਮਾਰਕਸ ਦੀਆਂ ਲਿਖੀਆਂ ਹੋਈਆਂ ਨੇ, ਜਾਂ ਜੌਹਨ ਦੀਆਂ ਲਿਖੀਆਂ ਹੋਈਆਂ ਨੇ। ਪਰ ਸ਼ਬਦ ਨੂੰ ਪ੍ਰਮਾਣ ਮੰਨਿਆ ਹੈ, ਰੱਬ ਦੇ ਸ਼ਬਦ ਵਿੱਚ ਸ਼ਬਦ ਅਤੇ ਪਰਮੇਸ਼ਰ ਨੂੰ ਇੱਕ ਕਿਹਾ ਹੈ। ਜਿਹੜੀ ਇੰਜੀਲ ਦੀ, ਗੋਸਪਲ ਦੀ ਚੌਥੀ ਪੋਥੀ ਹੈ ਉਹ ਹੈ ਸੇਂਟ ਜੌਹਨ ਦੀ ਪੋਥੀ। ਸੇਂਟ ਜੌਹਨ ਆਰੰਭ ਵੀ ਇੱਥੋਂ ਕਰਦਾ, ਆਦਿ ਵਿੱਚ ਪਰਮੇਸ਼ਰ ਸੀ, ਪਰਮੇਸ਼ਰ ਦਾ ਸ਼ਬਦ ਸੀ, ਸ਼ਬਦ ਪਰਮੇਸ਼ਰ ਦੇ ਨਾਲ ਸੀ,
ਔਰ ਵਾਸਤਵ ਵਿੱਚ ਲਿਖਿਆ ਕਿ ਸ਼ਬਦ ਹੀ ਪਰਮੇਸ਼ਰ ਸੀ। ਫਿਰ ਅੱਗੇ ਵਿਸਤਾਰ ਕੀਤਾ, ਕਿਹਾ ਸ਼ਬਦ ਦੇ ਤਾਰੀ ਹੋਇਆ। ਸ਼ਬਦ ਕੀ ਬਣਿਆ? ਕ੍ਰਾਈਸਟ ਬਣਿਆ, ਜਿਵੇਂ ਸ਼ਬਦ ਜੋਸ਼ੂਆ ਬਣਿਆ ਸੀ, ਇਸੇ ਤਰ੍ਹਾਂ ਸ਼ਬਦ ਕ੍ਰਾਈਸਟ ਬਣਿਆ। ਉਹ ਸ਼ਬਦ ਹੈ, ਮਨੁੱਖ ਨਹੀਂ ਹੈ, ਹੱਡ ਮਾਸ ਦਾ ਪੁਤਲਾ ਨਹੀਂ ਹੈ, ਉਹ ਉਸੇ ਤਰ੍ਹਾਂ ਦਾ ਸ਼ਬਦ ਹੈ ਜਿਵੇਂ ਗੁਰੂ ਨਾਨਕ ਸਾਹਿਬ ਸ਼ਬਦ। ਕਦੇ ਕਦੇ ਅਸੀਂ ਕਹਿ ਦਿੰਦੇ ਹਾਂ ਗੁਰੂ ਨਾਨਕ ਸਾਹਿਬ ਤੇ ਮਨੁੱਖ ਸਨ, ਉਹਨਾਂ ਦੀ ਸਰੀਰ ਥੋੜ੍ਹਾ ਉਹਨਾਂ ਦਾ ਕੋਈ ਸ਼ਬਦ ਸੀ, ਉਹ ਤੇ ਸ਼ਬਦ ਜਿਹੜਾ ਸੀ ਉਹ ਸੀ ਨਾ। ਗੁਰੂ ਨਾਨਕ ਸਾਹਿਬ ਸਮੁੱਚੇ ਚੱਲਦੇ ਫਿਰਦੇ ਧਰਤੀ ਉੱਤੇ ਸ਼ਬਦ ਦਾ ਪ੍ਰਕਾਸ਼ ਹੈ। ਇਸ ਕਰਕੇ ਬੋਲਣ ਜਾਂ ਨਾ ਬੋਲਣ, ਉਹਨਾਂ ਦੀ ਛੋਹ ਵਿੱਚ ਜਿਹੜਾ ਆ ਗਿਆ ਸੰਪਰਕ ਵਿੱਚ, ਉਹਦੀ ਕਲਿਆ ਨਾ। ਬੋਲਣਾ ਜ਼ਰੂਰੀ ਥੋੜ੍ਹਾ, ਉਹ ਤਾਂ ਹੈ ਹੀ ਨਿਰਾ ਸ਼ਬਦ ਨੇ, ਔਰ ਮਨੁੱਖ ਵੀ ਸ਼ਬਦ ਬਣ ਸਕਦਾ, ਇਹ ਨਾ ਸਮਝਣਾ। ਸਿੱਖ ਵੀ ਸ਼ਬਦ ਬਣ ਜਾਂਦਾ ਜਦੋਂ ਸਿੱਖ ਬਿਲਕੁਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨਾਲ ਅਭੇਦ ਹੋ ਜਾਏਗਾ, ਉਹ ਸ਼ਬਦ ਹੋ ਜਾਏਗਾ, ਕਾਇਆ ਨਹੀਂ ਰਹਿ ਜਾਏਗੀ, ਉਹ ਸ਼ਬਦ ਹੋ ਜਾਏਗਾ। ਔਰ ਤੁਸੀਂ ਦੇਖੋ ਕਮਾਲ ਦੀ ਗੱਲ, ਇਹ ਕ੍ਰਾਈਸਟ ਨੂੰ ਕਿਹਾ ਕਿ ਕ੍ਰਾਈਸਟ ਸ਼ਬਦ ਜਿਹੜਾ ਕ੍ਰਾਈਸਟ ਹੋ ਗਿਆ, ਪਰਮੇਸ਼ਰ ਸ਼ਬਦ ਬਣਿਆ, ਸ਼ਬਦ ਹੋ ਕੇ ਉਸਨੇ ਸਰੀਰ ਧਾਰਨ ਕਰ ਲਿਆ, ਸਰੀਰ ਧਾਰਨ ਕਰਕੇ ਕੀ ਬਣ ਗਿਆ? ਕ੍ਰਾਈਸਟ ਬਣ ਗਿਆ। ਤੋ ਕ੍ਰਾਈਸਟ ਕੀ ਹੈ? ਸ਼ਬਦ। ਪੈਗੰਬਰ ਕੀ ਹੈ? ਸ਼ਬਦ, ਜਿਹੜਾ ਅੱਜ ਅਸੀਂ ਕਹਿੰਦੇ ਹਾਂ ਸ਼ਬਦ ਗੁਰੂ, ਸ਼ਬਦ ਗੁਰੂ। ਇਸੇ ਤਰ੍ਹਾਂ ਕੁਰਾਨ ਸ਼ਰੀਫ ਹੈ। ਹਜ਼ਰਤ ਮੁਹੰਮਦ ਸਾਹਿਬ ਨੂੰ ਕਦੇ ਕੋਈ ਪੁੱਛਦਾ ਕਿ ਤੁਹਾਡੇ ਤੁਸੀਂ ਜੇ ਪੈਗੰਬਰ ਹੋ ਤਾਂ ਕਰਾਮਾਤ ਦਿਖਾਓ। ਇਹ ਪੁਰਾਣੀ ਪਰੰਪਰਾ ਹੀ ਸੀ। ਇਸੇ ਕਰਕੇ ਜਿਹੜੇ ਸਨ ਜਦੋਂ ਔਰੰਗਜ਼ੇਬ ਵੀ ਰਾਮ ਰਾਏ ਗਏ ਅਤੇ ਤਾਂ ਵੀ ਉਹਨਾਂ ਨੂੰ ਕਿਹਾ ਕਰਾਮਾਤ ਦਿਖਾ ਜੇ ਤੇਰੇ ਕੋਲ ਕੋਈ ਹੈ। ਗੁਰੂ ਤੇਗ ਬਹਾਦਰ ਜੀ ਅੱਗੇ ਵੀ ਕੰਡੀਸ਼ਨ ਰੱਖੀਆਂ, ਜੇ ਤੁਸੀਂ ਗੁਰੂ ਹੋ ਜੇ ਰੱਬ ਪੈਗੰਬਰ ਹੋ ਤਾਂ ਫਿਰ ਕੋਈ ਕਰਾਮਾਤ ਦਿਖਾਓ। ਪੈਗੰਬਰ ਸਾਹਿਬ ਨੂੰ ਵੀ ਕਿਹਾ ਜਾਂਦਾ ਸੀ। ਮੱਕੇ ਦੇ ਲੋਕ ਕਹਿੰਦੇ ਸਨ ਜਿਹੜੇ ਇਸਲਾਮ ਦੇ ਵਿਰੋਧੀ ਸਨ, ਉਹ ਕਹਿੰਦੇ ਕਿੱਥੇ ਤੂੰ ਪੈਗੰਬਰ ਹੈ ਅਤੇ ਪਹਿਲੇ ਪੈਗੰਬਰਾਂ ਕੋਲ ਤਾਂ ਬੜੀਆਂ ਕਰਾਮਾਤਾਂ ਸਨ, ਤੂੰ ਹੀ ਕੋਈ ਦਿਖਾ ਕਰਾਮਾਤ। ਉਹ ਕਹਿੰਦੇ ਸਭ ਤੋਂ ਵੱਡੀ ਕਰਾਮਾਤ ਕੁਰਾਨ ਹੈ, ਕੁਰਾਨ ਤੋਂ ਵੱਡੀ ਕੋਈ ਕਰਾਮਾਤ ਨਹੀਂ। ਹੋਰ ਪੈਗੰਬਰਾਂ ਕੋਲ ਹੋਰ ਕਰਾਮਾਤਾਂ ਸਨ, ਮੇਰੇ ਕੋਲ ਕੁਰਾਨ ਕਰਾਮਾਤ ਹੈ। ਉਹ ਕਹਿੰਦੇ ਕਿਉਂ ਕਰਾਮਾਤ ਹੈ? ਕਹਿੰਦੇ ਤੁਸੀਂ ਜਾਣਦੇ ਹੋ, ਮੈਂ ਤਾਂ ਲਿਖਣਾ ਪੜ੍ਹਨਾ ਹੀ ਨਹੀਂ ਜਾਣਦਾ, ਮੈਂ ਉਮੀ ਹਾਂ। ਜਦੋਂ ਪਹਿਲੀ ਵਾਰ ਫਰਿਸ਼ਤਾ ਇਲਹਾਮ ਲੈ ਕੇ ਆਇਆ, ਆਇਤਾਂ ਲੈ ਕੇ ਆਇਆ, ਤਾਂ ਫਰਿਸ਼ਤਾ ਜਬਰਾਇਲ ਕਹਿਣ ਲੱਗਾ ਇਹਨੂੰ ਪੜ੍ਹੋ, ਇਹ ਅੱਲਾ ਦੀ ਬਾਣੀ ਆਈ। ਕਹਿਣ ਲੱਗੇ ਮੈਂ ਪੜ੍ਹ ਨਹੀਂ ਸਕਦਾ, ਮੈਂ ਉਮੀ ਹਾਂ, ਅਨਪੜ੍ਹ। ਕਹਿਣ ਲੱਗੇ ਪਰਮਾਤਮਾ ਦਾ ਅੱਲਾ ਦਾ ਨਾਮ ਲੈ ਕੇ ਪੜ੍ਹ। ਕਹਿਣ ਲੱਗੇ ਮੈਂ ਉਮੀ ਹਾਂ, ਮੈਂ ਪੜ੍ਹਨਾ ਨਹੀਂ ਜਾਣਦਾ, ਮੈਨੂੰ ਪੜ੍ਹਨਾ ਲਿਖਣਾ ਨਹੀਂ ਆਉਂਦਾ। ਫਿਰ ਜਬਰਾਇਲ ਨੇ ਕਿਹਾ ਉਸ ਅੱਲਾ ਦੇ ਨਾਮ 'ਤੇ ਪੜ੍ਹ ਜਿਹੜਾ ਸਾਰੇ ਜਹਾਨ ਵਿੱਚ ਵਿੱਦਿਆ ਦਾ ਪ੍ਰਕਾਸ਼ ਕਰਦਾ ਹੈ, ਜਿਹੜਾ ਸਾਰੇ ਜਹਾਨ ਨੂੰ ਗਿਆਨ ਦਿੰਦਾ, ਉਸ ਦੇ ਨਾਮ 'ਤੇ ਪੜ੍ਹ। ਫਿਰ ਉਹਨਾਂ ਨੇ ਉਹ ਆਇਤਾਂ ਪੜ੍ਹੀਆਂ ਜਿਹੜੀਆਂ ਹੁਣ ਕੁਰਾਨ ਸ਼ਰੀਫ ਦੀ 96 ਨੰਬਰ ਸੂਰਤ ਵਿੱਚ ਨੇ ਉਹ ਆਇਤਾਂ। ਤੋ ਮੈਂ ਇਹ ਬੇਨਤੀ ਕਰ ਰਿਹਾ ਸੀ ਕਿ ਸ਼ਬਦ ਪੈਗੰਬਰ ਸਾਹਿਬ ਨੂੰ ਵੀ, ਪੈਗੰਬਰ ਸਾਹਿਬ ਨੇ ਉਹ ਕਹਿੰਦੇ ਮੈਂ ਅਨਪੜ੍ਹ ਹਾਂ, ਮੈਂ ਕਿੱਥੇ ਲਿਖ ਸਕਦਾ। ਜੇ ਇਹ ਕੁਰਾਨ ਦੀਆਂ ਆਇਤਾਂ ਬੋਲੀਆਂ ਗਈਆਂ ਨੇ, ਸੁਣਾਈਆਂ ਗਈਆਂ ਨੇ, ਇਹ ਮੇਰੀਆਂ ਥੋੜ੍ਹਾ ਨੇ, ਅਤੇ ਮੇਰੇ ਕਰਾਮਾਂ ਦੇ ਰੱਬ ਦੀ ਮਿਹਰ ਹੈ, ਮੈਨੂੰ ਪੈਗੰਬਰੀ ਆਦਤ ਪ੍ਰਾਪਤ ਹੋਈ, ਮੈਂ ਪੈਗੰਬਰ ਹਾਂ, ਤਾਂ ਤਾਂ ਇਹ ਕੁਰਾਨ ਦੀਆਂ ਆਇਤਾਂ ਰਚੀਆਂ ਗਈਆਂ ਨੇ, ਕਿਉਂਕਿ ਮੇਰੀ ਰਚਨਾ ਤਾਂ ਹੈ ਨਹੀਂ, ਇੱਥੇ ਅੱਲਾ ਦੀ ਬਾਣੀ ਹੈ। ਅੱਲਾ ਦੀ ਬਾਣੀ ਕੀ ਹੋ ਜੀ? ਸਾਡੇ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਕਹਿ ਕਬੀਰ ਕਹਿ ਨਾਨਕ ਇਹ ਲਿਖਿਆ ਨਾ, ਰਵਿਦਾਸ ਕਹਿੰਦਾ ਹੈ, ਕਬੀਰ ਕਹਿੰਦਾ ਹੈ, ਫਰੀਦ ਕਹਿੰਦਾ ਹੈ, ਕਹੇ ਫਰੀਦ ਸਹੇਲੀਓ ਸੌ ਲਾਏ ਸੀ, ਫਰੀਦ ਕਹਿ ਰਿਹਾ। ਅਸੀਂ ਕਹਿੰਦੇ ਰੱਬ ਦੀ ਬਾਣੀ। ਕੁਰਾਨ ਸ਼ਰੀਫ 'ਚ ਕਿਤੇ ਨਹੀਂ ਲਿਖਿਆ ਕਿ ਹਜ਼ਰਤ ਮੁਹੰਮਦ ਸਾਹਿਬ ਇਹ ਕਹਿੰਦੇ ਨੇ, ਉੱਥੇ ਅੱਲਾ ਹੀ ਕਹਿੰਦਾ ਹੈ। ਇੱਕ ਵੀ ਲਾਈਨ ਐਸੀ ਨਹੀਂ ਜਿੱਥੇ ਹਜ਼ਰਤ ਮੁਹੰਮਦ ਸਾਹਿਬ ਕੁਛ ਲੋਕਾਂ ਨੂੰ ਕਹਿ ਰਹੇ ਹੋਣ। ਅੱਲਾ ਕਹਿੰਦਾ, ਅੱਲਾ ਜਾਂ ਤਾਂ ਹਜ਼ਰਤ ਮੁਹੰਮਦ ਸਾਹਿਬ ਨੂੰ ਕਹੇਗਾ ਜਾਂ ਇਹਨਾਂ ਲੋਕਾਂ ਨੂੰ ਇਹ ਗੱਲ ਕਹਿ ਦੇ, ਧਰਮ ਦੀ ਕੋਈ ਦੀਨ ਦੀ ਗੱਲ ਕਰਨੀ ਹੈ ਅਤੇ ਕਹਿ ਸੰਬੋਧਨ ਕਰ ਰਿਹਾ ਕਿ ਇਹਨਾਂ ਲੋਕਾਂ ਨੂੰ ਇਹ ਗੱਲ ਕਹਿ ਦੇ, ਜਾਂ ਫਿਰ ਲੋਕਾਂ ਨੂੰ ਕਿਹਾ ਕਿ ਪੈਗੰਬਰ ਜੋ ਕੁਝ ਕਹਿ ਰਿਹਾ
ਇਹਦੀਆਂ ਗੱਲਾਂ ਤੁਸੀਂ ਮੰਨੋ। ਅੱਲਾਹ ਦਾ ਸੰਬੋਧਨ ਹੈ, ਉਹਨਾਂ ਦਾ ਯਕੀਨ ਹੈ ਕਿ ਇਸ ਵਿੱਚ ਇੱਕ ਵੀ ਸ਼ਬਦ ਹਜ਼ਰਤ ਮੁਹੰਮਦ ਸਾਹਿਬ ਦਾ ਨਹੀਂ, ਰੱਬ ਦੇ ਸ਼ਬਦ ਨੇ। ਇੱਕ ਹੋਰ ਪ੍ਰਮਾਣ ਦਿੰਦੇ ਨੇ, ਕੁਝ ਸ਼ਬਦ ਜਿਹੜੇ ਨੇ ਉਹਨਾਂ ਦੇ ਕੋਈ ਮੀਨਿੰਗ ਨਹੀਂ ਬਣਦਾ, 14 ਕੁ ਸ਼ਬਦ ਹਨ ਐਸੇ ਜਿਨ੍ਹਾਂ ਦਾ ਕੋਈ ਮੀਨਿੰਗ ਨਹੀਂ ਹੈ। ਉਹ ਕਹਿੰਦੇ ਇਹਨਾਂ ਦਾ ਮੀਨਿੰਗ ਕਿਉਂ ਨਹੀਂ, ਕਿਉਂਕਿ ਸੰਸਾਰ ਦੀ ਲੋਕ ਦੀ ਬੋਲੀ ਨਹੀਂ ਹੈ, ਇਹ ਅੱਲਾਹ ਤੋਂ ਆਏ ਬਚਨ ਨੇ, ਇਸ ਕਰਕੇ ਇਹ ਗੈਬੀ ਸ਼ਬਦ ਨੇ। ਇਹ ਕੁਰਾਨ ਦੀ ਰੱਬੀ ਹੋਣ ਦਾ ਪ੍ਰਮਾਣ ਹੈ ਕਿ ਇਹ ਰੱਬ ਦੀ ਬਾਣੀ ਹੈ। ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਸੰਸਾਰ ਵਿੱਚ ਆਏ ਤਾਂ ਉਹਨਾਂ ਨੇ ਜਿਹੜੀਆਂ ਕਿਤੇ, ਮੈਂ ਇੱਕ ਗੱਲ ਉਸ ਤੋਂ ਪਹਿਲਾਂ ਕਰ ਲਵਾਂ ਕਿ ਵੇਦ ਦੀ ਗੱਲ, ਵੇਦ ਵਿੱਚ ਹਾਲਾਂਕਿ ਰਿਸ਼ੀਆਂ ਦੇ ਨਾਮ ਹਨ, ਰਿਗਵੇਦ ਵਿੱਚ ਅੰਗਿਰਸ ਇਤਿਆਦਿ ਰਿਸ਼ੀ ਹਨ ਜਿਨ੍ਹਾਂ ਦੇ ਨਾਮ ਨੇ, ਪਰ ਜਿਹੜੇ ਰਿਸ਼ੀਆਂ ਨੇ ਮੰਤਰ ਉਚਾਰਨ ਕੀਤੇ ਨੇ ਉਹ ਮੰਤਰ ਦ੍ਰਿਸ਼ਟਾ ਹਨ, ਮੰਤਰ ਰਚੈਤਾ ਨਹੀਂ ਹਨ, ਮੰਤਰ ਰਚਣ ਵਾਲੇ ਨਹੀਂ ਹਨ, ਮੰਤਰ ਵੇਖੇ ਨੇ ਉਹਨਾਂ ਨੇ। ਇੱਕ ਹੋਰ ਬੜੀ ਕਮਾਲ ਚੀਜ਼ ਦੇਖੋ, ਮੰਤਰ ਵੇਖਿਆ ਜਾਂਦਾ, ਦਰਸ਼ਨ ਕੀਤੇ ਜਾਂਦੇ ਨੇ, ਦੇਖਿਆ ਹੈ ਉਹਨਾਂ ਮੰਤਰ ਆਇਆ ਅਤੇ ਦੇਖਿਆ। ਕਦੇ ਜਨਮ ਸਾਖੀਆਂ ਤੁਸੀਂ ਸੁਣਦੇ ਹੀ ਹੋ ਨਾ, ਮਰਦਾਨਿਆਂ ਰਬਾਬ ਵਜਾ ਬਾਣੀ ਆਈ ਹੈ, ਇਹ ਲਿਖਿਆ ਰੱਬ ਬੋਲਦਾ, ਬਾਣੀ ਦਿਸ ਰਹੀ ਆ ਰਹੀ, ਮੰਤਰ ਦ੍ਰਿਸ਼ਟਾ ਹੋ ਗਿਆ ਨਾ। ਮੰਤਰ ਦ੍ਰਿਸ਼ਟਾ ਵਿੱਚ ਅਤੇ ਗੁਰੂ ਨਾਨਕ ਸਾਹਿਬ ਦੇ ਬਾਣੀ ਦੇਖਣ 'ਚ ਕੋਈ ਫਰਕ ਥੋੜ੍ਹਾ ਹੀ ਹੈ, ਕੋਈ ਅੰਤਰ ਨਹੀਂ। ਰਿਸ਼ੀ ਮੰਤਰ ਦੇ ਦਰਸ਼ਨ ਕਰ ਰਿਹਾ ਹੈ, ਦੇਖ ਰਿਹਾ ਹੈ, ਔਰ ਫਿਰ ਉਸਨੂੰ ਦੇਖ ਕੇ ਫਿਰ ਆਪਣੀ ਸਮ੍ਰਿਤੀ 'ਚ ਵਸਾਉਂਦਾ ਅਤੇ ਅੱਗੇ ਫਿਰ ਆਪਣੇ ਸ਼ਿਸ਼ਾਂ ਨੂੰ ਉਹਨੇ ਪੜ੍ਹਾਇਆ, ਅਤੇ ਇਸ ਕਰਕੇ ਉਹ ਸ਼ਰੂਤੀ ਗਿਆਨ ਹੋ ਗਿਆ, ਸੁਣ ਸੁਣ ਕੇ ਗਿਆਨ ਪ੍ਰਵਾਹਿਤ ਹੁੰਦਾ ਰਿਹਾ, ਰਚਿਆ ਨਹੀਂ ਉਹਨੇ ਕੁਛ। ਇਸੇ ਤਰ੍ਹਾਂ ਜਿਹੜੀ ਗੁਰਬਾਣੀ ਹੈ, ਗੁਰਬਾਣੀ ਦੇ ਸੰਬੰਧ ਵਿੱਚ ਗੁਰੂ ਜੀ ਦਾ ਜਿਹੜਾ ਵੱਡਾ ਉਪਕਾਰ ਹੈ ਉਹ ਇਵੇਂ ਕਿ ਉਹਨਾਂ ਨੇ ਵਿਧੀਵਤ ਇਸ ਨੂੰ ਗੁਰੂ ਸਥਾਪਿਤ ਕਰ ਦਿੱਤਾ ਆਪਣੀ ਲਾਈਫ ਵਿੱਚ। ਹਾਲਾਂਕਿ ਉਹ ਸ਼ਬਦ ਸਵਰੂਪ ਸਨ, ਮੈਂ ਪਹਿਲਾਂ ਕਹਿ ਚੁੱਕਾ, ਜਿੱਥੇ ਜਾਇਬ ਹੈ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜ, ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾ। ਜਿੱਥੇ ਜਾ ਬਹਿੰਦੇ ਨੇ, ਜੰਗਲਾਂ ਵਿੱਚ ਬਹਿ ਜਾਣ, ਪਹਾੜਾਂ 'ਤੇ ਚਲੇ ਜਾਣ, ਉਹ ਸ਼ਬਦ ਸਵਰੂਪ ਹਨ। ਜੇ ਉਹ ਸ਼ਬਦ ਸਵਰੂਪ ਨਾ ਹੁੰਦੇ ਤਾਂ ਭਾਸ਼ਾ ਦੀ ਸਮੱਸਿਆ ਆ ਜਾਣੀ ਸੀ, ਇਹ ਧਿਆਨ ਰੱਖਣਾ। ਉੱਥੇ ਤਿੱਬਤ ਵਿੱਚ ਤਿੱਬਤੀਆਂ ਦੀ ਲੈਂਗੁਏਜ ਜਿਹੜੀ ਸਾਨੂੰ ਤਾਂ ਕੋਈ ਸਮਝ ਨਹੀਂ ਆਉਂਦੀ, ਦੇਹਰਾਦੂਨ 'ਚ ਬੜੇ ਰਹਿੰਦੇ ਨੇ, ਜਦੋਂ ਆਪਣੀ ਭਾਸ਼ਾ 'ਚ ਗੱਲ ਕਰਨ ਸਾਨੂੰ ਸਮਝ ਨਹੀਂ ਆਉਂਦੀ। ਉਸ ਵੇਲੇ ਤਾਂ ਇਤਨੀ ਨੇੜਤਾ ਵੀ ਤਿੱਬਤੀਆਂ ਨਾਲ ਹੈ ਨਹੀਂ ਸੀ ਪੰਜਾਬੀਆਂ ਦੀ, ਹੁਣ ਤਾਂ ਫਿਰ ਥੋੜ੍ਹੀ ਬਹੁਤ ਸਾਂਝ ਹੈ, ਕੋਈ ਆਉਂਦੇ ਜਾਂਦੇ। ਉੱਥੇ ਮੱਕਾ ਸ਼ਰੀਫ 'ਚ ਗਏ, ਉੱਥੋਂ ਦੇ ਲੋਕਾਂ ਨੂੰ ਕਿਹੜਾ ਇੱਥੋਂ ਦੀ ਹਿੰਦੀ ਜਾਂ ਪੰਜਾਬੀ ਆਉਂਦੀ ਸੀ, ਉਹ ਅਰਬੀ ਜਾਣਦੇ ਸਨ ਸਿਰਫ। ਬਗਦਾਦ ਵਿੱਚ ਗਏ, ਅਰਬੀ ਵਿੱਚ ਡਿਸਕਸ਼ਨ ਹੋ ਰਹੀਆਂ ਨੇ, ਇਹ ਨਹੀਂ ਵੀ ਸੈਰ ਕਰਕੇ ਚੁੱਪ ਚੁਪੀਤੇ ਸੈਰ ਕੀਤੀ, ਚਲੋ ਮਾੜਾ ਮੋਟਾ ਇਸ਼ਾਰਿਆਂ ਨਾਲ ਰਸਤਾ ਰੁਸਤਾ ਪੁੱਛਿਆ, ਖਾਣਾ ਪਾਣੀ ਪੁੱਛਿਆ ਕਿੱਥੋਂ ਮਿਲੇਗਾ ਅਤੇ ਆ ਗਏ ਨਾ। ਉਹ ਤਾਂ ਗੋਸ਼ਟਾਂ ਕਰ ਰਹੇ ਨੇ, ਔਰ ਗੋਸ਼ਟਾਂ ਕੀਤੀਆਂ ਨੇ, ਇਹਦਾ ਪ੍ਰਮਾਣ ਬਗਦਾਦ ਵਿੱਚ ਅੱਜ ਵੀ ਹੈ। ਉੱਥੋਂ ਦੇ ਜਿਹੜੇ ਪੀਰ ਹਨ ਉਹ ਆਪ ਉਹਨਾਂ ਦੀ ਯਾਦਗਾਰ ਬਣਵਾ ਰਿਹਾ ਕਿ ਇੱਥੇ ਹਜ਼ਰਤ ਬਾਬਾ ਨਾਨਕ ਆਏ ਸਨ, ਗੋਸ਼ਟੀ ਕੀਤੀ ਸੀ ਉੱਥੇ। ਉਹਨਾਂ ਦੱਸ ਦਿੱਤਾ ਕਿ ਇਹ ਜਿਹੜੇ ਤੁਸੀਂ ਕਹਿੰਦੇ ਹੋ ਸੱਤ ਪਾਤਾਲ ਸੱਤ ਆਕਾਸ਼, ਇਹ ਨਹੀਂ ਹਨ, ਕੋਈ ਗਿਣਤੀ ਨਹੀਂ ਹੈ, ਪਾਤਾਲਾਂ ਪਾਤਾਲ ਲੱਖ ਆਕਾਸ਼ਾਂ ਆਕਾਸ਼, ਇਹ ਉਪਦੇਸ਼ ਦਿੱਤਾ ਹੈ। ਹੁਣ ਦੱਸੋ ਭਾਈ ਇਹ ਉਪਦੇਸ਼ ਕਿਵੇਂ ਦਿੱਤਾ ਹੈ, ਅਰਬੀ ਤਾਂ ਉਹ ਜਾਣਦੇ ਨਹੀਂ ਸਨ, ਔਰ ਉਹ ਹਿੰਦੀ ਪੰਜਾਬੀ ਨਹੀਂ ਸਨ ਜਾਣਦੇ ਜਿਹਨਾਂ ਨਾਲ ਉਹਨਾਂ ਦੀ ਗੱਲਬਾਤ ਹੋ ਰਹੀ ਹੈ, ਉਹ ਭਾਰਤੀ ਭਾਸ਼ਾਵਾਂ ਨਹੀਂ ਜਾਣਦੇ, ਅਤੇ ਗੁਰੂ ਸਾਹਿਬ ਅਰਬ ਦੀਆਂ ਬੋਲੀਆਂ ਜਿਹੜੀਆਂ ਨੇ ਉਹਨਾਂ ਨੇ ਕਿਤੋਂ ਪੜ੍ਹੀਆਂ ਹੋਈਆਂ ਨਹੀਂ ਹਨ। ਜੇ ਕਿਸੇ ਮੌਲਵੀ ਦੇ ਕੋਲੋਂ ਥੋੜ੍ਹਾ ਬਹੁਤ ਕੋਈ ਸਾਲ ਦੋ ਸਾਲ ਲਗਾਇਆ ਵੀ ਹੋਵੇ ਤਾਂ ਬੰਦਾ ਇਤਨਾ ਸਮਰੱਥ ਬੰਦਾ ਨਹੀਂ ਹੋ ਸਕਦਾ ਵੀ ਉਹ ਗੱਲਬਾਤ ਕਰਨ ਦੇ ਯੋਗ ਹੋ ਜਾਵੇ। ਸਾਨੂੰ ਅੰਗਰੇਜ਼ੀ 'ਚ ਲੈਕਚਰ ਦੇਣਾ ਹੋਵੇ ਤਾਂ ਸਾਡੇ ਵਾਸਤੇ ਸੰਭਵ ਜਿਹਾ ਕੰਮ ਹੈ, ਹਾਲਾਂਕਿ ਕਿੰਨੇ ਕੁ ਸਾਲ ਅਸੀਂ ਪੜ੍ਹਦੇ ਰਹੇ ਅੰਗਰੇਜ਼ੀ। ਤੋ ਮੈਂ ਬੇਨਤੀ ਕਰ ਰਿਹਾ ਸੀ ਕਿ ਉਹ ਸ਼ਬਦ ਸਵਰੂਪ ਸਨ, ਭਾਸ਼ਾ ਸਮੱਸਿਆ ਹੀ ਨਹੀਂ।
क्योंकि भाषा शब्द नहीं है, यह भी ध्यान रखना, शब्द ये नहीं जितना असी वेखते हाँ, शब्द उतना नहीं है जितना असी क्या 1430 पन्नियां दे विच शब्द है, ये शब्द बाहरी जिहा रूप है जिहड़ा मनुख दे इंट्रैक्शन वास्ते अक्षरां विच लिखिया गया है। शब्द तां इस दे पिछे है। जिस शब्द ने तुहाडे नाल बातचीत करनी है, ये शब्द ते तुसी पढ़ना है, अर्थ समझने ने, समझ के बुद्धि च बसाना है, इन्हें अकल तक रह जाना है, परंतु एक शब्द ऐसा है जिसने तुहाडे नाल गलबात करनी है, क्योंकि जो गलबात नहीं करेगा शब्द कितों हो गया, गलबात करनी है उसने तुहाडे नाल, उस शब्द वो शब्द इस शब्द के पिछे है, वो जदों तक तुहाडियां फीलिंग्स विच नहीं आउंदा, शब्द दियां फीलिंग्स ते तुहाडियां फीलिंग्स एक रूप नहीं होंदियां, तदों तक ये शब्द बारों बारों वेख के पढ़ के हजारों बार पाठ करके इंट्रैक्शन होर घट गई। ये भी बेनती कर देवा मैं, जिन्ना ज़्यादा पढ़िया उतनी इंट्रैक्शन शब्द नालों टुट गई। किवें टुट गई? जितना ज़्यादा पाठ अज्ञानता विच कीता जाता है अर्थ तो बंदा उन्ना दूर हो जाता है। जपजी दे अर्थ इतनी वड्डी प्रॉब्लम नहीं है, सिद्ध गोष्ठ उस तो औखी है, पर जपजी दे अर्थ जिहड़े ने ओ वार वार पढ़न ते क्यों नहीं आउंदे, क्योंकि उसनू अग्ञान विच इन्नी वारी पढ़िया है, वो फिर दिमाग चो निकल जाते हैं अर्थ, क्योंकि अग्ञान च पढ़िया है। साडे मैं पिछे जाए सिंह साहिबान भी बैठे सन उत्थे बड़े जिम्मेवार अहुदियां ते, मैं उन्होंने बेनती की, एक मैं क्या उच्चारण संबंधी तो तुहाडे ते मेरे जिहड़े विचार ने वह भी भिन्न हो सकते हैं उपरले लैवल ते, पर जिहड़ा साधारण जिहड़ियां गल चीज़ां ने जिहड़ियां कि हर सिख नूं पता ही है उच्चारण दा, घट्टो घट दरबार साहब दे रागी उहदे नाल गलतियां करन, मैं क्या मैं तीन चार तुहानूं दस दिंदा गलतियां, मैं क्या रोज़ पढ़दे ने सुन संध्या त्री देव देवाकर अधपत आदि समाई, पहलां ते अधपत नहीं है अधपति अध्यपति सिहारी पई है, इह तां खैर अगली अगला स्टैप है, परंतु सुन संध्या, सुन संध्या थोड़ा लिखे सुन संध्या, सुन शून्य लिखे सुन है वह पर दिन सुन संध्या तेरी देव दिवाकर अधपति आसमाई, फिर गगन मैं थाल रव वो है गगन मैं, पर दिन गगन मैं, गगन मैं का अर्थ है आकाश रूप, और गगन मैं आकाश विच वो पढ़ रहे ने आकाश विच, आकाश विच थाल है वो आकाश रूप थाल है, वो कहते आकाश में थाल है, संत सहाय सदा जग माए, इन्हें तो बना ही दिता सिखा ने संत सहाय सदा जग माहे, बिल्कुल शब्द का ध्यान ही नहीं कर रहा भी शब्द लिखिया की है, पर असी की रहे हैं। मैं क्या घट्टो घट्ट इन्हों ये तो बेनती कर छोड़ो भी रोज़ ही ना गलत पढ़न, जोड़ा होंगे वही गलत पढ़ो, बेचारे हस पे मुस्कुरा के अपना काम उन्होंने ड्यूटी उन्होंने पूरी हो, उस तरह ही चलता रहना है प्रवाह। इसनों अगर कहे कि शब्द दे नाल कोई मेरा संयोग हो गया, कितने है संयोग? बिल्कुल ही नहीं। शब्द गायन करना एक किता है, रुचि हो ही नहीं कि मैं शब्द नाल इंट्रैक्शन करनी है, जिसकी शब्द नाल इंट्रैक्शन हो जाएगी, शब्द उहदे नाल गलबात करना गया, मैं तो आ चीज़ा तू मैनू की बनाया होया, पता की बनाया सिखा ने, सिख रोज पढ़ते ने रब नू कहते ने वो अपने आप मर जाएगा, रोज सिख पढ़ता अपने आप मर जाएगा रब, दसो तुसी चंगा अकाल मूर्त किवें पढ़ते ने, रोज पढ़ते ने सैभम सैभम, भंग का अर्थ की है खंडित होना, टुकड़े होना, विभाजित होना, नष्ट होना, मर जाना, सै का अर्थ स्वै, रब कौन है जिहड़ा अपने आप मर जाए। हर सिख रोज पता नहीं किन्नी वारी पढ़ता इहनू, ते किन्नी वारी रब नू कहिंदा आप ही मर जाएगा तू, मतलब गलों लाने का तरीका चंगा भी सानू नहीं कुछ करना पैना तू आप ही मर जाएगा,
ਉਹ ਭਲੇ ਲੋਕੋ ਇਹ ਸਹਿ ਭੰਗ ਨਹੀਂ ਹੈ। ਜਦੋਂ ਮੈਂ ਇਹ ਜਿਹੜੇ ਸਾਡੇ ਵੱਡੇ ਜਥੇਦਾਰ ਨੇ ਉਹਨਾਂ ਅੱਗੇ ਸਵਾਲ ਰੱਖਿਆ, ਜਿਹੜੇ ਆਪਣੇ ਆਪ ਨੂੰ ਵਿਦਵਾਨ ਵੀ ਅਖਵਾਉਂਦੇ ਨੇ, ਕਹਿਣ ਲੱਗੇ ਜੀ ਪੰਜਾਬੀ ਹੈ, ਤੁਸੀਂ ਸੰਸਕ੍ਰਿਤ ਵਾਂਗ ਬੋਲ। ਮੈਂ ਕਿਹਾ ਮੈਨੂੰ ਭੰਗ ਦੇ ਅਰਥ ਤੁਸੀਂ ਪੰਜਾਬੀ 'ਚ ਦੱਸ ਦਿਓ, ਪੰਜਾਬੀ ਵਿੱਚ ਵੀ ਉਹੀ ਨੇ ਜਿਹੜੇ ਸੰਸਕ੍ਰਿਤ ਹਿੰਦੀ 'ਚ ਨੇ। ਸ਼ਬਦ ਹੈ ਸਾਹਿਬਮ, ਮਾਂ ਹੈ ਟਿੱਪੀ, ਜਿੱਥੇ ਵੀ ਕਿਤੇ ਹੈ ਗੁਰਬਾਣੀ ਦੇ ਅਖੀਰਲੇ ਪਦ 'ਤੇ ਉਹ ਟਿੱਪੀ ਮਾਂ ਹੈ। ਸ਼ਬਦ ਦਾ ਵਿਸਮਾਦ ਕਿੱਥੋਂ ਨਿਕਲੇ? ਰੱਬ ਨੂੰ ਦੇਖ ਕੇ ਜਿਹੜਾ ਸ਼ਬਦ ਬੋਲਦੇ ਹਾਂ ਉਹ ਤਾਂ ਰੱਬ ਨੂੰ ਮਾਰਨ ਵਾਲਾ ਸ਼ਬਦ ਹੈ। ਅਤੇ ਰੱਬ ਜੀਵੰਤ ਦੇ ਦਰਸ਼ਨ ਸ਼ਬਦ 'ਚੋਂ ਕਿਵੇਂ ਹੋਣਗੇ? ਜਿਉਂਦੇ ਰੱਬ ਦੇ ਦਰਸ਼ਨ, ਜਿਸ ਨੂੰ ਪਹਿਲਾਂ ਹੀ ਮਾਰ ਕੇ ਫਿਰ ਅੱਗੇ ਚੱਲੇ ਹਾਂ, ਉਸਨੂੰ ਜੀਵਨ ਕਿਵੇਂ ਮਿਲੇਗਾ? ਉਹ ਹੈ ਸੈਭਮ, ਸਭ ਭਵ ਅਮ, ਇਹ ਆਪਣੇ ਆਪ ਹੋਇਆ ਹੈ। ਤਿੰਨ ਪਦਾਂ ਤੋਂ ਬਣਿਆ। ਸਭ ਭਵ ਹੁੰਦਾ ਹੋਣਾ, ਸਭ ਆਪਣੇ ਆਪ, ਭਾਵ ਹੁੰਦਾ ਹੋਣਾ, ਔਰ ਅਮ ਇਹ ਆਪਣੇ ਆਪ ਹੋਇਆ। ਉਹ ਨਹੀਂ, ਇਹ ਬੜਾ ਭੇਦ ਹੈ, ਉਹ ਨਹੀਂ ਇਹ ਕਿਹੜਾ? ਜਿਹੜਾ ਜਗਤ ਵਿੱਚ ਵੱਸਦਾ ਹੈ। ਇਹ ਚੀਜ਼ਾਂ ਬਾਣੀ ਨਾਲ ਇੰਟਰੈਕਸ਼ਨ ਜਿਹੜੀ ਹੈ ਬਹੁਤ ਮੁਸ਼ਕਿਲ ਕੰਮ ਹੈ। ਸ਼ਬਦ ਜੋ ਅਸੀਂ ਸਮਝ ਲਿਆ ਹੈ ਉਹ ਸ਼ਬਦ ਉਹ ਹੈ ਜਿਸ ਨੂੰ ਸਰਦੀਆਂ ਵਿੱਚ ਸਰਦੀ ਬਹੁਤ ਲੱਗਦੀ ਹੈ, ਗਰਮੀਆਂ 'ਚ ਗਰਮੀ ਬਹੁਤ ਲੱਗਦੀ ਹੈ, ਅਤੇ ਜਿਹਨੂੰ ਸਰਦੀ ਗਰਮੀ ਲੱਗਦੀ ਉਹ ਤਾਂ ਮਰ ਜਾਏਗਾ। ਉਹ ਜੀਵਿਤ ਕਿੱਥੋਂ ਹੋ ਸਕਦਾ ਜਿਸ ਨੂੰ ਸਰਦੀ ਅਤੇ ਗਰਮੀ ਲੱਗੇ? ਉਹ ਰਹਿ ਸਕਦਾ? ਸ਼ਬਦ ਉਹ ਹੈ ਜਿਹੜਾ ਨਾਮ ਦਾ ਨਿੱਘ ਦਿੰਦਾ ਹੈ, ਅਤੇ ਸ਼ਬਦ ਉਹ ਹੈ ਜਿਹੜਾ ਅੰਦਰਲੇ ਤਪਸ਼ ਖਤਮ ਕਰਕੇ ਸ਼ੀਤਲਤਾ ਪ੍ਰਦਾਨ ਕਰਦਾ ਹੈ। ਉਸਨੂੰ ਠੰਡ ਲੱਗ ਜਾਏ, ਉਸਨੂੰ ਗਰਮੀ ਲੱਗ ਜਾਏ, ਉਹ ਸਾਨੂੰ ਸ਼ੀਤਲ ਕਿਵੇਂ ਕਰ ਸਕਦਾ ਹੈ? ਮਰਨਸ਼ੀਲ ਸ਼ਬਦ ਦੇ ਨਾਲ ਸਾਡਾ ਸੰਬੰਧ ਹੈ, ਜਾਂ ਮਰਿਆ ਹੋਇਆ ਸ਼ਬਦ ਜਿਹੜਾ ਉਹਦੇ ਨਾਲ ਸਾਡਾ ਸੰਬੰਧ ਹੈ। ਸੁਣਨਾ ਔਖਾ ਹੈ ਇਹੋ ਜਿਹੀਆਂ ਗੱਲਾਂ ਕਹਿਣ ਕਰਕੇ, ਜਿਹੜਾ ਹੈ ਉਹ ਕਈ ਵਾਰੀ ਜਿਹੜਾ ਹੈ ਉਹ ਉਸੇ ਤਰ੍ਹਾਂ ਦਾ ਹਾਲਤ ਜਿਵੇਂ ਦੀ ਮਨਸੂਰ ਇਦਿਆਦੀ ਦੀ ਹੋਈ ਹੈ, ਕਿਉਂਕਿ ਔਖਾ ਕੰਮ ਹੈ। ਪਰ ਜਿਸ ਸ਼ਬਦ ਦੇ ਵਿੱਚ ਸਾਡਾ ਯਕੀਨ ਹੈ ਉਹ ਜੀਵੰਤ ਸ਼ਬਦ ਨਹੀਂ ਹੈ। ਜੀਵੰਤ ਸ਼ਬਦ ਅਕਸ਼ਰਾਂ ਦੇ ਪਿੱਛੇ ਹੈ। ਜੀਵੰਤ ਸ਼ਬਦ ਨੂੰ ਰਜਾਈਆਂ ਦੀ ਲੋੜ ਨਹੀਂ ਹੈ, ਜੀਵੰਤ ਸ਼ਬਦ ਨੂੰ ਹਿਰਦੇ ਦੀ ਸੇਜਾ ਦੀ ਲੋੜ ਹੈ। ਉਸਨੇ ਉੱਥੇ ਟਿਕਣਾ ਹੈ। ਉਹ ਜਿਉਂਦੇ ਸ਼ਬਦ ਨੇ, ਜਦੋਂ ਅੰਦਰ ਵੱਸ ਗਿਆ ਬੰਦੇ ਨੂੰ ਜਿਉਂਦਿਆਂ ਕਰ ਦੇਣਾ, ਬੰਦਾ ਮਰ ਨਹੀਂ ਸਕਦਾ। ਫਿਰ ਸ਼ਬਦ ਦਾ ਵਿਸਮਾਦ ਇਹ ਹੈ। ਇਹ ਤਾਂ ਸ਼ਬਦ ਹੀ ਮਰਨਸ਼ੀਲ ਹੈ। ਸ਼ਬਦ ਮਰਨਸ਼ੀਲ, ਰੱਬ ਮਰਨਸ਼ੀਲ, ਭਿਖਾਰੀ ਰੱਬ, ਗੋਲਕਾਂ ਅੱਗੇ ਰੱਖੀਆਂ ਅਤੇ ਗੁਰੂ ਦੀ ਗੋਲਕ ਹੈ। ਅਰੇ ਭਾਈ, ਗੁਰੂ ਵਿਚਾਰਾ ਭਿੱਖਿਆ ਥੋੜ੍ਹਾ ਮੰਗਦਾ, ਗੁਰੂ ਤੋਂ ਕਿਉਂ ਮੰਗਾਉਂਦੇ ਹੋ? ਇਹ ਤਾਂ ਲਿਖੋ ਜੀ, ਪ੍ਰਬੰਧਕ ਕਮੇਟੀ ਦੀ ਗੋਲਕ ਹੈ, ਗੁਰਦੁਆਰੇ ਦੀ ਸੇਵਾ ਵਾਸਤੇ ਹੈ। ਗੁਰੂ ਦੀ ਗੋਲਕ ਕਿੱਥੇ ਹੈ? ਗੁਰੂ ਦੀ ਗੋਲਕ ਤਾਂ ਗਰੀਬ ਦਾ ਮੂੰਹ ਹੈ, ਉਹ ਲੰਗਰ 'ਚ ਹੈ। ਉੱਥੋਂ ਵੀ ਜੇ ਗਰੀਬਾਂ ਨੂੰ ਉਠਾ ਦੇਈਏ ਤਾਂ ਵੱਖਰੇ ਕਰ ਦਈਏ, ਉੱਥੇ ਵੀ ਨਹੀਂ। ਸੋ ਇਹਨਾਂ ਚੀਜ਼ਾਂ ਨੂੰ ਸਮਝਣ ਵਾਸਤੇ ਦੇਖੋ, ਬਾਣੀ ਇਤਨੀ ਸੋਹਣੀ ਖੂਬਸੂਰਤ ਲਿਖੀ ਹੈ, ਸਾਡੇ ਉਚਾਰਨ ਨੇ ਵਿਗਾੜ ਛੱਡ। ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਇਹ ਅੰਗ ਕੀ ਹੁੰਦਾ ਜੀ? ਇੱਥੇ ਨਮਸਤੰ ਹੈ, ਨਮਸਤੰ ਅਕਾਲੇ, ਨਮਸਤੰ ਕਿਰਪਾਲੇ, ਨਮਸਤੰ ਹੈ, ਮਾਂ ਹੈ। ਅਸੀਂ ਨੇਫਲੰਗ ਤਸ ਜਨਮਸ ਜਾਵਤ ਬ੍ਰਹਮਣ ਬਿੰਦ ਤੇ ਸਾਗਰੰ ਸੰਸਾਰ, ਬੜਾ ਘੋਟ ਘੋਟ ਕੇ ਸਾਡੇ ਪਾਠੀ ਪੜ੍ਹਦੇ ਨੇ। ਜਰਾ ਇਹਨੂੰ ਪੜ੍ਹੋ ਤੇ ਸਹੀ ਭਾਈ, ਇਹ ਇਤਨੀ ਖੂਬਸੂਰਤ ਸੰਸਕ੍ਰਿਤ ਸੀ। ਨੇਫਲੰ ਤਸ ਜਨਮਸ ਜਾਵਤ ਬ੍ਰਹਮਣ ਬਿੰਦ ਤੇ ਸਾਗਰਮ ਸੰਸਾਰਸ ਗੁਰਪ੍ਰਸਾਦੀ ਤਰ੍ਹਾਂ ਕਿ ਸਿਹਾਰੀਆਂ ਜਿਹੜੀਆਂ ਲੱਗੀਆਂ ਨੇ ਤਸ ਨੂੰ, ਤਸ ਇਹੀ ਵਾਸਤੇ ਨੇ, ਇਹ ਐਵੇਂ ਫਜ਼ੂਲ ਨਹੀਂ ਲੱਗੀਆਂ, ਇਹਨਾਂ ਨੇ ਫਜ਼ੂਲ ਕਰਤਾ। ਜਿਸ ਬਾਣੀ ਦੇ ਮਾਤਰਾਵਾਂ ਨੂੰ ਕਹਿ ਦਿੱਤਾ ਇਹ ਫਜ਼ੂਲ ਨੇ, ਉਚਾਰਨ ਹੀ ਨਹੀਂ ਕਰਨਾ ਇਹਨਾਂ ਦਾ, ਉਹ ਬਾਣੀ ਜੀਵੰਤ ਕਿੱਥੋਂ ਰਹਿ ਗਈ? ਉਹ ਪਹਿਲਾਂ ਮਾਰ ਕੇ ਚੱਲੇ ਉਸਨੂੰ, ਉਹ ਬਾਣੀ ਜੀਵਨ ਕਿੱਥੋਂ ਦੇਵੇਗੀ? ਇਸੇ ਕਰਕੇ ਜੀਵਨ ਕਿਸੇ ਨੂੰ ਦੇ ਨਹੀਂ ਰਹੀ। ਜੀਵਨ ਲੈਣ ਦੀ ਲੋੜ ਵੀ ਕੋਈ ਨਹੀਂ, ਪੈਸੇ ਲੈਣ ਦੀ ਲੋੜ ਹੈ? ਜੀਵਨ ਦੀ ਕੋਈ ਲੋੜ ਨਹੀਂ। ਜਿਹੜਾ ਬਾਣੀ ਨਾਲ ਜੁੜੇਗਾ ਉਸਨੂੰ ਤਾਂ ਟੀਕੇ ਪੜ੍ਹਨ ਦੀ ਲੋੜ ਹੀ ਨਹੀਂ। ਬਾਣੀ ਤਾਂ ਆਪਣੇ ਆਪ 'ਚ ਇਤਨਾ ਵੱਡਾ ਪ੍ਰਕਾਸ਼ ਹੈ, ਤੁਹਾਡੀ ਮਨ ਬੁੱਧੀ ਜਿਹੜੀ ਹੈ ਉਹ ਉੱਥੇ ਪਹੁੰਚਾ ਦੇਵੇ ਕਿ ਜਿੱਥੇ ਕਦੇ ਬੰਦੇ ਨੇ ਕਲਪਨਾ ਹੀ ਨਾ ਕੀਤੀ ਹੋਵੇ।
ਜਿਹੜੇ ਸਾਡੇ ਸਾਧਕ ਲੋਕ ਜਿਹਨਾਂ ਬਾਣੀ ਪੜ੍ਹੀ ਸੀ ਉਹ ਤੁਸੀਂ ਦੇਖੋ ਉਹ ਅਨਪੜ੍ਹ ਹੋ ਕੇ ਐਸੀ ਐਸੀ ਵਿਆਖਿਆ ਕਰਦੇ ਕਿ ਲੋਕ ਉਹਨਾਂ ਦੇ ਪਿੱਛੇ ਵਿੱਚ ਐਸੀ ਐਸੀ ਵਿਆਖਿਆ ਕਰਦੇ ਅਨਪੜ੍ਹ ਹੋ ਕੇ। ਪਰ ਅੱਜ ਪੜ੍ਹ ਲਿਖ ਕੇ ਵੀ ਬਾਣੀ ਨਾਲ ਸਾਡੀ ਇੰਟਰੈਕਸ਼ਨ ਨਹੀਂ, ਜਿਹੜਾ ਇਹਦਾ ਵਿਸਮਾਦ ਹੈ ਸ਼ਬਦ ਦਾ ਉਹ ਸ਼ਬਦ ਦੇ ਅੰਦਰ ਜਾ ਕੇ ਪ੍ਰਾਪਤ ਹੋਣਾ। ਅੰਦਰ ਜਾਣ 'ਚ ਪਾਠ ਅਤੇ ਅਰਥ ਸਹਾਇਕ ਹਨ, ਪਰੰਤੂ ਕੇਵਲ ਪਾਠ ਅਤੇ ਅਰਥ ਜਿਹੜੇ ਨੇ ਇਹ ਬੁੱਧੀ ਤੱਕ ਰਹਿ ਜਾਂਦੇ ਨੇ। ਇਸ ਨੂੰ ਆਪਣੇ ਵਿਵਹਾਰ ਵਿੱਚ ਲਗਾਤਾਰ ਪ੍ਰੈਕਟਿਸ ਕੀਤਿਆਂ ਫਿਰ ਇਹ ਹਿਰਦੇ 'ਚ ਪੱਕਾ ਵੱਸ ਜਾਂਦਾ ਹੈ। ਫਿਰ ਸਰੀਰ ਜਿਹੜਾ ਹੈ ਸਰੀਰ ਸ਼ਬਦ ਰੂਪ ਹੋ ਜਾਂਦਾ ਹੈ। ਜਦੋਂ ਸਰੀਰ ਦਾ ਵਿਚਰਨ ਸ਼ਬਦ ਦੇ ਅਨੁਕੂਲ ਹੋ ਗਿਆ, ਅਨੁਰੂਪ ਹੋ ਗਿਆ, ਸਰੀਰ ਸ਼ਬਦ ਬਣ ਗਿਆ, ਫਿਰ ਸ਼ਬਦ ਬੋਲਦਾ ਨਜ਼ਰ ਆਏਗਾ, ਫਿਰ ਸ਼ਬਦ ਆਪ ਹੀ ਮਾਰਗ ਦੱਸੇਗਾ। ਮੈਨੂੰ ਕਿਸੇ ਨਹੀਂ ਪੜ੍ਹਾਇਆ ਕਿ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਨਤਾ ਵਿਨੋਦ ਸੁੱਤਾ, ਇਹ ਪਾਠ ਗਲਤ ਹੈ, ਕਿਸੇ ਨਹੀਂ ਪੜ੍ਹਾਇਆ, ਕਿਸੇ ਕਿਤਾਬ 'ਚ ਨਹੀਂ ਲਿਖਿਆ, ਕਿਸੇ ਗ੍ਰੰਥ 'ਚ ਨਹੀਂ ਲਿਖਿਆ, ਬਾਣੀ ਨੇ ਦੱਸਿਆ ਮੈਂ ਇਹ ਗਲਤ ਹੈ। ਕਿਉਂ ਗਲਤ ਹੈ? ਕਤੰਚ 'ਤੇ ਕੋਈ ਸ਼ਬਦ ਹੀ ਨਹੀਂ ਹੁੰਦਾ, ਇਹ ਸੰਸਕ੍ਰਿਤੀ ਸਲੋਕ ਨੇ, ਕਤੰਚ ਕਿਹੜਾ ਸ਼ਬਦ ਹੈ? ਕੋਈ ਸ਼ਬਦ ਨਹੀਂ ਹੈ। ਸ਼ਬਦ ਸੰਸਕ੍ਰਿਤ ਦੇ ਦੋ ਨੇ ਕਤਮ ਅਤੇ ਚਾਹ, ਚਾਹ ਦਾ ਅਰਥ ਹੁੰਦਾ ਐਂਡ, ਅਤੇ ਕਤਮ ਚਾਹ ਮਾਤਾ ਕਤਮ ਚਾਹ ਪਿਤਾ ਕਤਮ ਚਾਹ ਬਨਤਾ ਵਿਨੋਦ ਸੁਤ ਹੈ, ਕਿੱਥੇ ਹੈ ਕਤਮ ਚਾਹ ਮਾਤਾ ਅਤੇ ਤੇਰੀ ਮਾਤਾ ਕਿੱਥੇ ਹੈ, ਅਤੇ ਤੇਰਾ ਪਿਤਾ ਕਿੱਥੇ ਹੈ, ਅਤੇ ਤੇਰੀ ਇਸਤਰੀ ਕਿੱਥੇ ਹੈ? ਇਸ ਨੂੰ ਕਤੰਚ ਮਾਤਾ ਕਤੰਚ ਪਿਤਾ ਕਿਸੇ ਨੂੰ ਸਮਝ ਹੀ ਨਾ ਆਇਆ ਕੀ ਬੋਲ ਰਿਹਾ। ਸੋ ਇਹ ਬਾਣੀ ਦੇ ਨਾਲ ਇੰਟਰੈਕਸ਼ਨ ਵਾਸਤੇ ਬਾਣੀ ਨੂੰ ਆਪਣੇ ਹਿਰਦੇ 'ਚ ਵਸਾਉਣਾ ਪੈਂਦਾ, ਆਪਣੇ ਵਿਵਹਾਰ ਵਿੱਚ ਲਿਆਉਣਾ ਪੈਂਦਾ, ਫਿਰ ਇਹ ਆਪਣੇ ਆਪ ਹੀ ਜਿਹੜੀ ਹੈ ਬੰਦੇ ਨੂੰ ਬਾਣੀ ਰੂਪ ਕਰਦੀ ਜਾਂਦੀ ਹੈ। ਮਨੁੱਖ ਨੇ ਸ਼ਬਦ ਰੂਪ ਆਪ ਹੋਣਾ, ਇਹ ਧਿਆਨ ਰੱਖਣਾ। ਜਦੋਂ ਸ਼ਬਦ ਰੂਪ ਹੋ ਜਾਏਗਾ, ਜਿੱਥੇ ਜਾਏਗਾ ਉਹਦੀ ਗੱਲ ਸੁਣਨਗੇ ਲੋਕ। ਬਾਬੇ ਨਾਨਕ ਦੀ ਜਿਵੇਂ ਬਾਣੀ ਹੈ ਨਾ, ਜਦੋਂ ਸਿੱਖ ਸ਼ਬਦ ਰੂਪ ਹੋ ਜਾਏਗਾ ਬਾਬੇ ਨਾਨਕ ਵਾਂਗ, ਜਿੱਥੇ ਜਾਏਗਾ, ਚਾਹੇ ਮਸਜਿਦ ਵਿੱਚ ਚਲਾ ਜਾਏ ਚਾਹੇ ਮੰਦਰ ਵਿੱਚ ਚਲਾ ਜਾਏ, ਉਹਦੀ ਗੱਲ ਸੁਣੀ ਜਾਏਗੀ, ਕਿਉਂਕਿ ਉਹ ਬਾਬੇ ਨਾਨਕ ਦੀ ਬਾਣੀ ਹੈ। ਬੰਦਾ ਬਾਣੀ ਬਣ ਗਿਆ, ਮਨੁੱਖ ਨੇ ਬਾਣੀ ਬਣਨਾ, ਇਹ ਧਿਆਨ ਰੱਖਣਾ। ਮਨੁੱਖ ਨੇ ਬਾਣੀ ਰੂਪ ਹੋਣਾ, ਬਾਣੀ ਬਣਨਾ ਬੰਦੇ ਨੇ। ਬਾਣੀ ਸਿਰਫ ਪੜ੍ਹਨੀ ਨਹੀਂ, ਸਿਰਫ ਪਾਠ ਨਹੀਂ ਕਰਨਾ, ਪਾਠ ਵੀ ਉਹ ਤਾਂ ਬਹੁਤਾ ਹੀ ਗੜਬੜ ਹੈ ਜਿਹੜਾ ਅਸੀਂ ਪੈਸੇ ਦੇ ਕੇ ਪਾਠ ਕਰਾਉਂਦੇ ਹਾਂ, ਹੈ ਨਾ। ਕੋਈ ਬੰਦਾ ਰੋਟੀ ਦੂਜੇ ਨੂੰ ਨਹੀਂ ਕਹਿੰਦਾ ਮੇਰੀ ਰੋਟੀ ਤੂੰ ਖਾ ਲੈ, ਇਹ ਵੀ ਨਹੀਂ ਕਹਿੰਦਾ ਕਿ ਮੇਰੇ ਕੱਪੜੇ ਤੂੰ ਪਾ ਲੈ, ਕਹੇਗਾ ਭਾਈ ਤੂੰ ਆਪਣੇ ਕੱਪੜੇ ਪਾ ਮੈਂ ਆਪਣੇ ਪਾਵਾਂਗਾ, ਘਰ ਭਰਾ ਨੂੰ ਨਹੀਂ ਪਾਉਣ ਦਿੰਦੇ ਵੀ ਨਾ ਮੇਰੇ ਕੱਪੜੇ ਨਾ ਪਾਈ, ਨਹੀਂ ਪਾਉਣ ਦਿੰਦੇ, ਕਹਿੰਦੇ ਮੇਰੇ ਕੱਪੜੇ ਨਾ ਖਰਾਬ ਕਰ ਤੂੰ। ਅਸੀਂ ਹਰ ਚੀਜ਼ ਆਪਣੇ ਵਾਸਤੇ ਕਰਦੇ ਹਾਂ, ਕਹਿੰਦੇ ਹਾਂ ਰੱਬ ਵਾਸਤੇ ਸਾਡੇ ਲਈ ਕੋਈ ਹੋਰ ਹੀ ਬੰਦਾ ਕਰ ਲਵੇ ਚੰਗਾ, ਪੈਸੇ ਦੇ ਦਿੰਦੇ ਹਾਂ ਪੇਟਾ ਦੇ ਦਿੰਦੇ, ਰੱਬ ਦਾ ਨਾਂ ਤੂੰ ਲੈ ਲੈ ਮੇਰੇ ਵਾਸਤੇ, ਕਿੱਡੀ ਰੱਬ ਫਜ਼ੂਲ ਚੀਜ਼ ਹੈ, ਹੈ ਨਾ। ਜਿਸ ਨੂੰ ਕਹਿੰਦੇ ਹਾਂ ਮੋਹਨ ਸਭ ਤੋਂ ਉੱਚਾ, ਗਾ ਗਾ ਕੇ ਕਹਿੰਦੇ ਹਾਂ ਉੱਚਾ ਸਭ ਤੋਂ ਉੱਚਾ, ਉਸਨੂੰ ਗੱਲਾਂ ਬਾਤਾਂ ਵਿੱਚ ਐਡਾ ਵੱਡਾ ਜੀ ਪਰੇ ਪਰੇ, ਜਦੋਂ ਕਿਤੇ ਰੱਬ ਦੀ ਗੱਲ ਕਰਨੀ ਹੋਵੇ ਧਰਤੀ 'ਤੇ ਤਾਂ ਨਿਗਾਹ ਨਹੀਂ ਟਿਕਦੀ, ਉੱਪਰ ਨੂੰ ਨਿਗਾਹ ਜਾਂਦੀ ਹੈ। ਹਾਲਾਂਕਿ ਬਾਬਾ ਨਾਨਕ ਜੀ ਕਹਿ ਗਏ ਧਰਤੀ 'ਤੇ ਵੇਖ ਲੈ, ਇੰਨਾ 'ਚ ਹੀ ਵੱਸਦਾ, ਫਿਰ ਵੀ ਉੱਤੇ ਨੂੰ ਉਹ ਕਰਨ ਵਾਲਾ ਹੈ। ਹਾਂਜੀ ਹਾਂ, ਕਹਿੰਦੇ ਨਾ ਰੱਬ ਉੱਚਾ ਬਹੁਤ ਹੈ, ਪਰ ਸਿਰਫ ਗੱਲਾਂ ਬਾਤਾਂ 'ਚ ਸਾਡੀ ਬੁੱਧੀ ਵਿੱਚ ਸਾਡੀ ਅਕਲ ਵਿੱਚ ਉਸ ਤੋਂ ਛੋਟੀ ਕੋਈ ਸ਼ੈ ਨਹੀਂ। ਇਸ ਕਰਕੇ ਕਬੀਰ ਸਾਹਿਬ ਨੇ ਕਿਹਾ ਲੋਗਨ ਰਾਮ ਖਿਲਾਉਣਾ ਜਾਣਾ, ਇਹ ਖਿਡੌਣਾ ਹੈ ਸਾਡੇ ਹੱਥਾਂ ਦਾ, ਕਿਤੇ ਮੂਰਤੀ ਬਣਾ ਦਿਓ, ਕਿਤੇ ਅੰਨਾ ਕਰਕੇ ਬਿਠਾ ਦਿਓ ਉਸਨੂੰ, ਕਿਤੇ ਉਹਦੇ ਐਸੀ ਮੂਰਤੀ ਬਣਾਓ ਵੀ ਹੱਥ ਪੈਰ ਹੀ ਉਡਾ ਦਿਓ, ਉਹਦੇ ਮੂਰਤੀ ਬਣਾ ਦਿੱਤੀ। ਇਹ ਹੱਥ ਪੈਰ ਕਿਸੇ ਇੱਕ ਧਰਮ ਨੇ ਕਿਸੇ ਇੱਕ ਮੰਦਰ ਵਿੱਚ ਰੱਬ ਦੇ ਨਹੀਂ ਕੱਟੇ, ਬਲਕਿ ਹਰ ਧਰਮ ਸਥਾਨ ਉੱਤੇ ਰੱਬ ਨੂੰ ਕੱਟ ਵੱਢ ਕੇ ਉਸਦੇ ਨਾਮ ਉੱਤੇ ਦੁਕਾਨਦਾਰੀ ਚਲਾਈ। ਇਹਦੇ ਤੋਂ ਬਚਣਾ ਹੈ। ਬਾਣੀ ਜਿਹੜਾ ਸ਼ਬਦ ਹੈ, ਸ਼ਬਦ ਦੀ ਖੋਜ ਬਾਣੀ 'ਚੋਂ ਕਰਨੀ ਹੈ। ਦੇਖੋ ਨਾ, ਜਦੋਂ ਅਸੀਂ ਸ਼ਬਦ ਲਿਖਦੇ ਹਾਂ ਨਾ, ਤਾਂ ਮੈਨੂੰ ਉਹ ਕਾਲੇ ਅਕਸ਼ਰਾਂ 'ਚ ਕਿਉਂ ਹੁੰਦਾ? ਇਸ ਕਰਕੇ ਕਿ ਉਹਦਾ ਬਾਹਰਲੇ ਰੂਪ ਵਿੱਚ ਅਗਿਆਨ ਹੈ,
ਥੱਲੇ ਸਰਫੇਸ ਜਿਹੜਾ ਪੇਪਰ ਦਾ ਉਹ ਚਿੱਟਾ ਹੈ, ਇਹਦੇ ਅੰਦਰ ਵਾਈਟਨੈਸ ਹੈ, ਅੰਦਰ ਪ੍ਰਕਾਸ਼ ਹੈ। ਬਾਹਰਲੇ ਰੂਪ ਤੱਕ ਨਹੀਂ ਰਹਿਣਾ, ਅੰਦਰਲੇ ਰੂਪ ਤੱਕ ਜਾਣਾ। ਔਰ ਜਿਹੜਾ ਅੰਦਰਲੇ ਰੂਪ ਤੱਕ ਜਾਏਗਾ ਉਹ ਸ਼ਬਦ ਸਵਰੂਪ ਹੋ ਜਾਏਗਾ, ਉਸਨੂੰ ਕਿਸੇ ਦੇ ਮਾਰਗਦਰਸ਼ਨ ਦੀ ਲੋੜ ਹੀ ਨਹੀਂ ਰਹਿ ਜਾਏਗੀ, ਉਹ ਸ਼ਬਦ ਰੂਪ ਹੋ ਜਾਏਗਾ। ਔਰ ਉਹ ਸ਼ਬਦ ਦੇ ਵਿਸਮਾਦ ਵਿੱਚ ਜੀਵੇਗਾ, ਫਿਰ ਸਾਰੀ ਕੁਦਰਤ ਉਹਨੂੰ ਸ਼ਬਦ ਰੂਪ ਨਜ਼ਰ ਆ ਜਾਏਗੀ। ਇਹ ਵੀ ਧਿਆਨ ਰੱਖਣਾ, ਇਕੱਲਾ ਆਪਣਾ ਆਪਾ ਸ਼ਬਦ ਰੂਪ ਨਹੀਂ ਹੋ ਜਾਏਗਾ, ਬਲਕਿ ਸਾਰਾ ਸੰਸਾਰ ਪਰਮੇਸ਼ਰ ਦਾ ਸ਼ਬਦ ਨਜ਼ਰ ਆਏਗਾ। ਇਹ ਵਿਸਮਾਦ ਹੈ ਸ਼ਬਦ ਦਾ, ਠੀਕ ਹੈ ਨਾ। ਮੈਂ ਸਿਰਫ ਕਹਿ ਦੇਵਾਂ, ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਜਿਹੜੀ ਹੈ ਇਹ ਸ਼ਬਦ ਹੈ ਔਰ ਰੱਬ ਦਾ ਸ਼ਬਦ ਹੈ, ਅਤੇ ਬਾਕੀ ਹੋਰ ਕੋਈ ਸ਼ਬਦ ਰੱਬ ਦਾ ਨਹੀਂ ਹੈ। ਇਹੋ ਜਿਹੀਆਂ ਗੱਲਾਂ ਕਰਕੇ ਤੇ ਇਹਦੇ ਵਿੱਚ ਕੋਈ ਵਿਸਮਾਦ ਨਹੀਂ, ਇਹ ਤਾਂ ਵਿਸਮਾਦ ਨੂੰ ਤੋੜਨ ਵਾਲੀਆਂ ਬਾਤਾਂ ਨੇ। ਜਦੋਂ ਹਰ ਚੀਜ਼ ਦੇ ਵਿੱਚ, ਹਰ ਬੰਦੇ ਵਿੱਚ, ਹਰ ਪਰਿੰਦੇ ਵਿੱਚ, ਹਰ ਚੇਤਨ ਅਤੇ ਜੜ ਵਿੱਚ ਜਦੋਂ ਸ਼ਬਦ ਦਾ ਪ੍ਰਕਾਸ਼ਮਾਨ ਪ੍ਰਕਾਸ਼ ਨਜ਼ਰ ਆ ਜਾਏਗਾ, ਉਸ ਵੇਲੇ ਸ਼ਬਦ ਵਿੱਚੋਂ ਵਿਸਮਾਦ ਪੈਦਾ ਹੋਏਗਾ। ਉਹ ਵਿਸਮਾਦ ਪੈਦਾ ਹੋਏਗਾ ਕਿ ਜਿਸ ਦਾ ਆਨੰਦ ਜਿਹੜਾ ਹੈ ਉਹ ਉਸ ਦੀ ਤੁਲਨਾ ਕਿਸੇ ਸੰਸਾਰ ਦੇ ਪਦਾਰਥ ਨਾਲ ਨਹੀਂ ਕੀਤੀ ਜਾ ਸਕਦੀ। ਬਹੁਤ ਬਹੁਤ ਧੰਨਵਾਦ, ਭੁੱਲਾਂ ਚੁੱਕਾਂ ਲਈ ਖਿਮਾ। ਪਤਾ ਨਹੀਂ ਵਾਧੂ ਘਾਟੂ ਗੱਲਾਂ ਜੋਸ਼ ਵਿੱਚ ਕਹਿ ਜਾਈਦੀਆਂ ਨੇ, ਉਹ ਖਿਮਾ ਕਰ ਦੇਣੀਆਂ। ਜੇ ਇਹਦੇ 'ਚ ਕੋਈ ਚੰਗੀ ਗੱਲ ਤਾਂ ਉਹ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀ, ਉਸ ਨੂੰ ਪੱਲੇ ਮਾਰ ਲੈਣਾ। ਵਾਹਿਗੁਰੂ ਜੀ ਕਾ ਖਾਲਸਾ। ਧੰਨਵਾਦ ਡਾਕਟਰ ਸਾਹਿਬ, ਤੁਸੀਂ ਵੀ ਪਿਛਲੇ 1 ਘੰਟੇ ਤੋਂ ਪੂਰਾ ਵਿਸਮਾਦ ਕ੍ਰੀਏਟ ਕਰ ਦਿੱਤਾ ਇੱਥੇ। ਬੜੀ ਖੂਬਸੂਰਤ ਲਾਈਨ ਹੈ, ਵੇਲਾ ਸੱਚ ਪ੍ਰਵਾਨ ਸ਼ਬਦ ਪਹਿਚਾਨ ਸੀ। ਵਾਰ ਵਾਰ ਡਾਕਟਰ ਸਾਹਿਬ ਨੇ ਬਿਹਾਈਂਡ ਦੀ ਲਾਈਨਸ ਦੀ ਗੱਲ ਕੀਤੀ ਹੈ, ਔਰ ਮੈਂ ਅਕਸਰ ਇੱਥੇ ਕਹਿੰਦਾ ਕਿ ਜਦੋਂ ਵੀ ਅਸੀਂ ਖਾਸ ਕਰਕੇ ਗੁਰਬਾਣੀ ਪੜ੍ਹੀਏ ਗੁਰੂ ਗ੍ਰੰਥ ਸਾਹਿਬ, ਅਤੇ ਉਹ ਕਹਿੰਦੇ ਨਾ ਇੱਕ ਰੀਡ ਦਾ ਲਾਈਨਸ, ਰੀਡ ਬਿਟਵੀਨ ਦਾ ਲਾਈਨਸ, ਰੀਡ ਬਿਹਾਈਂਡ ਦਾ ਲਾਈਨਸ। ਅਤੇ ਮੈਨੂੰ ਲੱਗਦਾ ਕਿ ਰੀਡ ਬਿਹਾਈਂਡ ਦਾ ਲਾਈਨਸ ਜਿਹੜਾ ਉਹ ਸ਼ਬਦ ਗੁਰੂ ਵਾਲੀ ਗੱਲ ਹੈ। ਇਹ ਬੜੀ ਜ਼ਰੂਰੀ ਗੱਲ ਹੈ, ਨਾ ਸਮਝੀ ਕਾਰਨ ਸਾਡੇ ਜਿਹੜਾ ਸਿੱਖਾਂ ਦਾ ਖਾਸ ਕਰਕੇ ਜਿਹੜਾ ਅਭਿਆਸ ਵਿੱਚ ਦੋਸ਼ ਪੈਦਾ ਹੋ ਗਏ ਨੇ, ਔਰ ਸਿੱਖ ਅਭਿਆਸ ਜਿਹੜਾ ਸ਼ਬਦ ਤੋਂ ਦੂਰ ਹੁੰਦਾ ਜਾ ਰਿਹਾ ਜਾਂ ਹੋ ਗਿਆ। ਸਿੱਖਾਂ ਨੂੰ ਸਿਰਫ ਜਨਮ ਨਾਲ ਸੰਬੰਧਿਤ ਇੱਕ ਨਸਲ ਨੁਮਾ ਕੌਮ ਦੇ ਰੂਪ ਵਿੱਚ ਜਾਣਿਆ ਜਾਣ ਲੱਗ ਪਿਆ। ਜਾਤਾਂ ਵਿੱਚ ਜੱਟਾਂ, ਬਾਪਿਆਂ, ਮਜ਼੍ਹਬੀਆਂ, ਰਾਮਗੜੀਆਂ ਵਿੱਚ ਅਸੀਂ ਵੰਡੇ ਗਏ ਹਾਂ ਔਰ ਜਾਣਨ ਲੱਗ ਪਿਆ, ਪਰ ਸਿੱਖੀ ਦਾ ਜਿਹੜਾ ਪਿੜ ਖਾਲੀ ਹੋਣਾ ਸ਼ੁਰੂ ਹੋ ਗਿਆ, ਔਰ ਪਤਾ ਹੀ ਨਹੀਂ ਲੱਗਾ ਇਹਦੇ ਵਿੱਚ ਕਿ ਧਰਮ ਵਿੱਚੋਂ ਕਿੱਥੇ ਚਲਾ ਗਿਆ। ਜਿਹੜੀ ਸ਼ਬਦ ਗੁਰੂ ਦੀ ਮੈਂ ਗੱਲ ਕਰ ਰਿਹਾ, ਸਾਨੂੰ ਇਸ ਜੈਨੈਟਿਕ ਤੋਂ, ਖਸਲਤ ਤੋਂ ਆਜ਼ਾਦ ਹੋਣਾ ਪਏਗਾ, ਔਰ ਸ਼ਬਦ ਦੀ ਸ਼ਰਨ ਆਏ ਬਿਨਾਂ ਜਿਹੜੀ ਹੈ ਇਹ ਸਿੱਖੀ ਵਿੱਚ, ਸਿੱਖੀ ਦੇ ਸਹਿਜ ਵਿੱਚ ਪ੍ਰਵੇਸ਼ ਨਹੀਂ ਹੋ ਸਕਦਾ ਜਦ ਤੱਕ ਅਸੀਂ ਸ਼ਬਦ ਨੂੰ ਨਹੀਂ ਸਮਝਾਂਗੇ। ਔਰ ਇਹ ਜਿਹੜੀ ਗੱਲ ਗੁਰੂ ਨਾਨਕ ਸਾਹਿਬ ਨੇ ਕਹੀ ਹੈ, ਸ਼ਬਦ ਗੁਰੂ ਸੁਰਤ ਦੁਨ ਚੇਲਾ, ਅਤੇ ਮੈਂ ਵਾਰ ਵਾਰ ਕਹਿੰਦਾ ਕਿ ਸ਼ਬਦ ਗੁਰੂ ਹੋ ਗਿਆ ਇਹ ਤਾਂ ਸਮਝ ਆਉਂਦੀ ਪਈ ਹੈ, ਅਤੇ ਚੇਲਾ ਤਾਂ ਫਿਰ ਸਾਡੀ ਬਾਡੀ ਨੂੰ ਨਹੀਂ ਕਿਹਾ, ਉਹ ਸੁਰਤ ਨੂੰ ਕਿਹਾ, ਸੁਰਤ ਚੇਲਾ। ਅਤੇ ਜਦ ਤੱਕ ਉਹ ਸੁਰਤ ਨਹੀਂ ਜਾਂ ਬਿਹਾਈਂਡ ਦੀ ਲਾਈਨ ਵਾਲੀ ਗੱਲ ਨਹੀਂ ਕਰਾਂਗੇ, ਉਦੋਂ ਤੱਕ ਅਸੀਂ ਸ਼ਬਦ ਗੁਰੂ ਗੁਰੂ ਕਹਿ ਲਈਏ, ਅਤੇ ਮੈਨੂੰ ਲੱਗਦਾ ਕਿ ਜਿਹੜੀ ਉਹ ਫਿਲੋਸਫੀ ਹੈ ਗੁਰਬਾਣੀ ਦੀ ਉਹ ਸਾਡੇ ਅੰਦਰ ਤੱਕ ਨਹੀਂ ਜਾਏਗੀ। ਔਰ ਇਹ ਤੈਅ ਕਿ ਜਦੋਂ ਤੁਸੀਂ ਗੁਰਬਾਣੀ ਪੜ੍ਹੋਗੇ, ਮੈਂ ਜਾਤੀ ਜਿਹੜਾ ਇਹ ਤਜਰਬਾ ਹੈ ਕਿ ਮੈਂ ਹੁਣ 8ਵੀਂ ਵਾਰ ਮੈਂ ਪਾਠ ਕਰਦਾ ਸੈਂਚੀਆਂ ਤੋਂ ਔਰ ਵਿਦ ਮੀਨਿੰਗਸ ਵਾਲੀਆਂ ਸੈਂਚੀਆਂ ਤੋਂ, ਔਰ 8ਵੀਂ ਵਾਰ ਪੜ੍ਹ ਰਿਹਾ ਤਾਂ ਪਹਿਲੀ ਔਰ 8ਵੀਂ ਵਾਰ ਦੇ ਵਿੱਚ ਇੱਕ ਇੱਕ ਲਾਈਨ ਦੇ ਨਵੇਂ ਨਵੇਂ ਮਤਲਬ ਆਉਣੇ ਸ਼ੁਰੂ ਹੋ ਗਏ, ਜੋ ਕਿਸੇ ਲਾਈਨ ਦਾ ਮੈਨੂੰ ਪਹਿਲੀ ਵਾਰ ਮਤਲਬ ਸਮਝ ਆਇਆ, ਹੁਣ ਕੋਈ ਹੋਰ ਸਮਝ ਆ ਰਿਹਾ। ਔਰ ਇਹ ਤੈਅ ਹੈ ਕਿ ਜਦੋਂ ਗੁਰਬਾਣੀ ਨੂੰ, ਮੈਂ ਕੱਲ੍ਹ ਵੀ ਕਿਹਾ ਸੀ, ਇਹ ਸਮੁੰਦਰ ਹੈ, ਇਹਦਾ ਅਥਾਹ ਪਾਉਣਾ ਤਾਂ ਬੜਾ ਮੁਸ਼ਕਲ ਹੈ, ਪਰ ਇਹ ਪੱਕੀ ਗੱਲ ਹੈ ਕਿ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕਰੋਗੇ ਨਾ ਬਾਣੀ ਨੂੰ, ਤੁਹਾਨੂੰ ਇਹਦੇ ਵਿੱਚ ਨਵੇਂ ਨਵੇਂ ਮਤਲਬ ਨਜ਼ਰ ਆਉਣਗੇ। ਔਰ ਤਾਂ ਹੀ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜੀ ਬਾਣੀ ਦੀ ਇੰਟਰਪ੍ਰੀਟੇਸ਼ਨ ਹੈ ਇਹ ਸਮੇਂ ਨਾਲ ਬਦਲਦੀ ਰਹੇਗੀ। ਇਹ ਤੈਅ, ਜੋ ਅੱਜ ਤੋਂ 300 ਸਾਲ ਪਹਿਲੇ ਬਾਣੀ ਦੀ ਇੰਟਰਪ੍ਰੀਟੇਸ਼ਨ ਸੀ, ਉਹ ਅੱਜ ਦੇ ਸਮੇਂ ਬੜੀ ਜ਼ਰੂਰਤ ਹੈ, ਔਰ ਸਾਡੇ ਖਾਸ ਕਰਕੇ ਸਾਡੀ ਗੁਰੂ ਗ੍ਰੰਥ ਸਾਹਿਬ ਦੀ ਇੰਟਰਪ੍ਰੀਟੇਸ਼ਨ ਜਿਹੜੀ ਹੈ, ਹਰ 2-4 ਸਾਲ ਬਾਅਦ, 5 ਸਾਲ ਬਾਅਦ ਨਵੀਂ ਇੰਟਰਪ੍ਰੀਟੇਸ਼ਨ ਕਰਨੀ ਪਏਗੀ। ਮੈਂ ਮਸਲਨ ਇੱਕ ਐਗਜ਼ਾਮਪਲ ਦੇ ਕੇ ਕਿ ਗੁਰਬਾਣੀ ਵਿੱਚ ਹੈ ਕਿ ਪਸ਼ੂ ਮਰੇ ਕਛ ਕਾਮ ਨਾ ਆਵੇ, ਨਰੂ ਮਰੇ ਦਸ ਕਾਜ ਸਵਾਰ, ਨਰੂ ਮਰੇ ਕਛ ਕਾਮ ਨਾ ਆਵੇ, ਪਸ਼ੂ ਮਰੇ ਦਸ ਕਾਜ ਸਵਾਰ।
ਹੁਣ ਅੱਜ ਤਾਂ ਬੰਦਾ ਮਰ ਰਿਹਾ ਤਾਂ ਉਹਦੀ ਕਿਡਨੀ ਵੀ ਆ ਰਹੀ ਹੈ, ਲੀਵਰ ਵੀ ਕੰਮ ਆ ਰਿਹਾ, ਹਾਰਟ ਵੀ ਆ ਰਿਹਾ, ਬਲੱਡ ਵੀ, ਸਕਿਨ ਵੀ, ਗੁਰਬਾਣੀ ਤਾਂ ਇਹ ਗਲਤ ਨਹੀਂ ਹੋ ਸਕਦੀ। ਅਤੇ ਇਹਦੀ ਹੁਣ ਅੱਜ ਦੇ ਇੰਟਰਪ੍ਰੀਟੇਸ਼ਨ ਜਿਹੜੀ ਹੋਈ ਉਹ ਇਹ ਹੋਈ ਕਿ ਜੇ ਬੰਦੇ ਦੇ ਅੰਦਰ ਦਾ ਪਸ਼ੂਪਨ ਮਰ ਜਾਏ ਤਾਂ ਉਹ 10 ਕਾਏ ਸਵਾਰ ਦੇਗਾ, ਜੇ ਬੰਦੇ ਦੇ ਅੰਦਰ ਦਾ ਨਰ ਮਰ ਜਾਏਗਾ ਉਹ ਕਿਸੇ ਕੰਮ ਨਹੀਂ ਆਏਗਾ। ਇਹ ਇੰਟਰਪ੍ਰੀਟੇਸ਼ਨ ਨਵੀਂ ਬਣੀ। ਤਾਂ ਇਹ ਜਿਹੜੀ ਗੱਲ ਹੈ ਗੁਰਬਾਣੀ ਨੂੰ ਜਿਵੇਂ ਜਿਵੇਂ ਅਸੀਂ ਸਮੇਂ ਦੇ ਅਨੁਸਾਰ ਪੜ੍ਹਾਂਗੇ ਉਹਦੇ ਨਵੇਂ ਨਵੇਂ ਮਤਲਬ ਆਉਣਗੇ। ਔਰ ਜਿਹੜੀ ਸ਼ਬਦ ਗੁਰੂ ਦਾ ਅਸੀਂ ਅੱਜ ਲੈਕਚਰ ਰੱਖਿਆ ਹੀ ਇਸ ਲਈ ਹੈ, ਔਰ ਅਸੀਂ ਵਾਰ ਵਾਰ ਕਹਿੰਦੇ ਹਾਂ ਨਾ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗ੍ਰੰਥ ਸਾਹਿਬ ਤੱਕ ਇੱਕ ਜੋਤ ਅਤੇ ਜੁਗਤੀ ਦਾ ਸੰਕਲਪ। ਜੋ ਸ਼ਬਦ ਦਾ ਇੰਟਰਪ੍ਰੀਟੇਸ਼ਨ ਜਾਂ ਜੋ ਸ਼ਬਦ ਨੂੰ ਗੁਰੂ ਗੁਰੂ ਨਾਨਕ ਸਾਹਿਬ ਨੇ ਸਮਝਿਆ ਉਹ ਸ਼ਬਦ ਅੱਗੇ ਟਰੈਵਲ ਹੋਇਆ, ਬਾਡੀਜ਼ ਨਹੀਂ ਟਰੈਵਲ ਹੋਈ। ਗੁਰੂ ਨਾਨਕ ਸਾਹਿਬ ਦੇ ਜਿੰਦੇ ਜੀ ਗੁਰੂ ਅੰਗਦ ਸਾਹਿਬ ਨੂੰ ਗੁਰੂ ਗੁਰੂ ਬਣਾਤਾ ਅਤੇ ਗੁਰੂ ਨਾਨਕ ਸਾਹਿਬ ਨੇ ਉਸ ਨੂੰ ਮੱਥਾ ਟੇਕਿਆ, ਗੁਰੂ ਅੰਗਦ ਨੂੰ, ਸਰੀਰ ਨੂੰ ਨਹੀਂ ਟੇਕਿਆ, ਉਹ ਸ਼ਬਦ ਨੂੰ ਗੁਰੂ ਨੂੰ ਟੇਕਿਆ ਮੱਥਾ। ਅਤੇ ਇਸੇ ਤਰ੍ਹਾਂ ਗੁਰੂ 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 ਗ੍ਰੰਥ ਸਾਹਿਬ ਤੱਕ ਇਹ ਜੋਤ ਜਿਹੜੀ ਹੈ ਜਾਂਦੀ ਰਹੀ। ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹੀਏ, ਸੱਚੀ ਗੱਲ ਤਾਂ ਇਹ ਹੈ ਕਿ ਵੀ ਆਰ ਨਾਟ ਰੀਡਿੰਗ ਇਟ, ਵੀ ਆਰ ਨਾਟ ਅੰਡਰਸਟੈਂਡਿੰਗ ਇਟ, ਵੀ ਆਰ ਨਾਟ ਲਿਵਿੰਗ ਇਟ। ਇਸ ਨੂੰ ਬੜਾ ਜ਼ਰੂਰੀ ਹੈ ਸਮਝਣਾ। ਅਤੇ ਇੱਕ ਗੱਲ ਮੈਂ ਜ਼ਰੂਰ ਕਹਾਂ ਕਿ ਸਿੰਘਾਪੁਰ ਦੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਗੁਰਤਾ ਗੱਦੀ ਮਨਾ ਰਹੇ ਸੀ ਅਤੇ ਉਹਨਾਂ ਨੇ ਇੱਕ ਚੀਨ ਦੇ ਮਿਨਿਸਟਰ ਨੂੰ ਉੱਥੇ ਐਜ਼ ਏ ਚੀਫ ਗੈਸਟ ਬੁਲਾ ਲਿਆ ਔਰ ਉੱਥੇ ਦੱਸਿਆ ਕਿ ਸ਼ਬਦ ਗੁਰੂ ਹੈ, ਗੁਰੂ ਗ੍ਰੰਥ ਸਾਹਿਬ ਜਾਗਤ ਜੋਤ ਹੈ, ਪੂਰੀ ਮਨੁੱਖਤਾ ਦਾ ਗੁਰੂ, ਇਟਸ ਫੈਕਟ। ਪਰ ਉਹ ਜਦੋਂ ਚਾਈਨਾ ਦਾ ਮਿਨਿਸਟਰ 2 ਮਿੰਟ ਲਈ ਬੋਲਣ ਲੱਗਾ ਅਤੇ ਉਹਨੇ ਇੱਕੋ ਹੀ ਗੱਲ ਪੁੱਛੀ ਕਿ ਆਈ ਕੈਨ ਨਾਟ ਰੀਡ ਇਟ, ਆਈ ਕੈਨ ਨਾਟ ਅੰਡਰਸਟੈਂਡ ਹਾਊ ਇਟ ਕੈਨ ਬੀ ਮਾਈ ਗੁਰੂ। ਅਤੇ ਮੈਨੂੰ ਵੀ ਉਦੋਂ ਕਿਸੇ ਨੇ ਦੱਸਿਆ ਅਤੇ ਮੈਂ ਕਿਹਾ ਸੇਮ ਥਿੰਗ ਇਜ਼ ਹੈਪਨਿੰਗ ਵਿਦ ਅਸ, ਵੀ ਆਰ ਨਾਟ ਰੀਡਿੰਗ ਇਟ, ਵੀ ਆਰ ਨਾਟ ਅੰਡਰਸਟੈਂਡਿੰਗ ਇਟ। ਬਸ ਠੀਕ ਹੈ, ਮੱਥੇ ਟੇਕ ਰਹੇ ਹਾਂ, ਪਰਿਕਰਮਾ ਕਰਦੇ ਹਾਂ, ਠੀਕ ਹੈ, ਉਹ ਸਤਿਕਾਰ ਹੈ, ਸ਼ਰਧਾ ਹੈ, ਪਰ ਸ਼ਰਧਾ ਦੀ ਜੜ ਗਿਆਨ ਹੋਣਾ ਚਾਹੀਦਾ। ਜਦ ਤੱਕ ਅਸੀਂ ਖੁਦ ਉਹਨੂੰ ਪੜ੍ਹਾਂਗੇ ਨਹੀਂ ਉਹ ਸਾਡਾ ਸ਼ਬਦ ਗੁਰੂ ਕਿਵੇਂ ਹੋ ਸਕਦਾ? ਪੜ੍ਹਾਂਗੇ ਤਾਂ ਫਿਰ ਤਾਂ ਹੀ ਅੱਗੇ ਅਸੀਂ ਆਪਣੇ ਬੱਚਿਆਂ ਨੂੰ ਔਰ ਫਿਰ ਪੂਰੀ ਦੁਨੀਆ ਤੱਕ ਇਹਦੇ ਮੈਸੇਜ ਨੂੰ ਲਿਜਾ ਪਾਵਾਂਗੇ। ਤਾਂ ਅੱਜ ਦੇ ਦੋਨੋਂ ਲੈਕਚਰ ਇਤਨੇ ਹੀ ਜੀ। ਬੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।